प्रीति, ओ प्रीति, की करी है नहीं है? उरे आ। मैं मर जा, तू नहीं है देना राई दी हैगी। आही ता रहगी मारी जी। चल, हुणे इहनां नूं खाना बंद कर दे, नाले मैं तेरा रिश्ता पक्का करिया ही। पक्का करिया? हाँ, समझ गई? ਤੈਨੂੰ ਵੀ ਵਿਆਹ ਦੇ ਮੈਨੂੰ ਤੈਨੂੰ ਹੈ ਮੂੰਹ ਜਾ ਕਰ ਲਿਆ ਕੀ ਗੱਲ ਭਾਈ ਤੂੰ ਮੈਨੂੰ ਇੰਨਾ ਜਲਦੀ ਕਾਹਤੋਂ ਤੋਰਨਾ ਚਾਹੁੰਦੀ ਲੈ ਪੁੱਤ ਟਾਈਮ ਨਾਲ ਆਪਦੇ ਘਰੇ ਚੰਗੀਆਂ ਲੱਗਦੀਆਂ ਧੀਆਂ ਤੂੰ ਮੈਥੇ ਮਾੜੀ ਲੱਗਦੀਆਂ ਮਾੜੀ ਤਾਂ ਨਹੀਂ ਲੱਗਦੀ ਵਸਦੀਆਂ ਆਪਦੇ ਘਰੇ ਚੰਗੀਆਂ ਲੱਗਦੀਆਂ ਕਿ ਫਿਰ ਤੈਨੂੰ ਪਤਾ ਹੀ ਹੈ ਲੋਕ ਅੱਜ ਕਿਹੜਾ ਯੁੱਗ ਕਿਹੜਾ ਹੈਗਾ ਅੱਜ ਕੱਲ ਦਾ ਹਾਂ ਫਿਰ ਤੂੰ ਤਾਂ ਲੋਕਾਂ ਨੇ ਕਹਿਣੇ ਤੇ ਚੱਲਦੀ ਓ ਨਹੀਂ ਪੁੱਤ ਮੈਨੂੰ ਪਤਾ ਨਹੀਂ ਪਹਿਲਾਂ ਮੇਰੀ ਗੱਲ ਸੁਣ ਬਾਲਾ ਵਧੀਆ ਰਿਸ਼ਤਾ ਹੈਗਾ ਤੇ ਮੁੰਡਾ ਕੀ ਕਰਦਾ ਮੁੰਡੇ ਦਾ ਪਿਓ ਨਾ ਸਰਕਾਰੀ ਜੌਬ ਤੇ ਹੈਗਾ ਵਧੀਆ ਕਾਰੋਬਾਰ ਹੈ 5 ਕਿੱਲੇ ਜ਼ਮੀਨ ਦੇ ਨੇ ਸੁਣਦੀ ਗੱਲ ਰਾਜ ਕਰੇਗੀ ਬਾਲਾ ਵਧੀਆ ਘਰਵਾਰ ਹੈ ਇੰਨੀ ਸੋਹਣੀ ਸੇਵਾ ਕੀਤੀ ਮੇਰਾ ਤਾਂ ਨਾ ਚਿੱਤਰਾ ਜੀ ਹੋ ਗਿਆ ਘਰ ਨੂੰ ਦੇਖ ਕੇ ਬੇਬੇ ਤੇਰੇ ਦਿਮਾਗ ਤੋਂ ਮੂੰਹ ਹਿੱਲ ਗਿਆ ਕਿ ਲੈ ਕਿਉਂ ਕੀ ਗੱਲ ਦਿਮਾਗ ਹਿੱਲ ਗਿਆ ਕੀ ਗੱਲ ਕਰੀਏ ਨੀ ਇਹਦੋਂ ਮੈਂ ਮੁੰਡੇ ਦਾ ਪੁੱਛਿਆ ਨਾ ਕਿ ਉਹਦੇ ਪਿਓ ਦਾ ਪੁੱਛਿਆ ਉਹ ਮੁੰਡਾ ਪੜ੍ਹੀ ਜਾਂਦਾਗਾ ਹਲੇ ਪੜ੍ਹੀ ਜਾਂਦਾ ਹਾਂ ਤੈਨੂੰ ਕੀ ਹੈਗਾ ਤੈਨੂੰ ਸਹੁਰੇ ਤੋਰ ਤਾਂ ਤੂੰ ਘਰੇ ਰਾਜ ਕਰੇਗੀ ਸਭ ਕੁਝ ਹੈਗਾ ਕਾਸੇ ਦਾ ਤੋੜਾ ਤਾਂ ਨਹੀਂ ਹੈਗਾ ਹਾਂ ਪੜ੍ਹੀ ਜਾਂਦਾ ਨਾ ਮੇਰੀ ਗੱਲ ਸੁਣ ਲੈ ਹਾਂ ਜੇ ਮੈਨੂੰ ਕੱਪੜੇ ਚਾਹੀਦੇ ਹੋਣ ਤਾਂ ਮੈਂ ਸਹੁਰੇ ਨੂੰ ਜਾ ਕੇ ਕਹੂੰਗੀ ਜੇ ਮੈਨੂੰ ਕੋਈ ਚੀਜ਼ ਦੀ ਲੋੜ ਆ ਤਾਂ ਮੈਂ ਸਹੁਰੇ ਨੂੰ ਜਾ ਕੇ ਕਹੂੰਗੀ ਜੇ ਮੈਨੂੰ ਕੋਈ ਪੈਸਿਆਂ ਦੀ ਲੋੜ ਆ ਤਾਂ ਮੈਂ ਸਹੁਰੇ ਨੂੰ ਜਾ ਕੇ ਕਹੂੰਗੀ ਚੰਗੀ ਲੱਗੂਗੀ ਇੱਥੇ ਉਹ ਕੀ ਗੱਲ ਹੈ ਜੀ ਫਿਰ ਕੀ ਗੱਲ ਹੈ ਜੀ ਕੋਈ ਖਾਸ ਗੱਲ ਨਹੀਂ ਉਹ ਸਹੁਰਾ ਕਿਹੜਾ ਤੇਰਾ ਅੱਡ ਬਿੱਡਾ ਵਿੱਚ ਹੀ ਹੈਗਾ ਵਿੱਚ ਉਸੇ ਦੇ ਹੱਥ ਕਬੀਲਦਾਰੀ ਆ ਸਾਰੀ ਤੇ ਜੇ ਕੱਲ ਨੂੰ ਸਾਨੂੰ ਅੱਡ ਕਰ ਦਿੱਤਾ ਤੇ ਉਹਦਾ ਹਲੇ ਪੜਦਾ ਪਿਆ ਕਿਧਰੇ ਨਹੀਂ ਕੋਈ ਅੱਡ ਕਰਦਾ ਤੂੰ ਵਧੀਆ ਮਿੱਠੀ ਰਹੀ ਤੇਰੇ ਰਾਜ ਚੱਲੂਗਾ ਉੱਥੇ ਤਾਂ ਆ ਮੈਨੂੰ ਲੱਗਦਾ ਨਹੀਂਗਾ ਲੈ ਹੈ ਮੂੰਹ ਕਰ ਲੈ ਲੈ ਗੱਲ ਸੁਣ ਲਾ ਆ ਲੱਡੂ ਨੇ ਚ ਖਾ ਲਈ ਕਿਹੜੇ ਲੱਡੂ ਆ ਲੱਡੂ ਦੇਖ ਲੈ ਕਿਹੜੇ ਹੁੰਦੇ ਨੇ ਮੋਤੀ ਚੂਰ ਦੇ ਹਾਂ ਠੀਕ ਆ ਇਹ ਸਾਰੇ ਮੈਂ ਖਤਮ ਕਰੂੰਗੀ ਲੱਡੂ ਖਾ ਲਈ ਤੇ ਬੱਤੀਆਂ ਛੱਡ ਦੇ ਇਹ ਨਹੀਂ ਛੁੱਟਦੀਆਂ ਛੁੱਟਦੀਆਂ ਹੈਗੀਆਂ ਕਿਉਂ ਨਹੀਂ ਛੁੱਟਦੀਆਂ ਹਾਂ ਚਾਹ ਦੀ ਘੁੱਟ ਬਣਾ ਕੇ ਦੇ ਨਾਲੇ ਮੈਨੂੰ ਥੱਕੀ ਪਈ ਆ ਮੈਂ ਤਾਂ ਇੱਧਰ ਆ ਤੇ ਕੰਮ ਕਰਨ ਵੇੜ ਲੈ ਸੀ ਹਾਂ ਨਵੇੜ ਲੈ ਸੀ ਮੈਂ ਦੱਸ ਔਖੀ ਜੀ ਹੋ ਗਈ ਚੱਲ ਕੋਈ ਨਾ ਕੁੜੀਆਂ ਤਾਂ ਕਰਦੀਆਂ ਹੀ ਹੁੰਦੀਆਂ ਨੇ ਰਿਸ਼ਤਾ ਤਾਂ ਕਰਨਾ ਹੀ ਸੀ ਫਿਰ ਮੈਂ ਟਾਈਮ ਸਿਰ ਆਪਦੇ ਸਹੁਰੇ ਜਾਊਗੀ ਮੇਰੇ ਸਿਰੋਂ ਭਾਰ ਲੈ ਜੂਗਾ ਲੈ ਪਾਗਬਾਨ ਨੇ ਚਾਹ ਲਿਆ ਕੁੱਟ ਪੀ ਗਏ ਤੇ ਜਾ ਕੇ ਟਾਈਮ ਹੋਇਆ ਪੈ ਡਿਊਟੀ ਦਾ ਮੈਂ ਦੇਖਦਾ 2 ਮਿੰਟ ਕੀ ਕਹਿੰਦੀ ਹੈ ਸਰਕਾਰ ਆ ਲਓ ਜੀ ਦੇਖੋ ਚੰਨੀ ਚੰਨੀ ਇੱਥੇ ਹੀ ਹੈ ਉਹ ਇੱਥੇ ਦਾ ਹੈਗਾਗਾ ਚਲ ਮੈਂ ਫਾਤਮਾ ਬਾਅਦ ਚ ਪੜ ਲੂੰਗਾ ਹਾਂ ਮੈਂ ਤੈਨੂੰ ਗੱਲ ਕਹਿਣੀ ਚਾਹਣਾਗਾ ਦੇਖਾ ਮੁੰਡੇ ਦਾ ਰਿਸ਼ਤਾ ਹੋ ਗਿਆ ਰਿਸ਼ਤਾ ਮੁੰਡੇ ਨੂੰ ਮੇਰਾ ਕਰਕੇ ਹੋਇਆਗਾ ਅੱਛਾ ਅੱਛਾ ਕੀ ਲੈ ਤੂੰ ਨੋਡੀ ਖਾਂ ਆਪਦੀ ਇਹੋ ਕਰੀ ਜਾਨੇ ਮੇਰਾ ਮੁੰਡਾ ਸੋਹਣਾ ਸੁਨੱਖਾ ਤੈਨੂੰ ਆਏ ਤਾਂ ਪਤਾ ਹੈ ਨਾ ਸਿਉਣੇ ਵਰਗਾ ਹੈਗਾ ਤਾਂ ਹੋਇਆ ਰਿਸ਼ਤਾ ਤੇਰੇ ਕਰਕੇ ਹੋਇਆ ਲੈ ਸਿਉਣੇ ਕਰਕੇ ਉਹਨੂੰ ਕੱਕ ਸਿਰ ਕੰਨਾਂ 'ਚ ਪਾਉਣਾ ਹੈਗਾ ਅੱਗੇ ਸਿਉਣੇ ਵਰਗਾ ਦਾ ਮੇਰੀ ਗੱਲ ਸੁਣ ਲਾ ਰਿਸ਼ਤਾ 'ਚ ਕੱਲ੍ਹ ਅਗਲਾ ਦੇਖ ਕੇ ਕਹਿੰਦਾ ਹੈਗਾ ਅਗਲਾ ਦਾ ਪਿਓ ਮੁਲਾਜ਼ਮ ਹੈਗਾ ਤੇ ਕੱਲ੍ਹ ਨੂੰ ਪੁੱਤ ਵੀ ਲੱਗ ਜੂਗਾ ਇਹ ਗੱਲ ਅਗਲਾ ਪਹਿਲਾਂ ਸੋਚਦਾ
ਵੀ ਚੱਲ ਨਾ ਵਾਲਾ ਜੇ ਨਾ ਵੀ ਪੁੱਤ ਲੱਗੂ ਤਾਂ ਕਾਹਨੂੰ ਚੰਗੇ ਪੈਸੇ ਆਉਂਦੇ ਘਰ ਬਾਰ ਕਹਿੰਦਾ 100 ਸਕੀਮਾਂ ਲਾਉਂਦਾ ਗਾ ਹੋਇਆ ਗਾ ਰਿਸ਼ਤਾ ਤੇਰੇ ਮੂੰਹ ਨੂੰ ਹੋਇਆ ਤੇਰੇ ਭੁਲੇਖਾ ਕੱਢ ਦੇ ਤੂੰ ਜਵਾਕਾਂ ਦੇ ਮੁੰਡਾ ਉਹ ਕਰਤਾ ਸਮਝ ਲਾ ਵਿਆਹ ਹੀ ਦਿੱਤਾ ਸਮਝ ਲਾ ਹਜੇ ਨਿਆਣਾ ਦੱਸ ਦੇ ਫਿਰ ਵਿਆਹ ਕਿੱਡਾ ਕੁ ਹੋ ਗਿਆ ਉਹ ਐਂ ਦੱਸ ਦੇ ਤੂੰ ਕਿੱਡਾ ਕੁ ਹੋ ਇਦੂ ਬਾਅਦ ਫਿਰ ਬਣ ਵਧਣਗੇ ਉਹਦੇ ਕਿੱਡਾ ਕੁ ਹੋ ਗਿਆ ਕੋਈ ਨੀ ਆਪੇ ਕਰਦੇ ਕਹਿ ਦੂੰਗੀ ਮੈਂ ਤੈਨੂੰ ਬਾਹਲਾ ਨਾ ਕਰਿਆ ਕਰ ਤੂੰ ਆਏ ਆ ਫਲਾਨਾ ਤੈਨੂੰ ਕਾਹੀ ਕਰਦਾ ਰਹਿਣਾ ਤੂੰ ਤਾਂ ਉਹ ਮੈਂ ਨੀ ਕਰਦਾ ਮੈਂ ਤੈਨੂੰ ਗੱਲ ਸਮਝਾਉਣਾ ਜਿਹੜੀ ਮੈਂ ਗੱਲ ਤੈਨੂੰ ਸਮਝਾਉਣਾ ਚਾਹੁੰਦਾ ਉਹ ਤੇਰੇ ਖਾਨੇ ਚ ਨੀ ਆਈ ਜੇ ਤੇਰੇ ਖਾਨੇ ਚ ਆ ਜਾਂਦੀ ਤੂੰ ਮੈਨੂੰ ਇਹ ਗੱਲ ਕਹਿਣੀ ਸੀ ਹਾਂ ਭਾਈ ਤੇਰੀ ਗੱਲ ਠੀਕ ਆ ਰਿਸ਼ਤਾ ਤਾਂ ਤੇਰੇ ਕਰਕੇ ਹੋਇਆ ਮੁੰਡੇ ਨੂੰ ਉਹ ਤਾਂ ਤੂੰ ਗੱਲ ਨੀ ਛੱਡਦੀ ਉਹ ਤਾਂ ਮੇਰਾ ਮੁੰਡਾ ਸੋਹਣਾ ਗਾ ਤੇ ਹੋਰ ਕੀ ਆ ਫਿਰ ਟਿੱਪਿਆ ਤੇ ਕੌੜ ਤੁਮੇ ਕੁੜੀ ਮੁੰਡੇ ਨੂੰ ਵਿਆਹਣੀ ਸੀ ਅਗਲੇ ਨੇ ਕਿ ਤੈਨੂੰ ਵਿਆਹਣੀ ਜੀ ਆ ਫੇਰ ਉਹੀ ਗੱਲ ਵਿਆਹਣ ਤਾਂ ਨੀ ਹੁੰਦਾ ਮੇਰੇ ਤੇ ਲਾਲਾ ਜੇ ਕਰਨ ਮੇਰੀ ਧੀ ਕਿਸੇ ਮੈਂ ਦੇ ਆ ਦਿੱਤੀ ਬਸ ਰਿਸ਼ਤਾ ਦੇ ਕੇ ਪਹਿਲਾਂ ਮੈਂ ਇਹ ਪੁੱਛਦਾ ਵੀ ਪਿਓ ਕੀ ਕਰਦਾ ਪਿਓ ਦਾ ਕਾਰੋਬਾਰ ਕੀ ਆ ਮੈਂ ਮੁੰਡਾ ਨੇ ਬੋਲਦਾ ਪਹਿਲਾਂ ਨਾਨਕੇ ਵੀ ਪੁੱਛਦਾ ਅੱਜਕੱਲ੍ਹ ਕਿੱਥੇ ਆ ਜਿਹੜਾ ਸਹੀ ਬੰਦਾ ਗਾ ਆਏ ਜਾ ਕੇ ਆਏ ਨੀ ਰਿਸ਼ਤਾ ਕਰ ਤੂੰ ਮੈਂ ਐਸੇ ਨੀ ਕਹਿੰਦੇ ਸ਼ੰਕਰ ਫੜਾ ਦੇਣਾ ਗਾ ਪਹਿਲਾਂ ਅਗਲਾ ਪਸੋ ਵਿੜਕ ਛੜਕ ਲੈਂਦਾ ਗਾ ਫਿਰ ਜਾ ਕੇ ਰਿਸ਼ਤਾ ਕਰਦਾ ਹੁੰਦਾ ਇਹ ਗੱਲਾਂ ਸੋਚਣ ਵਾਲੀਆਂ ਹੁੰਦੀਆਂ ਸਿੱਧਾ ਮੁੰਡਾ ਸੋਹਣਾ ਸਾ ਮੁੰਡੇ ਤਾਂ ਬਥੇਰੇ ਸੋਹਣੇ ਤੁਰੇ ਫਿਰਦੇ ਆ ਸੋਹਣੇ ਨੂੰ ਕਰ ਗਿਆ ਰਿਸ਼ਤਾ ਹੋਵੇ ਕੋਈ ਨੀ ਕਰੂਗਾ ਕੰਮ ਕੋਈ ਗੱਲ ਨੀ ਉਹਨੇ ਪਤਾ ਹੀ ਹੈ ਵੀ ਮੈਂ ਕਰਨਾ ਹੈ ਸਾਰੀ ਉਮਰ ਆਪਾਂ ਕਰੀ ਜਾਵਾਂਗੇ ਕਿ ਤੂੰ ਕਰੀ ਜਾਏਂਗੇ ਮੈਂ ਕਰੀ ਜਾਊਂ ਉਹਨੂੰ ਪਤਾ ਹੈ ਮੈਂ ਵੀ ਕਰਨਾ ਹੈ ਮੈਨੂੰ ਚਾਹ ਪੀ ਲੈਂਦੇ ਘੁੱਟ ਕੇ ਤੂੰ ਭੱਗ ਜਾ ਪੀ ਲਾ ਚਾਹ ਪੀਣ ਨੂੰ ਲਿਆਈ ਆ ਮੇਰੇ ਟਿਫਨ ਮਾਂ ਪਾ ਰੋਟੀ ਪਾ ਦੇ ਬਸ ਬਹੁਤ ਸਾਬ ਬਸ ਤੇ ਤਾਂ ਵੀ ਬੋਲੀ ਜਾਂਦੇ ਗੱਲ ਕਰਨ ਹੀ ਨਹੀਂ ਦਿੰਦਾ ਸੁਣਦਾ ਨਹੀਂ ਹੈਗਾ ਜਾਣ ਕੇ ਬੰਦੇ ਨੇ ਕੰਮ ਦੀ ਗੱਲ ਹੀ ਨਹੀਂ ਕਰਨੀ ਲੈ ਜਿਹੜੀ ਗੱਲ ਤੂੰ ਵੀ ਕਹਿਣੀ ਹੈ ਨਾ ਵੀ ਰਿਸ਼ਤਾ ਮੇਰੇ ਮੁੰਡੇ ਨੂੰ ਹੈ ਵੀ ਤੈਨੂੰ ਇੱਕ ਦਿਨ ਪਤਾ ਲੱਗ ਜੂ ਬਾਅਦ ਤੂੰ ਪਛਤਾਏਂਗੀ ਕੋਈ ਵੀ ਐਡਾ ਬੰਦਾ ਭਲਾ ਮਾਨਸ ਨਹੀਂ ਹੁੰਦਾ ਰਿਸ਼ਤਾ ਅਗਲਾ ਸਾਰਾ ਕੁਝ ਦੇਖ ਪਰਖ ਕੇ ਫੇਰ ਕਰਦਾ ਗਾ ਸਮਝਾਉਣ ਦੀ ਬਜਾਏ ਉਹਨੂੰ ਵਿਗਾੜੀ ਜਾਂਦੀ ਹੈ ਕਿਤੇ ਤਾਂ ਉਹਨੂੰ ਸਮਝਾਉਣਾ ਸੀ ਲੈ ਪੁੱਤ ਤੇਰਾ ਰਿਸ਼ਤਾ ਹੋ ਗਿਆ ਵਧੀਆ ਤੂੰ ਘਰੇ ਕੰਮ ਕਰਿਆ ਕਰ ਪਿਆਉਣਾ ਮਦਦ ਦਵਾਇਆ ਕਰ ਅਤੇ ਵਧੀਆ ਸੈੱਟ ਹੋ ਜਾਓ ਆਪਣੀ ਕਹਾਣੀ ਸਮਕ ਤਾਂ ਦੂਜੇ ਰੋਡ ਚੱਲੀ ਜਾਂਦੀ ਹੈ ਚੱਲ ਕੋਈ ਗੱਲ ਨਹੀਂ ਕਹਿੰਦੇ ਹੁੰਦੇ ਸਮਾਂ ਸਮਰੱਥ ਹੁੰਦਾ ਟਾਈਮ ਤੈਨੂੰ ਆਪ ਹੀ ਦੱਸ ਦੂਗਾ ਬਾਏ ਗੱਡੀ ਸਾਫ ਕਰਨ ਨੂੰ ਕਿਹਾ ਸੀਗਾ ਜਵਾਕ ਜਾ ਫਲਾ ਕੇ ਨੀ ਰਹਿ ਜੀ ਵੀ ਦੱਸ ਤੇਰਾ ਕੀ ਭਾਰ ਲੱਗਦਾ ਗਾ ਜੇ ਮਾੜਾ ਕੰਮ ਕਰ ਲੇਗਾ ਤਾਂ ਲੱਗਦਾ ਵਗ ਗਿਆ ਗੱਡੀ ਹੈ ਨਹੀਂ ਕਰੇ ਉਹ ਮਾਂ ਉਹ ਚਾਹ ਲਿਆ ਘੁੱਟ ਹੈਗੀ ਉਹਦਾ ਆ ਲਿਆਉਣੀ ਆ ਆ ਕਿਉਂ ਲੈ 600 ਜੁੰਟ ਤੇ ਕਰਤੀ ਮਾਫ ਨਸ਼ੇ ਵਾਲੇ ਫੜ ਲਏ ਆ ਗਏ ਪੁੱਤ ਹਾਂ ਮਾਂ ਆ ਗਿਆ ਡੈਡੀ ਹਾਂ ਗਏ ਚੱਲ ਵਧੀਆ ਨਹੀਂ ਤੇ ਹੋਰ ਹੀ ਗੱਲਾਂ ਸੁਣਾਈ ਜਾਂਦਾ ਰਹਿੰਦਾ 24 ਘੰਟੇ ਭਾਸ਼ਣ ਹੀ ਦਿੰਦਾ ਰਹਿੰਦਾ ਉਹ ਵਧੀਆ ਤਾਂ ਸੁਣ ਲੈ ਮੇਰੀ ਗੱਲ ਬਾਰੇ ਕੁਝ ਬੋਲ ਕੇ ਗਿਆ ਤਾਂ ਤੂੰ ਸਿਰ ਚੜਾਈ ਜਾਨੀ ਹੈ ਤੂੰ ਕੰਮ ਕਰ ਲੈ ਪੁੱਤ ਹੁਣ ਤਾਂ ਤੇਰੀ ਮੰਗਣੀ ਹੋ ਗਈ ਉਹ ਮਾਂ ਇਹ ਪੜੀ ਜਾਂਦਾ ਕਰ ਲੂੰਗਾ ਕੰਮ ਵੀ ਸਾਰੀ ਉਮਰ ਪਈ ਆ ਬਾਪੂ ਕਰੀ ਦਿੰਦਾ ਕੰਮ ਤੇ ਬਾਪੂ ਹਟ ਗਿਆ ਨਾ ਕੰਮ ਕਰਨ ਨੂੰ ਉਦੋਂ ਮੈਂ ਕਰ ਲਿਆ ਕਰੂੰਗਾ ਉਹ ਪਹਿਲੇ ਹੀ ਕਰ ਲੈ ਉਹ ਤਾਂ 100 ਕੁਛ ਬੋਲਦਾ ਐਵੇਂ ਮੇਰੀ ਗੁੱਤ ਨਹੀਂ ਪਟਾ ਦਿੰਦਾ ਵਾਧੂ ਉਹ ਤਾਂ ਹੈ ਹੀ ਕੰਜੂਸ
ਕਦੇ ਮੈਨੂੰ ਕਦੇ ਕਹਿ ਚੰਗਾ ਕੰਮ ਵੀ ਕਿ ਤੂੰ ਚੰਗਾ ਕੰਮ ਕਰ ਲੈ ਵੀ ਤੂੰ ਚੰਨੀ ਤੂੰ ਚੰਗਾ ਮਾੜਾ ਹੀ ਕਹਿੰਦਾ ਮਾੜਾ ਹੀ ਕਹਿੰਦਾ ਵੀ ਤੂੰ ਨਿਕੰਮਾ ਤੂੰ ਨਿਕੰਮਾ 24 ਘੰਟੇ ਇਹੀ ਕੰਮ ਕਹੀ ਜਾਂਦਾ ਰਹਿੰਦਾ ਮੈਨੂੰ ਤੇ ਉਹੀ ਤਾਂ ਗੱਲ ਹੈ ਪੁੱਤ ਤੂੰ ਵੀ ਚੰਗਾ ਬਣ ਕੇ ਦਿਖਾ ਦੀ ਚੰਗਾ ਰੋਜ਼ ਮੈਨੂੰ ਸੁਣਨੀਆਂ ਪੈਂਦੀਆਂ ਨੇ ਉਹ ਮਾਂ ਤੇਰਾ ਪੁੱਤ ਤੇਰਾ ਚੰਗਾ ਹੀ ਹੈ ਤੇਰੇ ਸਾਹਮਣੇ ਦੇਗਾ ਉਹ ਤਾਂ ਮੈਨੂੰ ਪਤਾ ਹੈ ਪਰ ਉਹ ਮੰਨਦਾ ਨਹੀਂ ਨਾ ਉਹ ਤਾਂ ਪਾਣੀ ਨਹੀਂ ਪੈਣ ਦਿੰਦਾ ਪੈਰਾਂ ਤੇ ਬੋਲੀ ਉਹ ਨਹੀਂ ਮੰਨਦਾ ਉਹ ਹੀਰਾ ਬਣ ਜਾਣਾ ਉਹ ਵੀ ਫੇਰ ਕਹੂਗਾ ਇਹ ਤੇ ਦੂਜਾ ਪੱਥਰ ਦਾ ਐਂ ਕਹੂਗਾ ਉਹਦੇ ਉਹੀ ਗੱਲ ਹੀ ਹੈ ਨਾ ਚੱਲ ਪੁੱਤ ਤੂੰ ਨਾ ਆਪਦੇ ਬੰਨੂ ਪੂਰਾ ਉਹ ਕਰਾ ਕਰਨੀ ਕੰਮ ਵਧੀਆ ਕਰਨੀ ਪੜ੍ਹ ਕੇ ਜੇ ਕੋਈ ਜੋਬ ਮਿਲਦੇ ਤਾਂ ਵੀ ਵਧੀਆ ਨਹੀਂ ਫਿਰ ਕੋਈ ਕੰਮ ਵੇਖ ਲਈ ਮੈਂ ਜੋਬ ਨਹੀਂ ਕਰਦਾ ਬਾਪੂ ਮੈਂ ਬਿਜ਼ਨਸ ਕਰੂੰਗਾ ਅੱਛਾ ਹਾਂ ਵਧੀਆ ਬਿਜ਼ਨਸ ਕਰਾਂਗੇ 20-20 ਬੰਦੇ ਕੰਮ ਕਰਿਆ ਕਰਨਗੇ ਆਪਾਂ ਥੱਲੇ ਠੀਕ ਬਾਪੂ ਥੱਲੇ ਜਾ ਕੇ ਕੰਮ ਕਰਦਾ ਆਪਾਂ 20-20 ਬੰਦੇ ਰੱਖਾਂਗੇ ਤੂੰ ਟੈਨਸ਼ਨ ਨਾ ਤੂੰ ਕੁਰਸੀ ਤੇ ਬਿਠਾਏ ਤੈਨੂੰ ਮੈਂ ਠੀਕ ਹਾਂ ਤੂੰ ਐਂ ਕਰ ਮੈਨੂੰ 2,000 ਰੁਪਇਆ ਦੇ ਹੈਂ 2,000 ਰੁਪਇਆ ਕਾਹਦੇ ਵਾਸਤੇ ਦੇ ਮਾਂ ਉਹ ਮੇਰੇ ਯਾਰ ਤੋਂ ਇਹਦੀ ਜਨਮ ਦਿਨ ਉਹਦਾ ਤੂੰ ਕੇਕ ਲੈ ਕੇ ਜਾਣਾ ਤੇ ਉੱਤੇ ਗਿਫਟ ਵੀ ਲੈ ਕੇ ਜਾਣਾ ਉਹ ਤਾਂ ਮੈਨੂੰ ਮੋਬਾਈਲ ਕਹਿੰਦਾ ਜੇ ਮੈਂ ਆਈਫੋਨ ਦੇਣਾ ਮੈਂ ਆਈਫੋਨ ਦਿੰਦਾ ਅਗਲੀ ਵਾਰ ਦਊਂਗਾ ਕਦੋਂ ਮੈਂ ਬਿਜ਼ਨਸ ਸ਼ੁਰੂ ਕਰ ਲਿਆ ਕਾਮਲਾ ਤੂੰ ਐਵੇਂ ਫੁੱਕਾ ਦੇਈ ਜਾਂਦੇ ਨੇ ਲੋਕ ਤੈਨੂੰ ਪਤਾ ਵੀ ਪਿਓ ਕੰਮ ਕਰਦਾ ਵਧੀਆ ਨੌਕਰੀ ਆਇਆ ਜੋਬ ਆਇਆ ਤਾਂ ਕਰਦੇ ਤੈਨੂੰ ਤੈਨੂੰ ਐਵੇਂ ਫੁੱਕਾਈ ਜਾਂਦੇ ਨੇ ਉਹ ਮਾਂ ਤੈਨੂੰ ਪਤਾ ਨਹੀਂ ਇਹ ਇੰਜੋਇਮੈਂਟ ਹੁੰਦਾ ਯਾਰ ਦੋਸਤ ਇਕੱਠੇ ਹੁੰਦੇ ਨਾ ਮੋਟਰ ਤੇ ਨਜ਼ਾਰਾ ਆ ਜਾਂਦਾ ਕਦੋਂ ਕੇਕ ਕੱਟਦੇ ਇੱਕ ਦੂਜੇ ਦੇ ਮੂੰਹ ਤੇ ਲਾਉਣੇ ਆ ਹਾਂ ਤੂੰ ਮਾਂ ਬਣ ਕੇ ਲੈ ਕੇ ਦੇ 2,000 ਰੁਪਇਆ ਥੋੜਾ ਨਾ ਸਾਰ ਲਾ ਪੁੱਤ ਬਣ ਕੇ ਲੈ ਮਾਂ ਇੰਨੇ ਪੈਸੇ ਆ ਤੂੰ ਆਪਣੇ ਪੁੱਤ ਨੂੰ 2,000 ਰੁਪਇਆ ਨਹੀਂ ਦੇਣਾ ਬਸ ਮੈਂ 2,000 ਰੁਪਇਆ ਨਹੀਂ ਦਿੰਦਾ 1,000 ਰੁਪਇਆ ਲੈ ਦਿੰਦੀ ਆ ਮੈਂ 1 ਰੁਪਇਆ ਵੀ ਨਹੀਂ ਲੈਂਦਾ ਤੇਥੋਂ ਬਸ ਮੈਨੂੰ ਬੁਲਾਈ ਨਾ ਮੁਰਕੇ ਦੇਖੀ ਐਂ ਕਿਉਂ ਕਰਦਾਗਾ ਚੱਲ ਦੇਖਦੀ ਹਾਂ ਹੁਣ ਬਣੂ ਗੱਲ ਹੁਣ ਲਿਆਓ 2,000 ਦੇਖ ਕਿਵੇਂ ਮੂੰਹ ਬਣਾਈ ਬੈਠਾ ਲੈ ਫੜ ਮੈਂ ਨਹੀਂ ਬੋਲਦਾ ਤੈਨੂੰ ਮੈਂ ਤਾਂ ਆਦੀ ਸੀ ਲੈ ਫੜ ਮੈਂ ਨਹੀਂ ਲੈਣਾ ਤੂੰ ਬੈਗ ਤੋੜ ਦਿੰਨੀ ਆ ਮੇਰਾ ਹੈ ਓਹੋ ਲੈ ਫੜ ਪੁੱਤ ਮੈਨੂੰ ਦੇਖਣ ਨੂੰ ਹੋਰ ਕੀ ਹੈ ਉਹੀ ਹੈ ਉਹੀ ਤਾਂ ਗੱਲ ਹੈ ਹੋਰ ਲੋੜ ਤਾਂ ਹੋਰ ਦੱਸ ਨਾ ਨਾ ਮਾ ਬਹੁਤ ਹੈ ਚੱਲ ਸ਼ਾਮ ਨੂੰ ਲੈ ਕੇ ਜਾਊਂਗਾ ਖੁਸ਼ ਆ ਹੂੰ ਚਲ ਠੀਕ ਹੈ ਮਾਤਾ ਇੰਨੇ ਨਾਲ ਹੀ ਫੁੱਲ ਜਾਂਦੀ ਆ ਹੋਰ ਪੁੱਤ ਸਾਰੇ ਠੀਕ ਠਾਕ ਆ ਉੱਥੇ ਹਾਂ ਬੁਆ ਸਾਰੇ ਠੀਕ ਨੇ ਚਲ ਚੰਗਾ ਤੇਰੇ ਡੈਡੀ ਦਾ ਕੀ ਹਾਲ ਆ ਠੀਕ ਠਾਕ ਹਾਂ ਠੀਕ ਆ ਬੁਆ ਹਾਂ ਕੁੜਪ੍ਰੀਤੀ ਪਾਣੀ ਲੈ ਕੇ ਆ ਪੁੱਤ ਵੀਰਾ ਆਇਆਗਾ ਅੰਦਰ ਬੈਠੀ ਹੈ ਅੰਦਰ ਬੈਠੀ ਹੈ ਬਸ ਤੈਨੂੰ ਪਤਾ ਹੀ ਹੈ ਉਹਦਾ ਹੋਰ ਤੇਰਾ ਦੱਸ ਪੜਾਈ ਪੜੂਈ ਵਧੀਆ ਚੱਲੀ ਜਾਂਦੀ ਹੈ ਚੱਲੀ ਜਾਂਦਾ ਬੁਆ ਨਾ 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 ਕੋਈ ਜੋਬ ਦੇਖੀ ਨਾ ਜੇ ਮਿਲੂਗੀ ਕੋਈ ਚਲ ਚੰਗੀ ਗੱਲ ਹੈ ਹਾਂ ਸਤਿ ਸ਼੍ਰੀ ਅਕਾਲ ਬਈ ਠੀਕ ਆ ਵਧੀਆ ਤੂੰ ਦੱਸ ਪਾਣੀ ਲੈ ਦੇ ਹੁਣ ਗੱਲਾਂ ਮਾਰੀ ਜਾਂਦੀ ਹੈ ਐਂ ਕਰਦੀ ਹੈਗੀ ਟਲਦੀ ਵਾਲਾ ਕੰਮ ਤੋਂ ਪਤਾ ਤਾਂ ਹੈਗਾ ਤੈਨੂੰ ਮੈਂ ਤਾਂ ਪੁੱਤ ਤੈਨੂੰ ਐਂ ਸੱਦਿਆਗਾ ਤੈਨੂੰ ਤਾਂ ਪਤਾ ਹੀ ਹੈ ਰਿਸ਼ਤਾ ਤਾਂ ਇਹਦਾ ਆਪਾਂ ਕਰ ਹੀ ਦਿੱਤਾ ਦੇਖੋ ਤੇਰੇ ਡੈਡੀ ਨਾਲ ਗਿਆ ਸੀ ਹਾਂ ਡੈਡੀ ਹੁਣ ਮੈਂ ਤਾਂ ਐਂ ਕਹਿੰਦੀ ਸੀ ਵਿਆਹ ਦੀ ਤਿਆਰੀ ਸਾਰੀ ਤੂੰ ਕਰਵਾਈ ਪੁੱਤ ਨਾਲ ਲੱਗ ਕੇ ਨਹੀਂ ਕੋਈ ਟੈਨਸ਼ਨ ਨਹੀਂ ਪੂਰਾ ਨਾਲ ਸਾਰਾ ਹੋਰ ਅੱਗਾ ਤੱਗਾ ਤਾਂ ਹੀ ਕਰਨਾ ਮੂਰੇ ਹੋਰ ਹੋਰ ਇੱਧਰ ਬਹਿ ਜਾ ਉਰੇ ਆ ਜਾ ਅੱਲਾ ਦੇਖ ਲੈ ਲੱਕੀ ਗਾਹਾਂ ਕੀ ਇਹਦਾ ਹਾਲ ਹੋਊਗਾ ਇੰਨੀ ਕੁ ਗੱਲ ਨਹੀਂ ਕਹਿੰਦੀ ਕਹਿੰਦੀ ਲੈ ਤੂੰ ਤਾਂ ਝਿੜਕ ਝਿੜਕ ਪੈਣੀ ਹੈ ਹੋਰ ਸਮਝਾ ਦੇ ਇਹਨੂੰ ਮਾੜਾ ਜਾ ਤੂੰ ਵੀ ਕੱਢੋ ਬੂਆ ਨੂੰ ਕਰੋ ਮੈਂ ਗਿਰਲੀ ਜੀ ਨੂੰ ਇੱਥੇ ਆ ਸਾਰਾ ਦਿਨ ਲੜਦੀ ਰਹਿੰਦੀ ਹੈ ਆ ਦੇਖ ਲੈ ਫੇਰ ਆ ਜਾ ਕਰੂੰਗੀ ਚੱਲ ਉਹਦਾ ਤੇਰਾ ਘਰ ਹੈ ਉਹ ਨਹੀਂ ਆਉਂਦੇ ਫਿਰ ਕੰਮ ਤੋਂ ਬਿਨਾ ਹਾਂ ਫੇਰ ਆ ਜਾਉਂਗੀ ਲੜਛਾ ਕਰਕੇ ਸਾਰ ਆਏ ਕਿਵੇਂ ਆ ਜੀ ਆ ਬੈਠਾ ਵੀਰਾ ਤੇਰਾ ਫੜ ਕੇ ਬਾਹ ਸਿੱਟਿਆ ਗੁਰੂ ਤੇ ਚੱਲ ਬੈਠ ਆਪਦੇ ਘਰੇ ਹੈ ਹੋਰ ਵਧੀਆ ਗੱਲ ਹੀ ਪੂਆ ਹੋਇਆ ਗੁਰੂ ਮੈਂ ਬੇਫਾਲਤੂ ਸਾਡੇ ਖਰਚ ਕਰਵਾਉਂਦੀ ਰਹਿੰਦੀ ਹੈ ਜਦੋਂ ਸ਼ਹਿਰ ਜਾਓ ਪਿੱਛੇ ਫੋਨ ਆਉਂਦੀ ਹੈ ਤੂੰ ਤਾਂ ਮੈਂ ਤਾਂ ਖੁਦ ਹੀ ਡਰਦਾ ਉਹਦਾ
ਆਪਣਾ ਮੁਲਾਜ਼ਮ ਹੈ ਨਾ ਪਿਓ ਵਧੀਆ ਮੁੰਡਾ ਕੰਮ ਕਰਤਾ ਕੀ ਗੱਲ ਹੈਗੀ ਮੇਰੀ ਗੱਲ ਸੁਣ ਚੰਗੀ ਜ਼ਮੀਨ ਜਾਇਦਾਦ ਹੈਗੀ ਆਪਾਂ ਨੂੰ ਕੀ ਲੋੜ ਹੈਗੀ ਬਾਹਲਾ ਉਹ ਕਰਨ ਦੀ ਘਰ ਬਾਰ ਸੋਹਣਾ ਕੁੜੀ ਜਾਂਦੀ ਰਾਜ ਕਰੂ ਆਪਣੀ ਨਹੀਂ ਉਹ ਤਾਂ ਭੂਆ ਠੀਕ ਹੈ ਕਈ ਆਏ ਨਾ ਮੁਲਾਜ਼ਮਾਂ ਦੇ ਮੁੰਡੇ ਅੱਜ ਕੱਲ੍ਹ ਨਸ਼ਾ ਕਰਦੇ ਨੇ ਬਾਲੇ ਬਾਕੀ ਪਤਾ ਨੀ ਹੁੰਦਾ ਬਾਅਦ ਚ ਹੀ ਪਤਾ ਲੱਗਦਾ ਨਾ ਨਾ ਪੁੱਤ ਇਹੋ ਜਿਹੀ ਤਾਂ ਕੋਈ ਗੱਲ ਨੀ ਦੇਖਣੀ ਪਰਖਣੀ ਬੜੀ ਸੋਹਣੀ ਹੈ ਕੋਈ ਨਸ਼ੇ ਵਾਲਾ ਮੁੰਡਾ ਤਾਂ ਰਲਦਾ ਹੀ ਨੀ ਹੈਗਾ ਦੇਖੋ ਨਾ ਤਾਂ ਕੋਈ ਵੀ ਲਾ ਲੈ ਭੂਆ ਦੇਖਣੀ ਪਰਖਣੀ ਤੋਂ ਕੀ ਪਤਾ ਲੱਗਦਾ ਆਹੀ ਤਾਂ ਗੱਲ ਹੈ ਤੂੰ ਚੁੱਪ ਕਰ ਜਾ ਬਹਾਨੇ ਜੇ ਲੱਭੀ ਜਾਂਦੀ ਰਹਿੰਦੀ ਹੈਗੀ ਇਹ ਹੁਣ ਤੇਰਾ ਰਿਸ਼ਤਾ ਮਾੜਾ ਤੇਰਾ ਮਾਮਾ ਨਾਲ ਗਿਆ ਸੀ ਮਾੜਾ ਕਰਕੇ ਆਵਾਂਗੇ ਦੇਖ ਲੈ ਲੱਕੀ ਸਮਝਾ ਦੇ ਪੁੱਤ ਮਾੜਾ ਜਿਹਾ ਇਹਨੂੰ ਡੈਡੀ ਵੀ ਕਹਿੰਦੇ ਸੀ ਕਹਿੰਦੇ ਵੀ ਮੁੰਡਾ ਦੇਖਣ ਚ ਤਾਂ ਠੀਕ ਲੱਗਦਾ ਬਾਕੀ ਕਹਿੰਦੇ ਦੇਖੋ ਕੀ ਕਹਿ ਸਕਦੇ ਵੀ ਨਹੀਂ ਕਹਿੰਦਾ ਤੂੰ ਦੱਸ ਕਰ ਵਿਆਹ ਕਰਾਂ ਮੇਰਾ ਵਿਆਹ ਤਾਂ ਹਜੇ ਸਾਲ ਤੱਕ ਕਰਦੇ ਨਹੀਂ ਡੈਡੀ ਕਹਿੰਦੇ ਸੀ ਵੀ ਅਗਲੇ ਸਾਲ ਕਰਾਂਗੇ ਪੜਾਈ ਦੇ ਕੋਰਸ ਕਾਰਸ ਤਾਂ ਪੂਰੇ ਕਰ ਲੈਂਦੇ ਇਹਨੂੰ ਕੋਈ ਜੌਬ ਜੂਬ ਕਰੂਗਾ ਪਹਿਲਾਂ ਤੇਰਾ ਵਿਆਹ ਦੇਖਣਾਗਾ ਫਿਰ ਮੈਂ ਆਪਦਾ ਕਰਵਾਉਂ ਇਹ ਤਾਂ ਮੇਰੇ ਤੇ ਔਖੀ ਹੋਈ ਪਈ ਆ ਭਾਈ ਮੈਂ ਕੀ ਕਰਾਂ ਮੈਂ ਤਾਂ ਬੋਲਦੀ ਨਹੀਂ ਹੁਣ ਆਪਾਂ ਛੱਡ ਪਰਾਂ ਤੇ ਵਿਆਹ ਦੀਆਂ ਤਿਆਰੀਆਂ ਕਰਨੀਆਂ ਨੇ ਠੀਕ ਆ ਲੀੜਾ ਕੱਪੜਾ ਜੋ ਵੀ ਆ ਬਠਿੰਡੇ ਤੋਂ ਆਪਾਂ ਲੈ ਕੇ ਆਉਣਾ ਸਾਰਾ ਕੁਝ ਠੀਕ ਆ ਫਰਨੀਚਰ ਆ ਤੇਰੀ ਜ਼ਿੰਮੇਵਾਰੀ ਆ ਆਪ ਦਵਾ ਕੇ ਲਈ ਠੀਕ ਆ ਬਾਕੀ ਉਹਨਾਂ ਦੀ ਮੰਗ ਤਾਂ ਹੈ ਨਹੀਂ ਸੀਗੀ ਕੋਈ ਇਹ ਵੀ ਤੈਨੂੰ ਦੱਸ ਦਿੰਦੀ ਆ ਉਹ ਤਾਂ ਹੁਣ ਆਪਣੇ ਕੱਲੀ ਧੀ ਆ ਭਾਈ ਫਿਰ ਕੱਲ ਨੂੰ ਇਹ ਨਾ ਮੈਨੂੰ ਉਹ ਕਹੇ ਵੀ ਮਾਂ ਨੇ ਕੀ ਦਿੱਤਾ ਹੈਗਾ ਤੇ ਸਿਆਉਣੇ ਦੀ ਸਾਰੀ ਤੇਰੀ ਡਿਊਟੀ ਹੈ ਜਿਹੜਾ ਉਹਨੂੰ ਮਾੜਾ ਮੋਟਾ ਪਾਉਣਾ ਹੈਗਾ ਆਪਾਂ ਮੈਨੂੰ ਤਾਂ ਪੁੱਤ ਕੱਲੀ ਨੂੰ ਕਿੱਧਰ ਕਿੱਧਰ ਹੋਊਗੀ ਤੂੰ ਆਪ ਹੀ ਸਮਝਦਾ ਰਹੇਗਾ ਠੀਕ ਆ ਬੂਆ ਹੈ ਚੱਲ ਚਾਹ ਬਣਾ ਲਾ ਮੈਂ ਘੁੱਟ ਹਾਂ ਬਣਾ ਲੂੰਗਾ ਚੱਲ ਹੁਣ ਭੈਣ ਭਾਈ ਨਾ ਲੜ ਲਓ ਗੱਲਾਂ ਕਰ ਲਓ ਉਹ ਸੱਚੇ ਨੂੰ ਕਹੀ ਉਹ ਖਾਂਦੀ ਹੈ ਬੱਤੀਆਂ ਜੀਆਂ ਚੰਗਾ ਹਟੀ ਨਹੀਂ ਖਾਣਾ ਨਾ ਨਾ ਹਟੀ ਤੇਰੇ ਕੋਲ ਫੇਰ ਸ਼ਿਕਾਇਤ ਲਾਉਣੀ ਹੈ ਮੇਰੀ ਹਟ ਜਾ ਬੱਤੀਆਂ ਖਾਣਾ ਪੱਥਰੀ ਬਣ ਗਈ ਇਹਨਾਂ ਨੇ ਰੱਖਣਾ ਵੀ ਨਹੀਂ ਤੈਨੂੰ ਨਾ ਰੱਖੇ ਵਧੀਆ ਘਰੇ ਜ਼ੋਰ ਦੇਣਗੇ ਮੈਨੂੰ ਤਾਂ 4 ਦਿਨਾਂ ਬਾਅਦ ਮੈਂ ਤਾਂ ਫੇਰ ਇੱਥੇ ਆ ਜੂਗੀ ਉਹ ਤਾਂ ਮੈਨੂੰ ਆਪ ਹੀ ਦੂਰ ਭਜਾ ਦੇ ਕਰੋ ਤਾਂ ਤੁਹਾਡਾ ਰੋਲੀ ਕਰ ਦੇ ਉੱਥੇ ਨਾ ਖਾਇਆ ਕਰੀ ਐਵੇਂ ਸੱਸ ਲੜਾਇਆ ਕਰੂਗੀ ਮੈਂ ਕਿਹਾ ਕਰੂ ਉਹਨਾਂ ਨੇ ਕੀ ਸਿਖਾਇਆ ਤੈਨੂੰ ਮੈਂ ਤਾਂ ਸੱਸ ਨੂੰ ਵੀ ਲੱਗ ਸੱਸ ਨਹੀਂ ਖਾਂਦੀ ਹੁਣ ਫਿਰ ਤੇ ਮੈਂ ਤਾਂ ਮੰਮੀ ਨੂੰ ਪਕਵਾਇਆ ਸੀ ਤਾਂ ਉਹਨੂੰ ਖਾਦਾ ਨਹੀਂ ਉਹਨੂੰ ਵੀ ਖਵਾ ਦਿੰਦੀ ਹਾਂ ਤੂੰ ਤਾਂ ਜਮੀ ਕਮਲੀ ਹੈ ਮੰਮੀ ਤਾਂ ਫਿਰ ਵੀ ਸਿਆਣੀ ਹੈ ਤੇਰੀ ਮੰਮੀ ਸਿਆਣੀ ਮੰਮੀ ਦੀ ਸਿਆਣੀ ਦੀ ਗੱਲ ਤਾਂ ਮਰਾ ਕੇ ਮੈਂ ਪੁੱਛੇ ਮੁੰਡੇ ਬਾਰੇ ਮੁੰਡਾ ਕੀ ਕਰਦਾ ਮੈਨੂੰ ਉਹਦੇ ਪਿਓ ਬਾਰੇ ਦੱਸਣ ਲੱਗ ਗਈ ਐਵ ਜੀ ਅਮਾ ਮੇਰੀ ਕਮਲੀ ਜੀ ਕਰੀ ਆ ਮੈਂ ਡੈਡੀ ਨੂੰ ਵੀ ਕਿਹਾ ਸੀ ਵੀ ਡੈਡੀ ਕਹਿੰਦੇ ਵੀ ਭੈਣ ਕਿਹੜਾ ਕਿਸੇ ਦੀ ਮੰਨਦੀ ਆ ਇੱਕ ਵਾਰੀ ਉਹ ਕਹਿੰਦੇ ਵੀ ਮੁੰਡਾ ਦੇਖਣ 'ਚ ਤਾਂ ਠੀਕ ਲੱਗਦਾ ਮੈਂ ਡੈਡੀ ਦੇਖਣ 'ਚ ਤਾਂ ਆਪਾਂ ਪਰਖਣੀ ਸਭ ਠੀਕ ਹੀ ਲੱਗਦੇ ਨੇ ਅੰਦਰੋਂ ਬਾਅਦ 'ਚ ਪਤਾ ਲੱਗਦਾ ਗਾ ਮੈਂ ਤਾਂ ਬਸ ਜ਼ਿਆਦਾ ਤਾਂ ਬੋਲਦੀ ਵੀ ਹਾਂ ਚੱਲ ਮੰਮੀ ਦੀ ਖੁਸ਼ੀ ਹੈਗੀ ਹੈ ਨਾ ਮੈਂ ਤਾਂ ਚੱਲ ਚਲੀ ਜਾਂਦੀ ਹਾਂ ਚੱਲ ਪਤਾ ਨਹੀਂ ਲੱਗਦਾ ਤਾਂ ਹੀ ਭੂਆ ਨੂੰ ਮੈਂ ਵੀ ਨਹੀਂ ਬੋਲਾ ਗਿਆ ਮੈਂ ਕਿਹਾ ਮੈਂ ਚਲੋ ਭੂਆ ਨੂੰ ਜਿਵੇਂ ਸਹੀ ਲੱਗਦਾ ਕਰ ਲੈਣ ਤਾਂ ਹੀ ਮੈਂ ਨਹੀਂ ਕੁਛ ਬੋਲਦੀ ਪਈ ਕਿ ਹੁਣ ਤਾਂ ਮੈਂ ਥੋੜਾ ਜਿਹਾ ਮੈਂ ਕਿਹੜਾ ਵਿਆਹ ਕਰਾਉਣਾ ਚਾਹੀਦਾ ਸੀ ਚੱਲ ਮੰਮੀ ਦੀ ਸ਼ੌਕ ਹੈ ਵੀ ਮੈਂ ਤਾਂ ਚੱਲ ਚਲੀ ਜਾਂਦੀ ਹਾਂ ਹਲੇ ਤਾਂ ਹੀ ਨਹੀਂ ਆਇਆ ਹੈਗੇ 11 ਵੱਜ ਗਏ ਕੀ ਕਰਾਂ ਫੋਨ ਵੀ ਨਹੀਂ ਹੈਗਾ ਮੇਰੇ ਕੋਲ ਨਹੀਂ ਫੋਨ ਕਰਕੇ ਪਤਾ ਕਰ ਲਾ ਇੰਨਾ ਲੇਟ ਹੋ ਗਈ ਫਿਕਰ ਹੋਈ ਪਈ ਹੈ ਮੈਨੂੰ ਤਾਂ ਆ ਬੈਠੀ ਅੰਦਰ ਵੜ ਕੇ ਬਹਿ ਜਾਂਦੀ ਹੈ ਮੈਂ ਬਾਹਰ ਬਾਹਰ ਦਾ ਫੁੱਟ ਆ ਗਏ ਆ ਗਿਆ ਅੰਦਰ ਤਾਂ ਹੁਣ ਮੈਂ ਬਹਿਣਾ ਹੀ ਆ ਮੈਂ ਤਾਂ ਡੀਕ ਡੀਕ ਕੇ ਆ ਬੈਠੀ ਚੁੱਪ ਕਰੀ ਉਹ ਸਾਡਾ ਕਿਹੜਾ ਕੋਈ ਤੈਨੂੰ ਪਤਾ ਹੈ ਅੱਜ ਰੇਡ ਮਾਰੀ ਸੀਗੀ ਅੱਛਾ ਮੈਂ ਕਿੱਥੋਂ ਪਾਇਆ ਲੋਕਾਂ ਕੋਲੇ ਪੈਸੇ ਇੰਨੇ ਪੈਸੇ ਨੇ ਕਿਹੜੇ ਬਾਪ ਦੇ ਬਾਪ ਦੇ ਕੀ ਬਾਤ ਕਰ ਤਾਂ ਕਰਕੇ ਤੈਨੂੰ ਪਤਾ ਹੈਗਾ ਜੋ ਕਿਤੇ ਕੰਮ ਜਾਣਾ ਪੈਂਦਾ ਉਹ ਤਾਂ ਪਤਾ ਹੀ ਹੈ ਤਾਂ ਕਰਕੇ ਲੇਟ ਹੋ ਗਿਆ ਉਹ ਤਾਂ ਸਾਡਾ ਪੈਰੇ ਸਾਡੇ ਤਾਂ ਚੱਲਦੇ ਰਹੇ ਘਾਟੇ ਵਾਦੇ ਤੂੰ ਮੈਨੂੰ ਐਂ ਦੱਸ ਤੇ ਨਿੰਦੀ ਦਾ ਉਹ ਵੀ ਆ ਜੂਗਾ ਕੋਈ ਨਹੀਂ ਯਾਰਾਂ ਦੋਸਤਾਂ ਕੋਲੇ ਹੋਣਾਗਾ ਨਾਲੇ ਸੱਚ ਯਾਰ ਦੋਸਤ ਉਹਦੇ ਦਾ ਕਿਹਦਾ ਜਨਮ ਦਿਨ ਸੀਗਾ ਉਹ ਕੇ ਆ ਜੂਗਾ ਟਾਈਮ ਕੀ ਹੋਇਆ ਪਿਆ ਉਹਦੀ ਤਾਂ ਫਿਕਰ ਨਹੀਂ ਕਿ ਜਿਹਦੀ ਫਿਕਰ ਚਾਹੀਦੀ ਆ ਜਿਹਦੀ ਫਿਕਰ ਆ ਉਹਦੀ ਕਰਦੀ ਨਹੀਂ ਮੇਰਾ ਕਿ ਮੈਂ ਤਾਂ ਆਈ ਜਾਣਾ ਘਰੇ ਮੈਂ ਕਹਿ ਵਾਰੇ ਕਹਿੰਦਾ ਵੀ ਵਿਆਹ ਦਾ ਕੰਮ ਆ ਤੂੰ ਨਾ ਜਾਣ ਜਾਗਾ ਪਾਰਟੀ ਪਾਰਟੀ ਦੀ ਫੜ ਲੋ ਪੁੱਛ ਪਾਰਟੀ ਪਾਰਟੀ ਕਰਦੀ ਰਹਿੰਦੀ ਆ ਸਾਧਨ ਉਹ ਜੇ ਬਾਹਰ ਪਾਰਟੀਆਂ ਜਾਊਗਾ ਸੌ ਕੁਛ ਮਿੰਟੀ ਟੱਕਰ ਦੀ ਅੱਜ ਕੱਲ੍ਹ ਉਹਨਾਂ ਨਾਲ ਰਲ ਜੂਗਾ ਕੱਲ੍ਹ ਨੂੰ ਨਸ਼ਾ ਪੈਗਾ ਸਾਰੀ ਉਮਰ ਜ਼ਿੰਦਗੀ ਬਰਬਾਦ ਹੋ ਜੂ ਉਹਦੀ
ਤੈਨੂੰ ਕਈ ਵਾਰੀ ਕਿਹਾ ਵੀ ਨਾ ਬਾਹਰ ਜਾਣ ਦੇ ਕਰ, ਉਹਨੂੰ ਕਹਿ ਦਿਆ ਕਰ, ਕਹਿ ਦਿਆ ਕਰ। ਮੈਂ ਤਾਂ ਕਹਿਣੀ ਆ, ਚੱਲ ਫਿਰ ਵੀ ਹੋ ਜਾਂਦਾ ਯਾਰਾਂ ਦੋਸਤਾਂ ਚ ਹੋ ਜਾਂਦਾ ਲੇਟ ਫੇਟ, ਉਹ ਵੀ ਕੀ ਕਰੇ, ਜ਼ਬਰਦਸਤੀ ਫੜ ਲੈਂਦੇ ਨੇ ਵੀ ਬਹਿ ਜਾ ਚੱਲ ਬਹਿ ਜਾ। ਨਹੀਂ ਫੜਦਾ ਕਿਸੇ ਨੂੰ, ਅਸੀਂ ਕਿਹੜਾ ਉਮਰ ਤੇ ਨਹੀਂ ਗਏ, ਇਹਨਾਂ ਉਮਰਾਂ ਚ ਗਏ ਬੰਦੇ ਦੇ ਆਪਦੇ ਸਾਰੇ ਵੀ ਹੁੰਦਾ ਗਾ। ਕੱਪੜੇ ਬਦਲ ਲੈਣਾ ਤੇ ਫਿਰ ਲੈ ਖਾ ਲੈਂਦੇ, ਰੋਟੀ ਤਾਂ ਖਾਣੀ ਪਊਗੀ। ਚੱਲ ਕੱਪੜੇ ਬਦਲੋ ਤੁਸੀਂ, ਮੈਂ ਲਿਆਉਣੀ ਆ ਰੋਟੀ। ਚੱਲ ਮੈਂ ਬਦਲਦਾ ਕੱਪੜੇ, ਤੂੰ ਲਿਆ ਰੋਟੀ। ਅੱਜ ਉਹ ਪਾਰਟੀਆਂ 'ਚ ਜਾਂਦਾ ਗਾ, ਮੈਨੂੰ ਬਹੁਤ ਟੈਨਸ਼ਨ ਲੱਗੀ ਵੀ ਵੀ ਕੀ ਬਣੂ ਉਹਦਾ। ਹੁਣ ਤਾਂ ਉਹਨੂੰ ਸੁਧਰਨਾ ਚਾਹੀਦਾ ਯਾਰ, ਹੁਣ ਤਾਂ 4 ਦਿਨਾਂ ਨੂੰ ਵਿਆਹ ਆ ਉਹਦਾ, ਹੁਣ ਨਾ ਸੁਧਰ ਕੇ ਸੁਧਰੂ ਕਿਦੋਂ, ਪਰ ਟਾਈਮ ਆ ਕੋਈ ਘਰੇ ਬਣਨ ਦਾ। ਕਿੱਧਰ ਭੱਜ ਗਿਆ ਉਹ? ਡਿਊਟੀ ਜਾਣਾ ਤੂੰ ਤਾਂ ਪੈ ਜਾਂਦਾ, ਮੈਂ ਫੇਰ ਹੀ ਪਹੁੰਚ ਗਿਆ ਉਹ, ਤੈਨੂੰ ਤਾਂ ਉਹ ਤਾਂ ਫਿਕਰ ਨਹੀਂ, ਮੈਨੂੰ ਤਾਂ ਹੈਗਾ ਗਾ, ਤਾਂ ਹੀ ਤੈਨੂੰ ਕਹਿਣਾ ਬੰਦਾ ਉਹਨੂੰ ਮਾੜਾ ਮੋਟਾ ਸਮਝਾ ਦੇ, ਟਾਈਮ ਨਾਲ ਘਰੇ ਆ ਜਾ ਕਰੀ। ਅੱਛਾ ਟਾਈਮ ਨਾਲ ਪੈ ਜਾ ਕਰੀ, ਲੈ ਦੇਖ ਲਾ ਮੈਨੂੰ ਆਖੇ ਫਿਕਰ ਨਹੀਂ, ਮੈਨੂੰ ਫਿਕਰ ਨਹੀਂ ਹੈਗਾ ਉਹਦਾ, ਜੇ ਫਿਕਰ ਹੁੰਦਾ ਤਾਂ ਸੌਂਦੀ ਨਹੀਂ ਸੀ, ਫਿਰ ਉਹ ਰੋਜ਼ ਕਿਹਾ ਕਰੇ ਪੁੱਤ ਟਾਈਮ ਨਾਲ ਘਰੇ ਆ ਜਾ ਕਰ। ਉਹਨੂੰ ਡੀਕ ਡੀਕ ਕੇ ਅੱਖ ਲੱਗ ਗਈ ਮੇਰੀ, ਹੋਰ ਕੀ ਯਾਰ, ਕੋਈ ਪੈ ਜਾ ਜਿੰਨੇ ਚ ਭੌਂਦਾ ਨਹੀਂ, ਫਿਰ ਮੈਥੋਂ ਮੈਨੂੰ ਤਾਂ ਨੀਂਦ ਆਉਂਦੀ, ਫਿਰ ਮੈਂ ਵੀ ਬਹਿ ਜਾਨੀ ਆ, ਮੈਂ ਵੀ ਬਹਿ ਜਾਨੀ ਫਿਰ। ਐਂ ਤਾਂ ਸਾਵਲਾ ਮੈਨੂੰ ਵੀ ਨੀਂਦ ਆਉਂਦੀ, ਮੈਂ ਵੀ ਬਹਿ ਜਾਨੀ ਆ। ਤੂੰ ਇੱਥੇ ਬੈਠ ਕੇ ਕੀ ਕਰੇਂਗੀ, ਦੂਜਾ ਤੂੰ ਸੌਂ ਜਾ, ਬਾਹਰ ਜਾ ਪਾਗ ਜਾਗਦਾ, ਤੂੰ ਇੱਥੇ ਵੀ ਕਰਨਾ ਗਾ ਹਨਾ, ਜਾ ਬਾਗੀ ਜਾ ਤੂੰ ਆਗਾ, ਮੈਂ ਤੇਰਾ ਸਮਝਾ ਦੂੰਗਾ, ਜੇ ਆਊਗਾ ਤਾਂ ਫਿਰ ਹੀ ਸੁਣੂਗਾ, ਇਹਨੂੰ ਵੀ ਪਤਾ ਗਾ ਮੇਰੇ ਦਿਮਾਗ 'ਚ ਕੀ ਗੱਲ ਚੱਲੀ ਜਾਂਦੀ। ਇੱਕ ਗੱਲ ਸੁਣ ਮਾੜਾ ਬੈਠੇ ਨੂੰ, ਬਾਕੀ ਸਮਝਾ ਕੇ ਰੱਖਿਆ ਕਰ ਉਹਦੀ ਆਦਤ ਪਹਿਲਾਂ ਬਣੀ ਹੋਈ ਹੈ, ਇੱਕਦਮ ਦਾ ਪੜਦਾ ਰੱਖਦਾ ਹੁੰਦਾ ਗਾ, ਬਾਹਰ ਅੰਦਰ ਵਗ ਜਾਂਦਾ ਗਾ, ਅਤੇ ਮਤਲਬ ਕਿ ਬਾਹਰ ਅੰਦਰ ਤੋਂ ਰੋਕਣਾ ਆਪਾਂ ਉਹਨੂੰ। ਅੱਜ ਕੱਲ੍ਹ ਹਾਲਾਤ ਬਹੁਤ ਖਰਾਬ ਆ, ਦੇਖ ਮੁੰਡੇ ਨਸ਼ਾ ਪੱਤਾ ਖਾਂਦੇ ਆ, ਜਿਹੋ ਜਿਹਾ ਬੰਦਾ ਰਲੂਗਾ ਤੇ ਫਿਰ ਉਹੋ ਜਿਹਾ ਹੋ ਜਾਂਦਾ, ਮਤਲਬ ਜੇ ਤੂੰ ਰੋਕੇਂਗੀ ਤੇਰਾ ਰੋਕ ਜੂਗਾ, ਠੀਕ ਹੈ ਪੁੱਤਾ, ਇਹ ਗੱਲਾਂ ਧਿਆਨ ਤੋਂ ਰੱਖਣਾ ਗਾ। ਹਾਂ, ਜੇ ਕਿਸੇ ਚੀਜ਼ ਦੀ ਲੋੜ ਆ ਉਹ ਮੈਨੂੰ ਦੱਸਦਾ, ਮਾਂ ਪਿਓ ਤੈਨੂੰ ਲਿਆ ਕੇ ਦੇ ਦੂੰਗੀ, ਤੂੰ ਪੈਸੇ ਦੀ ਲੋੜ ਆ ਸਾਰੀ ਚੀਜ਼ਾਂ ਦੀ।
बापू जी टी पड़ा ठीक है बापू जी ਮਾਂ ਥੱਕ ਕੀ ਲੱਗਦਾ ਨੱਚ ਨੱਚ ਕੇ ਵਿਆਹ ਚ ਲੈ ਹੋਰ ਮੈਂ ਸਦਾ ਚਾਲ ਇੰਨਾ ਖੁਸ਼ੀ ਵਾਲਾ ਦਿਨ ਹੋਵੇ ਤੇ ਮੈਂ ਨੱਚਿਆ ਨਾ ਪੁੱਤ ਦਾ ਵਿਆਹ ਹੋਵੇਗਾ ਬੜਾ ਪੜਤੂ ਪਾਇਆ ਤੁਸੀਂ ਪੁੱਛ ਨਾ ਵਾਂਗਾ ਅੱਡੀ ਰੁਕੀ ਨੀ ਮੇਰੀ ਤਾਂ ਉਹ ਠੀਕ ਆ ਮਾਂ ਤੇ ਗੱਲ ਸੁਣ ਮੇਰੀ ਤੇ ਮੈਨੂੰ 2000 ਰੁਪਏ ਚਾਹੀਦਾ ਤੇ ਮੇਰੇ ਯਾਰ ਦੋਸਤ ਪਾਰਟੀ ਮੰਗਦੇ ਅੱਛਾ ਕਹਿੰਦਾ ਪਾਰਟੀ ਦੇ ਵਿਆਹ ਦੀ ਮਾਂ ਕੋਈ ਗੱਲ ਨੀ ਮੇਰੀ ਬੇਬੀ ਬਹੁਤ ਸਿਆਣੀ ਆ ਉਹਦੀ ਦੇ ਦਿੰਦੀ ਪੈਸੇ ਮੈਂ ਕਿਹਾ ਤੇ ਹੁਣ ਆ ਜਾਂਦਾ ਮੈਂ ਲੈ ਕੇ ਪੈਸੇ ਤੇ ਪਾਰਟੀ ਤੁਹਾਨੂੰ ਦੇ ਦਿੰਦਾ ਤੂੰ ਤਾਂ ਮੈਂ ਪਾਰਟੀ ਤੇ ਦੇ ਦੇਣੇ ਤੇ ਵਿਆਹ ਚ ਉਹ ਬੁਲਾਇਆ ਨਹੀਂ ਸੀ ਤੈਂ ਉਹ 2 ਰਹਿ ਗਏ ਸੀ ਅੱਛਾ ਉਹ ਅੱਡ ਮੰਗਦੇ ਆਉਣਾ ਹੈ ਉਹ ਅੱਡ ਮੰਗਦੇਗਾ ਤੂੰ ਸਾਨੂੰ ਬੁਲਾਇਆ ਨਹੀਂ ਉਹ ਕਾਲੀ ਕਾਲੀ ਚ ਭੁੱਲ ਗਿਆ ਮੈਂ ਉਹਨਾਂ ਨੂੰ ਹੁਣ ਉਹ ਮੈਨੂੰ ਮਿਹਣੇ ਰੋਜ਼ ਹੀ ਦੇਈ ਜਾਂਦੇ ਰਹਿੰਦੇ ਮੈਨੇ ਵੀ ਤੂੰ ਪਾਰਟੀ ਨਹੀਂ ਦਿੱਤੀ ਨਾ ਤੁਹਾਨੂੰ ਵਿਆਹ ਚ ਵਿਆਹ ਚ ਪੱਕਾ ਯਾਰ ਦੋਸਤ ਅੱਛਾ ਮੈਂ ਭੁੱਲ ਗਿਆ ਤੁਸੀਂ ਹੈ ਨਹੀਂ ਸੀ ਘਰੇ ਮੈਂ ਜਾ ਕੇ ਆਈ ਤੁਹਾਡੇ ਲੈ ਬੱਬੇ ਦੇ 2000 ਰੁਪਇਆ 2000 ਮੈਂ ਦੇ ਦਿੰਦੀ ਆ ਤੈਨੂੰ ਸਾਰ ਲਈ ਫੇਰ ਨਾ ਕਹੀਂ ਇੰਨੇ ਹੋਰ ਘੱਟ ਗਏ ਮੇਰੇ ਤੋਂ ਬਹੁਤ ਜਣੇ ਆ ਹਾਂ ਨੰਡਾ ਪੀਣਗੇ ਬੱਦ ਬੱਦ ਮੰਗਦੀ ਤੇ ਨਾਲ ਤੂੰ ਵੀ ਟਾਈਮ ਨਾਲ ਆ ਜੀ ਹਾਂ ਟਾਈਮ ਹੁਣ ਆ ਗਿਆ ਤੇ ਜੇ ਵੀ ਰੋਟੀ ਲਿਆ ਮਾ ਨਾ ਬੁੱਤ ਹੈ ਤਾਂ ਭੁੱਖ ਨਹੀਂ ਹੈਗੀ ਮੈਨੂੰ ਤੁਸੀਂ ਖਾਓਗੇ ਨਾ ਨਾ ਮੈਂ ਆ ਕੇ ਖਾਣਾ ਤੁਸੀਂ ਨੇ ਦੁਪਹਿਰੇ ਵੀ ਨਹੀਂ ਕੁਝ ਖਾਦਾ ਸੀ ਉਹਨੇ ਮੈਂ ਖਾ ਲਈ ਸੀ ਪਾਰਟੀ ਸੀ ਨਾ ਉੱਥੇ ਜਾ ਦੋਸਤ ਉਹਨਾਂ ਨਾਲ ਖਾ ਲਈ ਸੀ ਪੈਟੀ ਜੀ ਤੇ ਚੱਲ ਚੰਗਾ ਤੂੰ ਖਾ ਲਾ ਠੀਕ ਟਾਈਮ ਨਾਲ ਖਾ ਲਿਆ ਕਰ ਮੇਰੀ ਨਾਲ ਡੀਕ ਕਰਿਆ ਕਰ ਤੁਹਾਨੂੰ ਟਾਈਮ ਲੱਗ ਜਾਂਦਾ ਨਾ ਤਾਂ ਤੈਨੂੰ ਕਹਿ ਤਾਂ ਟਾਈਮ ਨਾਲ ਆਈ ਹਾਂ ਮੈਂ ਆ ਜੂੰਗਾ ਹਾਂ ਬਾਈ ਜੱਤ ਕੋਈ ਨਹੀਂ ਪਤਾ ਇੰਨਾ ਫਿਕਰ ਨਾ ਕਰਿਆ ਕਰ ਤੂੰ ਇਹਦਾ ਨਹੀਂ ਬੇਬੇ ਤੁਸੀਂ ਹੁਣ ਦੇਖ ਲਓ ਕਿੰਨਾ ਟਾਈਮ ਹੋਇਆ ਹੋਇਆ ਉਹ ਰਾਤ ਨੂੰ ਜਾਈ ਜਾਂਦੇ ਆ ਯਾਰ ਦੋਸਤ ਕਵਾਂਦੇ ਲੇਟ ਨੂੰ ਤਾਂ ਇਹ ਟਾਈਮ ਨਾਲ ਹੀ ਆਉਂਦਾ ਸੀ ਤੈਨੂੰ ਕਿਹਾ ਵੀ ਇੰਨਾ ਨਾ ਇਹਦਾ ਉਹ ਕਰਿਆ ਕਰ ਤੈਨੂੰ ਇੰਨੇ ਛੱਕ ਕਿਉਂ ਕਰਦੀਆਂ ਲੇਟ ਆਉਂਦਾ ਫਲਾਣਾ ਆਉਂਦਾ ਹੀ ਕਰੀ ਜਾਂਦੀ ਰਹਿਣੀ ਹੈ ਬੇਬੇ ਉਹ ਗੱਲ ਨਹੀਂ ਬੇਬੇ ਮੈਂ ਇੱਕ ਗੱਲ ਕਹਾਂ ਹਾਂ ਦੱਸ ਇਹ ਦਾਰੂ ਪੀਂਦੇ ਆ ਉਹੀ ਤਾਂ ਗੱਲ ਹੈ ਫਿਰ ਪਾਰਟੀਆਂ 'ਚ ਪਿਆਂਦੇ ਨੇ ਮੁੰਡੇ ਇਕੱਲਾ ਤਾਂ ਨਹੀਂ ਪੀਂਦਾ ਹੈਗਾ ਇਹ ਇਕੱਲਾ ਬਹਿ ਕੇ ਪੀ ਜਾਂਦਾ ਜੇ ਐਵੇਂ ਫਿਰ ਕੋਈ ਜ਼ਹਿਰ ਵੀ ਦੇਊਗਾ ਫਿਰ ਤਾਂ ਜ਼ਹਿਰ ਵੀ ਖਾ ਲੂਗਾ ਇਹ ਉਹ ਹੋਆ ਹੈ ਕਿਵੇਂ ਲਾ ਦੱਸ ਪਾਰਟੀਆਂ 'ਚ ਕਰਦੀ ਆ ਕੋਈ ਕੌੜਾ ਮੂੰਹ ਕਰਦਾ ਕੋਈ ਮਿੱਠਾ ਮੂੰਹ ਕਰਦਾ ਜੇ ਜਾਓ ਖਾਂਦੇ ਪੀਂਦੇ ਉਹਦੇ ਨਾਲ ਕਰਵਾ ਦਿੰਦੇ ਆ ਤੂੰ ਇੰਨਾ ਨਾ ਜਾਣ ਲਾ ਤੇ ਹੁਣੀ ਆਹੀ ਟਾਈਮ ਹੁੰਦਾ ਆਹੀ ਦਿਨ ਹੁੰਦੇ ਨੇ ਵਿਆਹ ਤੋਂ ਬਾਅਦ ਤੁਸੀਂ ਤਾਂ ਸਮਝਾਉਣਾ ਤਾਂ ਕੀ ਆ ਤੁਸੀਂ ਉਹਨੂੰ ਫੇਰ ਉਹ ਪੁੱਠੀ ਮੱਤਾ ਦਿੰਨੇ ਹੋ ਆ ਸਿਹਤ ਖਰਾਬ ਹੋ ਜੂਗੀ ਉਹਦੀ ਪੁੱਤ ਦੇਖ ਤੂੰ ਇਸ ਘਰ ਦੀ ਨੂੰਹ ਹੈ ਪਰ ਅਸੀਂ ਤੈਨੂੰ ਧੀ ਬਣਾ ਕੇ ਰੱਖਾਂਗੇ ਤੈਨੂੰ ਮੇਰੀ ਗੱਲਾਂ ਦਾ ਯਕੀਨ ਨਹੀਂ ਹੈਗਾ ਮੇਰੀ ਗੱਲ ਸੁਣ ਐਵੇਂ ਸ਼ਿਕਾਇਤਾਂ ਨਹੀਂ ਇਹਨਾਂ ਲਾਈ ਜਾ ਕਰ ਟਾਈਮ ਹੁੰਦਾ ਇਹ ਵੀ ਕੋਈ ਵਿਆਹ ਹੋ ਗਿਆ ਟੇ ਖਾ ਪੀ ਲੈਂਦੇ ਤਾਂ ਕੀ ਹੁੰਦਾ ਹੈਗਾ ਤੈਨੂੰ ਕੁੱਟ ਮਾਰ ਤਾਂ ਨਹੀਂ ਕਰਦਾ ਕੋਈ ਐਂ ਕਰੀ ਜਾਂਦੀ ਰਹਿੰਦੇ ਸਾਧ ਨੂੰ ਕੁੱਟ ਮਾਰ ਦੀ ਗੱਲ ਨਹੀਂ ਬੇਬੇ ਨਾ ਤਾਂ ਉਹ ਆਪ ਸੋਹਦੇ ਨਾ ਮੈਨੂੰ ਸੋਣ ਦਿੰਦੇ ਆ ਸਾਰੀ ਰਾਤ ਬੋਲੀ ਜਾਂਦੇ ਰਹਿੰਦੇ ਆ ਜੇ ਤੂੰ ਉਹਦੇ ਨਾਲ ਲੜੇਂਗੀ ਤੈਨੂੰ ਕੁੱਟੂਗਾ ਤੂੰ ਕਹਾਂ ਫਿਰ ਆਪਦੇ ਪਿਓ ਨੂੰ ਦੱਸੇਂਗੀ ਔਰ ਨਾਲੇ ਮੇਰੇ ਨਾਲ ਲੜੂਗਾ ਨਾਲੇ ਉਹਦੇ ਨਾਲ ਲੜੂਗਾ ਸਾਰੇ ਟੁੱਬਰ ਦੇ ਗਾਹ ਪੈ ਜੂਗਾ ਲੜਾਈ ਲੜਾਈ ਹੋਈ ਜਾਊਗੀ ਫਿਰ ਇਹ ਆਪਾਂ ਸਾਹਮਣੇ ਦੇਖ ਤੂੰ ਮੇਰੀ ਨੂੰਹ ਨਹੀਂ ਹੈਗੀ ਧੀ ਹੈ ਤੂੰ ਘਰ ਸੰਭਾਲ ਤੇਰੀ ਜ਼ਿੰਮੇਵਾਰੀ ਆ ਮੇਰੀ ਜ਼ਿੰਮੇਵਾਰੀ ਹੈ ਨਹੀਂ ਹੁਣ ਆਪਦਾ ਘਰ ਆਪੇ ਸਾਂਭੋ ਨਹੀਂ ਤਾਂ ਬੇਬੇ ਮੈਨੂੰ ਸਮਝਾਈ ਜਾਂਦੀ ਹੈ ਵੀ ਨਾ ਐਵੇਂ ਦਾਰੂ ਪੀ ਕੇ ਕਰੇ ਨਾਲੇ ਟਾਈਮ ਨਾਲ ਘਰੇ ਆਉਂਦਾ ਬੰਦਾ ਸੋਹਣਾ ਲੱਗਦਾ ਵੀ ਮੇਰੇ ਨਾਲ ਦੁੱਖ ਸੁੱਖ ਸਾਂਝੇ ਕਰੇ ਉਹ ਪੀ ਕੇ ਆ ਜਾਂਦੇ ਕੀ ਉਹਨਾਂ ਨਾਲ ਮੈਂ ਗੱਲ ਕਰਾਂ ਨਾ ਉਹ ਰੋਟੀ ਖਾਂਦੇ ਆ ਨਾ ਉਹ ਦੁਪਹਿਰ ਦੀ ਰੋਟੀ ਖਾ ਕੇ ਰਾਤ ਦੀ ਤਾਂ ਰੋਟੀ ਖਾ ਹੀ ਲੈਂਦੇ ਤੂੰ ਪੁੱਤ ਪਿਆਰ ਨਾਲ ਸਮਝਾ ਤੇ ਇਹ ਤਾਂ ਤੇਰੇ ਸਾਰੇ ਹੁਣ ਇਹ ਮੇਰੇ ਸਾਰੇ ਨਹੀਂ
ਮੇਰੀ ਜ਼ਿੰਮੇਵਾਰੀ ਹੁਣ ਘਟ ਗਈ ਤੇ ਤੇਰੀ ਵਧ ਗਈ। ਆਪੇ ਕਰ ਇਹਦਾ ਇਲਾ, ਜਾਂ ਤੂੰ ਰੋਟੀ ਪਾਣੀ ਖਾ ਲਾ, ਇੰਨਾ ਨਾ ਫਿਕਰ ਕਰਿਆ ਕਰ, ਜਾ ਵਗ ਜਾ। ਉਈ ਕਰੀ ਜਾਊਗੀ ਸਹੁਰੀ ਕਮਲੀ, ਮੇਰਾ ਵੀ ਦਿਮਾਗ ਖਰਾਬ ਕਰ ਦਿੰਦੀ। ਉਹ ਐਂ ਕਰਦਾ, ਉਹ ਵਾਹ ਕਰਦਾ, ਵੀ ਤੈਨੂੰ ਕੀ ਕਹਿੰਦਾ ਉਹ, ਕੁੱਟਮਾਰ ਤਾਂ ਨੀ ਕਰਦਾ ਤੈਨੂੰ? ਚੱਲ ਕੋਈ ਨੀ, ਜੇ ਕੁੱਟ ਲਾ ਲੈਂਦਾ ਤਾਂ ਕੀ ਹੋ ਜਾਂਦਾ ਗਾ, ਐਵੇਂ ਕਰੀ ਜਾਊਗੀ ਬਸ। ਸੌ ਕੀ ਸੀ? ਅੱਖ ਜੇ ਲੱਗ ਗਈ ਸੀਗੀ ਡੀਕ ਡੀਕ ਕੇ ਤੁਹਾਨੂੰ। ਲੈ ਨੌ ਦਾ ਵੱਜਿਆ ਹਰੇ। ਨੌ ਕਿੱਥੇ ਵੱਜੇ, 12 ਵੱਜ ਗਿਆ। 12 ਵੱਜੇ ਤੇ ਹੋਰ ਹਾਂ ਪੌੜੇ ਲੈ। ਹੋਰ ਸੁਣਾ, ਰੋਟੀ ਖਾ ਲਈ? ਹਾਂ ਖਾ ਲਈ ਸੀ, ਮੈਂ ਰੋਟੀ ਲੈ ਕੇ ਆਵਾਂ ਤੁਹਾਡੇ ਲਈ? ਉਹ ਨਹੀਂ, ਉਹ ਮੈਨੂੰ ਤਾਂ ਤੈਨੂੰ ਦੇਖ ਕੇ ਭੁੱਖ ਮਰ ਜਾਂਦੀ। ਉਹ ਮੇਰੇ ਯਾਰ ਦੋਸਤ ਸੀ ਨਾ, ਉਹ ਧੱਕਾ ਕਰਨ ਲੱਗ ਗਿਆ, ਰੋਟੀ ਖਾ ਕੇ ਜਾ, ਗੁੱਸੇ ਨਾ ਆਏ। ਕੋਈ ਗੱਲ ਨੀ, ਕੱਲ ਤੋਂ ਮੈਂ ਖਾ ਲਿਆ, ਤੇਰੇ ਕੋਲ ਆ ਗਿਆ, ਤੇਰੇ ਹੱਥੋਂ ਦੇ ਖਾਇਆ ਕਰ। ਤੁਸੀਂ ਕਾਹ ਤੋਂ ਦਾਰੂ ਪੀ ਕੇ ਆਉਂਦੇ ਹੁੰਦੇ ਹੋ? ਉਹ ਦਾਰੂ ਕਿੱਥੇ ਪੀਤੀ ਆ, ਉਹ ਦੋ ਘੁੱਟਾ ਬੀਅਰ ਪੀਤੀ ਆ ਯਾਰ। ਮੈਂ ਤੇ ਦਾਰੂ ਤਾਂ ਮੈਂ ਉਹ ਨੀ ਪੀਂਦਾ, ਉਹਨੂੰ ਯਾਰ ਦੋਸਤ ਨੂੰ ਕਹਿ ਵੀ ਮੈਨੂੰ ਇਕੱਲੀ ਬੀਅਰ ਪਿਆ ਦਾ। ਉਹ ਬਸ ਤੈਨੂੰ ਪਤਾ ਕਿ ਇਹਨੇ ਪੀਤੀ ਨਾ ਹੋਵੇ ਨਾ, ਉਹ ਬੀਅਰ ਵੀ ਨਸ਼ਾ ਕਰ ਜਾਂਦੀ ਹੈ। ਤੈਨੂੰ ਗੱਲ ਨੂੰ ਘੁੱਟ ਲਵਾ ਕੇ ਤੂੰ ਪੀ ਕੇ ਦੇਖ, ਤੈਨੂੰ ਪਤਾ ਲੱਗੂ। ਸ਼ਰਮ ਤਾਂ ਨੀ ਆਉਂਦੀ ਤੁਹਾਨੂੰ ਕਹਿਣ ਲੱਗੇ? ਉਹ ਚ ਕਰਮ ਛੋਟਾ ਹੁੰਦਾ ਯਾਰ, ਉਹ ਜਵਾਂ ਦਾ ਕੁਛ ਨੀ। ਤੂੰ ਐਂ ਕਰ, ਆਂਡੇ ਪਏ ਪਏ ਆ, ਉਹਦੇ ਦੋ ਆਮਲੇਟ ਬਣਾ ਕੇ ਲਿਆ, ਇੱਕ ਤੂੰ ਖਾ ਲਈ, ਇੱਕ ਮੈਂ ਖਾ ਲਾ। ਯਾਰ ਮੈਂ ਨੀ ਲਾਉਣਾ ਸਰ, ਮੇਰੇ ਘਰ ਵਾਲੀ ਲਾਉਗੀ। ਉਹ ਨਹੀਂ ਯਾਰ, ਨਵਾਂ ਵਿਆਹ ਦੇਖ ਕੇ ਉਹ ਬਾਪੂ ਮੇਰਾ ਬੜਾ ਯਾਰ। ਹਾਂ ਮੈਂ ਨਾ ਬਤਾ, ਖਾਣਾ ਕਰਨਾ ਹੈ ਨਹੀਂ ਸੀ, ਮੇਰਾ ਹੀ ਕੰਮ ਵਧਾਉਣਾ ਸੀ ਇਹਨਾਂ ਨੇ। ਫਲਾਂ ਤੇ ਸਬਜ਼ੀਆਂ ਜ਼ਰੂਰੀ ਪੋਸ਼ਟਿਕ ਤੱਤ ਜਿਵੇਂ ਕਿ ਵਿਟਾਮਿਨ, ਖਣਿਜ। ਅੱਜ ਉੱਠ ਕੇ ਨਹੀਂ ਆਣਾ? ਨਾ ਅੱਜ ਛੁੱਟੀ ਆ ਬੱਪ, ਰੋਟੀ ਲਿਆ ਕੇ ਦੇਮਾ ਨਾ ਪੁੱਤ, ਅਜੇ ਠਹਿਰ ਕੇ ਖਾਵਾਂਗੇ ਥੋੜਾ ਜਿਹਾ। ਤੇ ਬੇਬੇ ਤੁਹਾਨੂੰ ਤੁਸੀਂ ਖਾ ਲਓ ਹਜੇ, ਠੀਕ ਹੈ? ਹਾਂ ਜੇ ਲੋੜ ਹੋਈ ਮੈਂ ਤੁਹਾਨੂੰ ਗੋਲ ਮਾਰ ਦੂੰਗਾ। ਤੇ ਬਾਪੂ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ। ਹਾਂ ਹਾਂ ਦੱਸ, ਬਹਿ ਜਾ ਪੁੱਤ, ਬਹਿ ਜਾ ਬਹਿ ਜਾ ਬਹਿ ਜਾ, ਕੀ ਗੱਲ ਆ ਦੱਸ। ਬਾਪੂ ਤੁਸੀਂ ਉਹਨਾਂ ਨੂੰ ਸਮਝਾ ਦਿਆ ਕਰੋ ਨਾ ਮਾੜਾ, ਵੀ ਟਾਈਮ ਨਾਲ ਘਰੇ ਆਇਆ ਕਰੇ, ਕੱਲ ਰਾਤ ਵੀ ਦਾਰੂ ਪੀ ਕੇ ਆਏ ਸੀਗੇ। ਦਾਰੂ ਪੀ ਕੇ ਆਏ ਪੁੱਤ? ਹਾਂਜੀ, ਤੇ ਨਾ ਨਾ ਕੱਲ ਹੀ ਪੀਤੀ ਹੈ, ਪਹਿਲਾਂ ਤਾਂ ਨਹੀਂ ਪੀਤੀ ਕਿਤੇ। ਕੱਲ ਪੀ ਕੇ ਆਏ ਸੀ, ਪੀ ਕੇ ਰੋਜ਼ ਹੀ ਆਉਂਦੇ ਆ, ਪਰ ਮੈਂ ਤੁਹਾਨੂੰ ਦੱਸਦੀ ਨਹੀਂ ਹੈਗੀ। ਤੂੰ ਨਹੀਂ ਮੇਰੇ ਕੋਲ ਗੱਲ ਕਰੀ ਕਿਤੇ ਵੀ ਦਾਰੂ ਪੀ ਕੇ ਦਾ? ਕਦੇ ਪੀਆ ਹੋਣਾ ਮੁੰਡਿਆਂ ਨਾਲ, ਤਾਂ ਉਹੀ ਕਹੀ ਜਾਂਦੀ ਲੜਾਉਣ ਵਾ। ਤੈਨੂੰ ਮੈਂ ਕਿਹਾ ਸੀ ਨਾ ਕਹਾਂ ਗੱਲ ਕਰੀ, ਤੂੰ ਉਹੀ ਗੱਲ ਕਰਕੇ ਛੱਡੀ। ਤੇ ਗੱਲ ਵਾਲੀ ਕੀ ਗੱਲ ਆ ਗਈ ਦਾ ਮਾਲ ਆ, ਉਹ ਤਾਂ ਮੈਨੂੰ ਆਪ ਦੱਸਣਾ ਸੀਗਾ। ਨਾ ਬਾਪੂ ਹੋਰ ਦਾ ਨੀ ਕੁਛ ਬੋਲਦੇ ਹੈਗੇ, ਨਾ ਤਾਂ ਰੋਟੀ ਖਾਂਦੇ ਆ,
ਤੇ ਨਾ ਦੁਪਹਿਰੇ ਰੋਟੀ ਖਾ ਕੇ ਗਏ ਨਾ ਰਾਤ ਨੂੰ ਰੋਟੀ ਖਾਧੀ ਹੈ। ਮੈਨੂੰ ਕਹਿੰਦੇ ਆਮਲੇਟ ਬਣਾ ਲਿਆ, ਮੈਂ ਆਮਲੇਟ ਜਲਦੀ ਜਲਦੀ ਬਣਾ ਕੇ ਲੈ ਕੇ ਆਈ ਵੀ ਕਿਤੇ ਸੌ ਨਾ ਜਾਣ। ਜਦੋਂ ਆਉਂਦੇ ਨੂੰ ਦੇਖਿਆ ਸੁੱਤੇ ਪਏ ਸੀ, ਮੈਂ ਇੰਨਾ ਠਾਂਦੀ ਰਹਿ ਗਈ, ਫਿਰ ਉੱਠੇ ਵੀ ਨਹੀਂ ਗਏ। ਠੀਕ ਹੈ ਪੁੱਤ, ਉਹ ਗੱਲ ਤੇਰੀ ਤਾਂ ਕੀ ਗਲਤੀ ਹੈ, ਉਹ ਕਹਿੰਦੇ ਮੈਂ ਕਰਦਾ ਗੱਲ ਉਹਦੇ ਨਾਲ, ਠੀਕ ਹੈ ਮੈਂ ਸਮਝਾਉਂਗਾ, ਪਰ ਆਹ ਗੱਲ ਵਧੀਆ ਹੋ ਗਈ ਜਿਹੜਾ ਤੂੰ ਮੈਨੂੰ ਦੱਸਤੀ। ਮੈਂ ਉਹਨੂੰ ਤਾਂ ਨਹੀਂ ਬੋਲਦੀ ਹੈਗੀ ਵੀ ਮੈਨੂੰ ਮੇਰੇ ਨਾਲ ਲੜ ਪੈਣਗੇ ਕਿਤੇ, ਵੀ ਤੁਸੀਂ ਚਲੋ ਤੁਸੀਂ ਉਹਨਾਂ ਨੂੰ ਸਮਝਾ ਦੋਗੇ ਤੁਸੀਂ ਵੱਡੇ ਹੋ। ਚਲ ਕੋਈ ਗੱਲ ਨਹੀਂ ਪੁੱਤ, ਵੈਸੇ ਤੂੰ ਵੀ ਮਾੜਾ ਜਿਹਾ ਕਿਹਾ ਕਰ, ਚਲ ਜਦੋਂ ਰਾਤ ਨੂੰ ਪੀਤੀ ਹੁੰਦੀ ਹੈ ਵੱਖ ਗੱਲ ਹੋਰ, ਸੁਬਹਾ ਕਿਹਾ ਕਰ ਇਹ ਵੀ ਆਏ ਨੀ ਕੰਮ ਲੋਟ ਆਉਣਾ, ਬਿਨਾਂ ਤਾਂ ਦਾਰੂ ਪੀ ਕੇ ਆ ਜਾਂਦਾ ਗਾ, ਅੱਜ ਥੋੜੀ ਪੀਂਦਾ ਉਹ ਤਾਂ ਕੱਲ ਨੂੰ ਵਾਲੀ ਪੀਊਗਾ। ਠੀਕ ਹੈ ਬਾਪੂ, ਠੀਕ ਆ, ਬਾਕੀ ਸਿਰੇ ਮੈਂ ਕਹਿਣਾ ਉਹਨੂੰ ਕੋਈ ਗੱਲ ਨਹੀਂ, ਮੈਂ ਵੀ ਕਹਿਣਾ ਗਾ। ਤੂੰ ਦੱਸ ਚੱਲ ਕੋਲੇ ਤਾਂ ਹੁਣ ਬਹੁ ਬੈਠੀ, ਮੈਂ ਕੀ ਬੋਲਣਾ ਸੀਗਾ, ਤੇਰੀ ਜਮੀ ਸ਼ਰਮ ਸੰਗ ਲੈ ਗਈ, ਕਦੋਂ ਹਟੂਗਾ, ਮਰੀ ਜਾਂਦੀ ਹੈ, ਤੂੰ ਕਹਿ ਮੈਂ ਬਾ ਹਲੋ ਕੋਈ ਵੀ ਕਿਤੇ ਕਦੇ ਡਿੱਗਦੀ ਤਾਂ ਦੇਖਿਆ ਹੋਇਆ ਡਿੱਗਦਾ ਹੁੰਦਾ ਹੈਗਾ, ਇਹਨੇ ਫੜਿਆ ਹੋਵੇ ਨਾ, ਹੁਣੇ ਝੂਠ ਮਾਰਦੀ ਆ, ਚੱਲ ਤੇ ਇਹਨੇ ਕੀ ਝੂਠ ਮਾਰ ਕੇ ਕੀ ਲੈਣਾ ਹੈਗਾ, ਕਿਤੇ ਪੀ ਰਿਓ ਨੇ ਮੁੰਡਿਆਂ ਨੇ ਘੁੱਟ, ਐ ਕੀ ਹੋ ਜਾਂਦਾ ਤੇਰੇ ਮਗ ਦੀ ਲੜਾ, ਚੱਲ ਕਿਤੇ ਪੀਂਦਾ ਅੱਜ ਕਿਤੇ ਪੀਂਦਾ ਕੱਲ ਰੋਜ਼ ਪੀਊਗਾ, ਕਿਉਂ ਪੀਂਦਾ ਬਈ, ਉਹ ਨਹੀਂ ਪੀਂਦਾ ਐਵੇਂ ਨਾ ਕਰਿਆ ਕਰ, ਉਹੀ ਗੱਲ ਉਹਨੇ ਕਰਤੀ ਜੁੰਡਲ ਜੀ ਨੇ ਲਾਦੀਆਂ ਉਂਗਲਾਂ ਨੇ ਬਾਤ, ਉਹ ਉਂਗਲਾਂ ਦੀ ਗੱਲ ਆ, ਉਹਨੇ ਸਹੀ ਗੱਲ ਕਹੀ ਹੈ ਵਿਚਾਰੀ ਨੇ, ਉਹਨੂੰ ਪਹਿਲਾਂ ਕਿਹਾ ਸੀ ਭਾਈ ਜੇ ਗੱਲਬਾਤ ਹੁੰਦੀ ਮੈਨੂੰ ਦੱਸ ਦਿਆ ਕਰ, ਉਹ ਤਾਂ ਦੱਸ ਕੇ ਗਈ ਆ, ਮੈਂ ਤੈਨੂੰ ਹੁਣ ਦੱਸਦਾ ਗੱਲ, ਵਧੀਆ ਰਹੇਗੀ ਮੌਕਾ ਸੰਭਾਲ ਲੈ ਸੰਭਾਲ ਲਾ, ਕੱਲ ਨੂੰ ਅੱਖਾਂ 'ਚ ਤਾਂ ਅੱਖ ਧਾਤਾ ਰੋਏਗੀ, ਐਂ ਜੀ ਕੋਈ ਗੱਲ ਨਹੀਂ ਹੈਗੀ, ਉਹੀ ਕਰੀ ਜਾਂਦੇ ਹੋਗੇ ਤੁਸੀਂ ਤਾਂ, ਉਹ ਜਿਹਾ ਤੂੰ ਉਹੀ ਹੋਵੇਗੀ, ਮੈਂ ਤਾਂ ਆਪੇ ਹੀ ਹੋ ਜਾ ਬਾਈ, ਸਾਰੇ ਰੇਟ ਢੱਬੇ ਦਾ ਖਰਚਾ ਤੋਰੀ ਜਾਂਦਾ ਕਮਾ ਕੇ ਲਿਆ ਦੇਣਾ, ਮੈਂ ਤਾਂ ਆਪੇ ਹੀ ਹੋ ਜਾਏਗਾ, ਮੈਂ ਤਾਂ ਇਹ ਕੋਈ ਗੱਲ ਨਹੀਂ ਕਹਿੰਦੀ, ਇਹ ਜਿਹੇ ਮੁੱਢੇ ਜਵਾਬ ਕੀ ਖਾ ਲੈਂਦੇ ਨੇ, ਕੁਛ ਨਹੀਂ ਹੁੰਦਾ, ਦੱਸੋ ਬੇਟੇ ਨੇ ਦੇਣਾ ਉਹਨਾਂ ਦੇ, ਆਹੋ ਕੰਮ ਨਾ ਕਰਨਾ ਹੋਵੇ, ਆਹੋ ਅਸਰ ਖੇਡੀ ਨਹੀਂ, ਸਾਰੀ ਉਮਰ ਅਸਰ ਖੇਡੀ ਨਹੀਂ ਆਣਗੇ ਬਸ, ਹਾਂ ਕਿਤੇ ਨਹੀਂ ਕਿਹਾ ਪੁੱਤ ਤੂੰ ਕੰਮ ਕਰ ਲਾ, ਉਹ ਮੈਂ ਤਾਂ ਤੇਰੀ ਮੈਂ ਤਾਂ ਕਦੇ ਇਹੋ ਜਿਹੇ ਕੰਮ ਦਾਰੂ ਦੇ ਨੇੜੇ ਨਹੀਂ ਜਾਂਦਾ, ਆਪੇ ਇਹਦੀ ਗੱਲ ਤਾਂ ਵਾਹਲੀ ਦੂਰ ਗਈ ਆ, ਫਿਰ ਉਹੀ ਤਾਂ ਮੈਂ ਕਹਿੰਦੀ ਵੀ ਆਪਾਂ ਕਿਤੇ ਚੱਕ ਕੇ ਲਿਆਂਦਾ ਹੋ ਬਾਹਰੋਂ, ਕਿਹਾ ਡਿੱਗਿਆ ਪਿਆ, ਬਈ ਜਦੋਂ ਬੰਦਾ ਪੀਣ ਲੱਗੇ ਚੱਕ ਕੇ ਵੀ ਲਿਆਉਣਾ ਪਿਆ ਕਰੂਗਾ, ਹਾਂ ਇਹੋ ਜਿਹੇ ਬੋਲ ਕਰੋ ਕਰੋ, ਇਹੋ ਜਿਹਾ ਕੋਈ ਨਹੀਂ ਹੈਗਾ, ਮੇਰੇ ਪੁੱਤ ਮੈਨੂੰ ਪੂਰਾ ਵਿਸ਼ਵਾਸ ਹੈ ਉੱਤੇ, ਤੂੰ ਕਹੀ ਜਾਣਾ ਤਾਂ ਕਹੀ ਜਾਓ, ਇਹਦੇ ਤੇਰਾ ਵਿਸ਼ਵਾਸ ਕੀ ਕਰੂਗਾ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਉਹਦੇ ਮਨ ਚ ਕੀ ਚੱਲੀ ਜਾਂਦਾ ਗਾ, ਕੀ ਚੱਲੀ ਜਾਂਦਾ ਵਾ, ਉਹੀ ਕਰੀ ਜਾਂਦੇ ਤੁਸੀਂ ਤਾਂ, ਮੈਨੂੰ ਤਾਂ ਇਹ ਨਹੀਂ ਪਤਾ ਕਿਉਂ ਇੰਨੇ ਉੱਤੇ ਵਹਿਮ ਕਰੀ ਜਾਂਦੇ ਤੁਸੀਂ, ਉਧਰੋ ਉਧਰੋ ਤੂੰ, ਮੈਂ ਤੈਨੂੰ ਕਿਵੇਂ ਸਮਝਾਵਾਂ, ਮੈਂ ਵਹਿਮ ਨਹੀਂ ਕਰਦਾ, ਦੇਖ ਤੂੰ ਟਾਈਮ ਹੁੰਦਾ ਗਾ, ਹੁਣ ਸਮਝਾ ਦੇ, ਹੁਣ ਵਿਆਹਿਆ ਵਾ ਰਹਿ ਗਿਆ, ਆਪਦੇ ਘਰੇ ਰਹੇ ਟਾਈਮ ਨਾਲ, ਨਾਲ ਤਾਂ ਟਾਈਮ ਨਾਲ ਰੋਟੀ ਖਾ ਲਏ ਅਤੇ ਨਾਲੇ ਟਾਈਮ ਨਾਲ ਖਾਧੀ ਜਾਂਦੀ ਹੈ, ਅਤੇ ਗੱਲ ਸੁਣ ਮੇਰੀ, ਹੁਣ ਅੱਧੀ ਅੱਧੀ ਰਾਤ ਨੂੰ ਆਉਂਦਾ, ਨਾਲੇ ਤਾਂ ਉਹਨੂੰ ਹੈਰਾਨੀ ਹੁੰਦੀ ਕੁੜੀ, ਇਹ ਗੱਲਾਂ ਤੂੰ ਸੋਚਦੀ ਕਾਹਤੋਂ ਨਹੀਂ, ਇਹ ਗੱਲਾਂ ਚੰਗੀਆਂ ਉਹਦੇ ਵਾਸਤੇ, ਤੇਰਾ ਕੀ ਖਿਆਲ ਹੈ, ਮੈਂ ਕਹਿੰਦੀ ਨਹੀਂ, ਮੈਂ ਕਹਿੰਦੀ ਹਾਂ, ਤੂੰ ਤਾਲ ਕੇ ਜਾ ਬਾਈ, ਅਸੀਂ ਗੇਟ ਗੇਟ ਲਾ ਦਾਂਗੇ 9 ਵਜੇ, ਪਹਿਲਾਂ ਆ ਗਿਆ ਤਾਂ ਠੀਕ ਆ, ਅਤੇ ਉਸ ਤੋਂ ਬਾਅਦ ਬਾਹਰ ਨਹੀਂ ਖੁੱਲਦਾ, ਚੱਲ ਮੈਂ ਹੈ ਵੀ ਕਹੀ ਕੋਈ ਗੱਲ ਨਹੀਂ, ਹੁਣ ਤਾਂ ਮੈਂ ਕਹਿੰਦੀ ਤਾਂ ਬਹੁਤ ਆ, ਤੁਹਾਨੂੰ ਐਂ ਲੱਗਦਾ ਵੀ ਇਹ ਕਹਿੰਦੀ ਨਹੀਂ ਹੈਗੀ, ਮੈਂ ਬਹੁਤ ਕਹਿੰਦੀ ਹਾਂ, ਹੁਣ ਮੈਂ ਸਮਾਰ ਕੇ ਝਾੜ ਉਹਨੂੰ ਕਰੂੰਗੀ, ਲੋੜ ਮੇਰੇ ਕੋਲ ਕਹਿੰਦੇ ਨਹੀਂ, ਮੇਰਾ ਮਾਨ ਰੱਖਣ ਦੀ ਬਾਰੀ, ਪਰ ਤੂੰ ਉਹਨੂੰ ਕਹਿੰਦੀ ਨਹੀਂ, ਮੈਨੂੰ ਪਤਾ ਨਹੀਂ, ਐਵੇਂ ਲੱਗਦਾ ਤੁਹਾਨੂੰ, ਜੇ ਕਿਹਾ ਹੋਵੇ ਉਹਦੀ ਕੀ ਮਜ਼ਾਕ ਆਗਾ, ਮਾਂ ਤਾਂ ਡਰ ਹੁੰਦਾ ਗਾ, ਜੇ ਮੈਂ ਕਹੂੰਗਾ ਫਿਰ ਕਹਿੰਦੇ ਨੇ ਹਾਂ ਤੂੰ ਉਹਨੂੰ ਜਰਦਾ ਨਹੀਂ, ਜਰਨ ਵਾਲੀ ਗੱਲ ਨਹੀਂ, ਮੇਰਾ ਵੀ ਪੁੱਤ ਆ ਉਹ, ਮੈਨੂੰ ਵੀ ਆਹ ਟਾਈਮ ਨਾਲ ਘਰੇ ਹੋਵੇ, ਟਾਈਮ ਨਾਲ ਪਵੇ, ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ, ਚਲ ਮੰਨੀ ਗੱਲ ਆ, ਕਿਤੇ ਹੋ ਗਿਆ 6 ਮਹੀਨੇ ਤੋਂ 2 ਮਹੀਨੇ ਤੋਂ 4 ਮਹੀਨੇ ਤੋਂ ਚੱਲ ਜਾਂਦੀ ਹੈ, ਆਹ ਰੋਜ਼ ਵਾਲਾ ਕੰਮ ਮਾੜਾ ਹੁੰਦਾ ਗਾ, ਮੇਰਾ ਸਮਝਾਉਣ ਦਾ ਫਰਜ਼ ਆ, ਤੈਨੂੰ ਕਹਿਣ ਦਾ ਫਰਜ਼ ਆ, ਜੇ ਕੱਲ੍ਹ ਨੂੰ ਮੈਂ ਕਿਹਾ ਫਿਰ ਮੈਂ ਤਾਂ ਤੈਨੂੰ ਪਤੀ ਗਿਲੇ ਉੱਡ ਕਹੂੰਗਾ ਉਹਨੂੰ, ਨਾ ਨਾ ਤੂੰ ਇੰਨਾ ਨਾ ਘਬਰਾਇਆ ਕਰ, ਮੈਂ ਤੈਨੂੰ ਐਂ ਕਹਿੰਦੀ ਮੈਂ ਕਹਿ ਦੂੰਗੀ, ਕੋਈ ਗੱਲ ਨਹੀਂ, ਜਮਾ ਨਾ ਤੂੰ ਘਬਰਾ, ਟੈਨਸ਼ਨ ਨਾ ਪਾ ਇਸ ਗੱਲ ਦੀ, ਉਹਨੂੰ ਸਮਝਾਉਣਾ ਮੈਂ ਸਮਝਾ ਦੂੰਗੀ, ਵੀ ਮੈਨੂੰ ਤਾਂ ਟੈਨਸ਼ਨ ਪਊਗੀ, ਮੈਨੂੰ ਐਂ ਹੋ ਜਾਂਦਾ ਗਾ ਵੀ ਮੈਂ ਤਾਂ ਗਲਤ ਕੰਮ ਆਪਦੇ ਆਪ ਹੀ ਕਰਤਾ, ਕਰਦਾ ਪਿਆ ਤਾਂ ਮੁੰਡਾ, ਨਹੀਂ ਨਹੀਂ ਇਹੋ ਜਿਹਾ ਕੁਛ ਨਹੀਂ ਕਰਦਾ, ਮੈਂ ਕਹਿ ਦੂੰਗੀ, ਤੂੰ ਤਾਂ ਵਾਰ ਵਾਰ ਉਹੀ ਗੱਲ ਲਈ ਬੈਠਾ, ਮੈਂ ਕਹਿੰਦੀ ਨਾ ਕਰ, ਤੂੰ ਇੰਨਾ ਨਾ, ਦਿਮਾਗ ਤੇ ਐਵੇਂ ਲੋਡ ਪੈ ਜਾਂਦਾ ਹੁੰਦਾ, ਹਟ ਜਾ ਕਰ, ਮੈਂ ਜਦੋਂ ਤੂੰ ਕਹੀਂਗੀ ਦੇਖੀ ਜਾਓ, ਤੂੰ ਸਮਝਾਉਣਾ ਸਮਝਾ ਦੇ, ਪਰ ਉਹਨੂੰ ਮੇਰੇ ਕੋਲ ਭੇਜ ਮਾੜਾ ਜਾ, ਭੇਜ ਦਿੰਦੀ, ਭੇਜ ਭੇਜ, ਮੈਂ ਕਰਦਾ ਉਹਦੇ ਨਾਲ ਗੱਲ।
ਆਜ ਨੀ ਗੱਲ ਲੋੜਾਉਂਦਾ, ਮੈਂ ਹੀ ਮਾਤ ਨਾਲ ਬੋਲ ਚੰਨੀ ਭੇਜ ਦਿੰਦੀ ਹਾਂ ਮੈਂ, ਭੇਜ ਨਹੀਂ ਮੈਂ ਹੁਣ ਖਾ ਖਾਈ ਜਾਂਦਾ ਗਾ, ਦਿਮਾਗ 'ਚ ਗੱਲ ਆਉਂਦੀ ਹੈ ਵਾਰੀ ਵਾਰੀ। ਸਮਝ ਨਹੀਂ ਆਉਂਦੀ ਗੱਲ ਦੀ ਕੀ ਬਣੂਗਾ, ਉਹ ਆ ਤੈਨੂੰ ਬੁਲਾਈ ਜਾਣਾ ਕਿੱਧਰ ਤੁਰੇ ਫਿਰਦਾ ਤੂੰ। ਹਾਂ ਸੌਣ ਦੇ ਦਿਆ ਕਰ ਦੋ ਘੰਟੇ, ਲੈ ਸੌਣ ਦੇ ਦਿਆ ਕਰ, ਰਾਤ ਨੂੰ ਟਾਈਮ 'ਤੇ ਸੌਂ ਜਾਇਆ ਕਰੋ। ਮੇਰੀ ਗੱਲ ਸੁਣ, ਪਹਿਲਾਂ ਕੁਛ ਮੈਂ ਅੱਜ ਤੱਕ ਤੈਨੂੰ ਕਿਹਾ ਨੀਗਾ ਚੱਲ ਜਾਂਦਾ ਸੀ, ਹੁਣ ਨਹੀਂ ਚੱਲਦਾ, ਰਾਤ ਨੂੰ ਕਿਉਂ ਵੀ ਕੀ ਖੇਡਾਂ ਬਣਾਇਆ ਰੋਜ਼ ਪੀ ਕੇ ਜਾਂਦਾ ਘਰੇ। ਬਾਪੂ ਨਵਾਂ ਨਵਾਂ ਵਿਆਹ ਹੋਇਆ ਬੰਦਾ ਘੁੱਟ ਲਾ ਲੈਂਦਾ, ਨਾ ਮੈਂ ਦਾਰੂ ਨਹੀਂ ਪੀਂਦਾ, ਨਾ ਬੀਅਰ ਪੀਂਦਾ, ਨਾ ਬੀਅਰ ਹਜੇ ਤਾਂ ਦਾਰੂ ਉਹ ਵੀ ਕਾਹਦੀ ਦਾਰੂ ਆ ਮਾੜੀ ਜਾਂਦੀ ਆ ਮਾੜੀ। ਤੂੰ ਗੱਲਾਂ ਉਹਨਾਂ ਦੱਸ, ਹਜੇ ਤੱਕ ਤੇਰੀ ਲੈ ਹੀ ਨਹੀਂ, ਕੱਲ੍ਹ ਨੂੰ ਅਗਲੀ ਵਿਆਹ ਕੇ ਲਿਆਉਂਦੀ ਆ, ਜੇ ਆਹ ਕੰਮ ਕਰਨਾ ਸੀ ਨਾ ਫਿਰ ਵਿਆਹ ਕਰਾਉਣ ਦੀ ਲੋੜ ਹੀ ਨਹੀਂ ਸੀ। ਉਹ ਯਾਰ ਬਾਪੂ ਹੁਣ ਤੂੰ ਆਹਦੀ ਜ਼ਿੰਦਗੀ ਤਾਂ ਖਰਾਬ ਕਰੀ ਜਾਂਦਾ, ਨਾਲ ਉਹਦੀ ਕਰੀ ਜਾਂਦਾ ਗਾ, ਉਹ ਕਾਹਦੇ ਨਾਲ ਜ਼ਿੰਦਗੀ ਖਰਾਬ ਹੋ ਜਾਂਦੀ ਆ। ਮੇਰੀ ਜ਼ਿੰਦਗੀ ਖਰਾਬ ਹੀ ਹੁੰਦੀ ਆ, ਅਗਲੇ ਦੇ 100 ਰਮਾਨ ਹੁੰਦੇ ਆ, ਅਗਲੇ ਰਿਸ਼ਤਾ ਕਰਤਾ ਚੱਲ ਵੀ ਮੁਲਾਜ਼ਮ ਹੈਗਾ, ਕੱਲ੍ਹ ਮੁੰਡਾ ਵੀ ਨੌਕਰੀ ਲੱਗ ਜੂ, 100-100 ਵਾਲਾ ਸੋਚ ਕੇ ਕਰਦਾ ਗਾ। ਹੁਣ ਤੂੰ ਉਹ ਗੱਲਾਂ 'ਤੇ ਆ ਵੀ ਮੈਂ ਵਿਆਹਿਆ ਗਿਆ, ਵਿਆਹੁਣ ਵਾਲੇ ਕੰਮ ਕਰ, ਆ ਤਾਂ ਘਰੇ ਰਿਹਾ ਕਰ ਵਧੀਆ, ਚੱਲ ਜਦੋਂ ਕੰਮ ਮਿਲੂਗਾ ਦੇਖੀ ਜਾਓ, ਘਰੇ ਤਾਂ ਬੰਦਾ ਰਹਿ ਸਕਦਾ ਗਾ। ਉਹ ਘਰੇ ਮੈਂ ਇੱਥੋਂ ਨਹੀਂ ਰਹਿੰਦਾ, ਨਾਲੇ ਮੁਲਾਜ਼ਮ ਮੁਲਾਜ਼ਮ ਕਰੀ ਜਾਂਦਾ, ਫਿਰ ਨਾ ਕਰਦੇ ਰਿਸ਼ਤਾ ਮੈਨੂੰ ਦੇਖ ਕੇ ਕਰਦੇ ਹੋ, ਅੰਨੇ ਹੋਏ ਜੀ। ਲੱਗ ਕੇ ਮੈਨੂੰ ਦੇਖ ਕੇ ਕਰਦੇ, ਕੋਈ ਤਾਂ ਐਂ ਹੁੰਦਾ ਵੀ ਕੱਲ੍ਹ ਨੂੰ ਵਿੱਚ ਚੱਲ, ਇਹ ਵੀ ਮੁਲਾਜ਼ਮ ਆ, ਕੱਲ੍ਹ ਪੁੱਤ ਵੀ ਲੱਗ ਜੂ ਕਿਸੇ 'ਤੇ, ਕਿਸੇ ਨੂੰ ਪਤਾ ਵੀ ਨਸ਼ਿਆਂ ਦਾ ਲੱਗ ਜੂਗਾ। ਨਸ਼ਾ ਕਾਹਦਾ ਲੱਗ ਗਿਆ ਬਾਪੂ ਯਾਰ, ਤੂੰ ਵੀ ਉਹਦੇ ਪਿੱਛੇ, ਤੈਨੂੰ ਕਿਹਨੇ ਕਹਿਣਾ ਮੈਂ ਨਸ਼ਾ ਕੀਤਾ ਬਾਈ? ਜਦੋਂ 12-12 ਵਜੇ ਘਰੇ ਵੜਦੇ ਆ, 1 ਵਜੇ ਉਹ ਨਸ਼ੇ ਨਹੀਂ ਗਏ, ਫਿਰ ਕਿਉਂ ਵੜਦਾ ਰੋਜ਼? ਕਿਤੇ ਹੋ ਜਾਣਾ, ਰੋਜ਼ ਦਾ ਕੰਮ ਹੀ ਹੋਗਾ ਤੇਰੇ ਤਾਂ ਇਹ। ਬਾਪੂ ਯਾਰੀ ਵੀ ਪਕਾਉਣੀ ਹੁੰਦੀ ਆ। ਇਹ ਕਾਹਦੀ ਯਾਰੀ ਹੈ ਲੈ? ਹੋਰ ਅੱਛਾ, ਬਾਹਰ ਤਾਂ ਯਾਰੀ ਪਕਾਉਣੀ, ਜਿਹੜੀ ਅਸੀਂ ਰੋਜ਼ ਪਕਾਈ ਮਾਰਦੇ, ਸਾਡੇ ਕੋਈ ਅਸੀਂ ਅਸੀਂ ਉਹੀ ਪਕਾਈ ਮਾਰੀ ਜਾਂਦੇ। ਮੈਂ ਤੈਨੂੰ ਹਜੇ ਵੀ ਕਹਿਣਾ ਸੰਭਲ ਜਾ, ਬਾਹਰ ਵਧੇ ਰਹੇਗਾ, ਸੰਭਲ ਜਾ। ਕੋਈ ਗੱਲ ਨਹੀਂ, ਸੰਭਲਿਆ ਹੋਇਆ ਮੈਂ ਕਿਹੜਾ, ਫਿਰ ਰੱਸਾ ਕੱਢਿਆ ਮੇਰਾ, ਉਹ ਮਰੀ ਜਾਂਦਾ ਰਹਿੰਦਾ। ਰੋਜ਼ ਰੋਜ਼ ਰਿਸ਼ਤੇ ਲੈਣੇ ਬਹੁਤ ਔਖੇ ਹੁੰਦੇ ਆ, ਕਿਵੇਂ ਹੋ ਗਿਆ ਵਾ ਗਿਆ, ਹੁਣ ਇਹਨੂੰ ਅੱਜ ਨੂੰ ਸਾਂਭਲਾ, ਜੇ ਸਾਂਭਿਆ ਜਾਂਦਾ ਮੁੜ ਕੇ ਪਛਤਾਏਗਾ, ਪਛਤਾਉਣ ਤੋਂ ਬਿਨਾਂ ਤੇਰੇ ਪੱਲੇ ਕੁਛ ਨਹੀਂ ਪੈਣਾ। ਉਹ ਯਾਰ ਮੈਂ ਉਹਨੂੰ ਕਿਹੜਾ ਕੁਛ ਕਹਿ, ਮਾਂ ਇਹਦਾ ਮਤਲਬ ਉਹਨੇ ਦੱਸਿਆ ਤੈਨੂੰ? ਕੋਈ ਗੱਲ ਨਹੀਂ ਕਰ ਲੈਂਗਾ, ਉਹਨੇ ਦੱਸਿਆ ਗਾ, ਦੱਸਣ ਦਾ ਪਤਾ ਨਹੀਂ ਮੈਨੂੰ ਕਿਸੇ ਨੇ ਦੱਸਤਾ ਨਾ ਦੱਸਿਆ, ਪਰ ਪਤਾ ਤਾਂ ਲੱਗਦੀ ਆ ਰਾਤ ਨੂੰ ਜਦੋਂ ਲੇਟ ਹੋਣਾ, ਤੇਰੇ ਵਾਸਤੇ ਗੱਲ ਚੰਗੀ ਨਹੀਂ। ਹੁਣ ਤੂੰ ਵਿਆਹਿਆ ਗਿਆ, ਮੇਰਾ ਤੇਰਾ ਕਹਿਣ ਦਾ ਫਰਜ਼ ਸੀ, ਮੈਂ ਤੈਨੂੰ ਕਹਿਤਾ, ਹੁਣ ਸਮਝਣਾ ਤੇਰੀ ਮਰਜ਼ੀ ਆ। ਉਹ ਤੂੰ ਤਾਂ ਭਾਸ਼ਣ ਹੀ ਦੇਈ ਜਾਏਗਾ ਯਾਰ, ਮੈਨੂੰ ਪਤਾ ਲੱਗਦਾ ਇਹਨੂੰ ਭਾਸ਼ਣ ਲੱਗਦੇ ਆ ਨਾ, ਮੈਨੂੰ ਲੱਗਦੇ ਚੱਲ ਨਾ, ਮੈਨੂੰ ਤਾਂ ਇਹ ਲੱਗਦਾ ਮੈਂ ਆਪਦੀ ਜ਼ਿੰਦਗੀ ਇਸ ਕੁੜੀ ਦੀ ਆਪਦੇ ਹੱਥੀ ਮੈਂ ਹੀ ਖਰਾਬ ਕਰਤੀ। ਇਹ ਗੱਲ ਤਾਂ ਇਹ ਤਾਂ ਸਾਹਮਣੇ ਗੱਲ ਹੀ ਨਹੀਂ ਕਹਿੰਦਾ, ਐਂ ਨਹੀਂ ਕਹਿੰਦਾ ਬਾਪੂ ਕੋਈ ਗੱਲ ਨਹੀਂ, ਜੇ ਆਹ ਗੱਲ ਆ ਗਈ ਤਾਂ ਮੈਂ ਛੱਡ ਦਿੰਦਾ, ਉਹ ਮੈਂ ਬੀਅਰ ਹੀ ਪੀਂਦਾ ਗਾ, ਅੱਜ ਤੋਂ ਮੈਂ ਵੀ ਨਹੀਂ ਪੀਂਦਾ, ਇਹ ਤਾਂ ਮੈਨੂੰ ਭਾਸ਼ ਨਹੀਂ ਦੱਸਦਾ, ਕੱਲ੍ਹ ਨੂੰ ਹੋਰ ਵੀ ਕੋਈ ਗੱਲਬਾਤ ਹੋ ਸਕਦੀ ਹੈ। ਇਹ ਗੱਲ ਤਾਂ ਨਹੀਂ ਕੁਝ ਨਾ ਕੁਛ ਸੋਚ ਕਰਨੇ, ਅੱਜ ਤਾਂ ਕੁੜੀ ਜਮ੍ਹਾਂ ਮਾਰੀ ਜਾਊ ਵਿਚਾਰੀ, ਕੋਈ ਨਾ ਕੋਈ ਸਕੀਮ ਲਾ। ਹੈਲੋ ਅਬਤ, ਸਤਿ ਸ਼੍ਰੀ ਅਕਾਲ ਬੇਬੇ। ਸਤਿ ਸ਼੍ਰੀ ਅਕਾਲ ਪੁੱਤ, ਹੋਰ ਠੀਕ ਹੈ? ਹਾਂ ਬੇਬੇ ਠੀਕ ਹੈ, ਤੁਸੀਂ ਦੱਸੋ? ਠੀਕ ਹੈ ਪੁੱਤ, ਬਸ। ਤੇ ਕੀ ਕਰਦੀ ਸੀ ਬੇਬੇ? ਬਸ ਘਰ ਦਾ ਹੀ ਕੰਮ ਕਰਦੀ ਸੀ, ਹੋਰ ਕੀ ਕਰਨਾ ਮੈਂ। ਐ ਦੱਸ ਤੇਰੇ ਸੱਸ ਸਹੁਰਾ ਹੋਰ ਚੰਨੀ ਦਾ ਕੀ ਹਾਲ ਹੈ? ਠੀਕ ਆ ਬੇਬੇ, ਸਾਰੀ ਵਧੀਆ ਇੱਥੇ। ਅੱਛਾ ਤੇ ਬੇਬੇ ਮੈਂ ਕਹਿੰਦੀ ਸੀ ਤੁਸੀਂ ਇੱਕ ਵਾਰੀ ਮੇਰੇ ਘਰੇ ਆ ਕੇ ਜਾਇਓ ਨਾ। ਕੋਈ ਗੱਲ ਨਹੀਂ ਪੁੱਤ, ਆ ਜੂੰਗੀ, ਸ਼ਾਮ ਤੱਕ ਆ ਜੂ ਕੰਮ ਨਵੇੜ ਲਾ ਮੈਂ। ਹੈ ਸ਼ਾਮ ਤੱਕ, ਥੋੜਾ ਜਲਦੀ ਆ ਜਿਓ। ਕਿਉਂ, ਕੀ ਗੱਲ ਹੈ ਜੀ? ਆ ਤਾਂ ਕੋਈ ਗੱਲ ਨਹੀਂ, ਬਸ ਤੁਸੀਂ ਆ ਜਿਓ। ਤੂੰ ਠੀਕ ਤਾਂ ਹੈਗੀ ਆਪ? ਠੀਕ ਆ ਬੇਬੇ, ਬਸ ਮੈਂ ਕੋਈ ਗੱਲ ਕਰਨੀ ਸੀ, ਤੁਸੀਂ ਆ ਜਿਓ। ਅੱਛਾ ਕੋਈ ਨਾ, ਆ ਜੂ, ਫੋਨ ਤੇ ਨਹੀਂ ਦੱਸ ਸਕਦੀ ਪੁੱਤ? ਨਾ ਬੇਬੇ ਫੋਨ ਤੇ ਨਹੀਂ ਦੱਸ ਸਕਦੀ। ਚੱਲ ਪੁੱਤ ਕੋਈ ਗੱਲ, ਜਦ ਦਾ ਮੇਰਾ ਵਿਆਹ ਹੋਇਆ ਨਾ ਤੁਸੀਂ ਇੱਕ ਵਾਰ ਵੀ ਨਹੀਂ ਆਏ, ਬਸ ਤੁਸੀਂ ਐਂ ਕਹਿੰਦੇ ਹੋ ਫੋਨ ਤੇ ਦੱਸ ਦੇ, ਫੋਨ ਤੇ ਦੱਸ ਦੇ ਵੀ ਬੰਦ ਹਾਲ ਚਾਲ ਵੀ ਤਾਂ ਆ ਕੇ ਪੁੱਛ ਲਿਆ ਕਰੋ ਘਰੇ ਵੀ ਕਿਵੇਂ ਆ, ਠੀਕ ਆ? ਹਾਂ ਪੁੱਤ, ਉਹ ਤਾਂ ਤੇਰੀ ਗੱਲ, ਜਦੋਂ ਦਾ ਵਿਆਹ ਕਰਾ ਕੇ ਭੇਜਿਆ ਤੁਸੀਂ ਇੱਕ ਵਾਰ ਵੀ ਮੇਰਾ ਚਿਹਰਾ ਨਹੀਂ ਦੇਖਿਆ।
ਦੇਖ ਪੁੱਤ ਆ ਫੋਨ ਜੇ ਹੈ ਨਾ ਜਿਹੜਾ ਆਪਾਂ ਵੀਡੀਓ ਕਾਲ ਕਰ ਲੈਂਦੇ ਆ ਹੁੰਦਾ ਵੀ ਚੱਲ ਦੇਖਦੀ ਤੇਰੀ ਜਿਹੜੀ ਸੱਸ ਹੈ ਉਹ ਵੀ ਮਾਂ ਹੀ ਹੈ ਸਹੁਰਾ ਵੀ ਤੇਰਾ ਦੇਖ ਕਿੰਨਾ ਚੰਗਾ ਹੈਗਾ ਆ ਵੀਡੀਓ ਕਾਲ ਤੇ ਚਿਹਰਾ ਦੇਖ ਲੋ ਚੱਲ ਚੰਗਾ ਗੁੱਸੇ ਨਾ ਹੋ ਅੱਜ ਆ ਜੂੰਗੀ ਕੋਈ ਨਾ ਠੀਕ ਹੈ ਠੀਕ ਹੈ ਪੁੱਤ ਗੱਲ ਸੁਣ ਤੂੰ ਮੇਰੀ ਤੇ ਬਾਪੂ ਦੱਸਣ ਦੀ ਕੀ ਲੋੜ ਸੀ ਤੈਨੂੰ ਮੈਂ ਤੈਨੂੰ ਕੀ ਕਹਿਣਾ ਕੁੱਟਿਆ ਮਾਰਿਆ ਤੈਨੂੰ ਨਹੀਂ ਤੇ ਫੇਰ ਤੇ ਫੇਰ ਕੀ ਹੋ ਗਿਆ ਜੇ ਮੈਂ ਦੱਸ ਤਾਂ ਤੈਨੂੰ ਕਿੰਨੇ ਵਾਰੀ ਕਿਹਾ ਸੀ ਵੀ ਦੱਸਿਆ ਨਾ ਕਰਿਆ ਜੀ ਗੱਲਾਂ ਵੀ ਘਰੇ ਕਲੇਸ਼ ਵੱਧਦਾ ਨਹੀਂ ਦੱਸਦੀ ਆ ਤੇ ਹੁਣ ਦੱਸਦਾ ਉਹ ਮੇਰੇ ਬਾਪੂ ਨੇ ਬੇਇੱਜ਼ਤੀ ਕੀਤੀ ਮੇਰੀ ਇੰਨੀ ਫਿਰ ਤੁਸੀਂ ਕਿਹੜਾ ਗੱਲ ਸਮਝਦੇ ਹੋ ਕੀ ਗੱਲ ਸਮਝ ਵਿਆਹ ਹਟ ਜੂੰਗਾ ਮੈਂ ਹੌਲੀ ਹੌਲੀ ਹਟ ਜੂੰਗਾ ਕਿੱਥੇ ਹਟਦੇ ਤੁਸੀਂ ਤਾਂ ਹੋਰ ਵਧਾ ਵਧਾ ਕੇ ਪੀਂਦੇ ਹੋ ਉਹ ਤੈਨੂੰ ਆਖਿਆ ਦਾਰੂ ਨਹੀਂ ਪੀਂਦਾ ਮੈਂ ਮੇਰੇ ਯਾਰ ਦੋਸਤ ਆ ਲਵਾ ਦਿੰਦੇ ਘੁੱਟ ਲਵਾ ਦੇ ਕੱਲ ਨੂੰ ਜ਼ਹਿਰ ਵੀ ਖਵਾਣਗੇ ਤਾਂ ਤੁਸੀਂ ਜ਼ਹਿਰ ਵੀ ਖਾ ਲਓਗੇ ਤੂੰ ਬੜੀ ਬਕਵਾਸ ਜੀ ਨਾ ਕਰ ਤੈਨੂੰ ਕਿੰਨਾ ਕਹਿਣਾ ਉਹਨਾਂ ਕਹਿ ਯਾਰ ਤੇ ਤੂੰ ਬਾਅਦ ਨਾ ਦੱਸਦਾ ਨਾ ਤੇ ਮੇਥੋਂ ਬੁਰਾ ਕੋਈ ਨਹੀਂ ਬਾਅਦ ਚ ਆਇਆ ਨਾ ਕਿ ਮੈਨੂੰ ਕੁੱਟਦਾ ਮਾਰਦਾ ਚਲੋ ਠੀਕ ਹੈ ਫਿਰ ਮੈਂ ਨਹੀਂ ਤਾਂ ਤੂੰ ਸਿੱਤਰ ਖਾਨੀ ਹੋ ਨਹੀਂ ਦੱਸਦੀ ਪਹਿਲੇ ਹੁਣ ਮੇਰੀ ਗੱਲ ਸੁਣ ਲਓ ਮੰਮੀ ਆ ਰਹੀ ਆ ਤੇ ਪੀ ਕੇ ਨਾ ਆਇਓ ਅੱਜ ਕਿ ਨਾ ਆਇਓ ਚਲ ਨਹੀਂ ਵੀ ਕੀ ਆਉਂਦਾ ਮਾਂ ਖਰਾਬ ਕਰਕੇ ਰੱਖਦੇ ਜੀ ਐਵੇਂ ਝੜਕ ਝੜਕ ਕੇ ਬੋਲਦੇ ਰਹਿੰਦੇ ਆ ਸਿੱਧੇ ਮੂੰਹ ਤਾਂ ਕਦੇ ਗੱਲ ਨਹੀਂ ਕਰਨੀ ਹੁੰਦੀ ਇਹਨਾਂ ਨੂੰ ਪ੍ਰੀਤ ਪੁੱਤਾ ਆਜੋ ਭਾਈ ਆਜੋ ਕੌਣ ਹੈ ਪ੍ਰੀਤੀ ਪੁੱਤ ਆ ਤੇਰੀ ਮਾਂ ਹੀ ਇਹਨੂੰ ਗਾਹਾਂ ਲੈ ਜੋ ਚਾਹ ਪਾਣੀ ਪਿਆਓ ਹੋਰ ਪੁੱਤ ਸਤਿ ਸ੍ਰੀ ਅਕਾਲ ਠੀਕ ਹੈ ਚੱਲ ਪੁੱਤ ਯਾਦ ਕਰਦਾ ਹੁੰਦਾ ਮੈਨੂੰ ਮਿਲ ਕੇ ਵੀ ਨੀ ਗਿਆ ਉਹਦੇ ਕੰਮ ਕਾਰ ਤੈਨੂੰ ਪਤਾ ਤਾਂ ਹੈਗਾ ਇੱਕ ਪੜ੍ਹਾਈ ਚੱਲੀ ਜਾਂਦੀ ਉਹਦੀ ਕੋਈ ਨੀ ਪੁੱਤ ਬਹਿ ਜਾ ਹਜੇ ਚਾਹ ਪਾਣੀ ਤਾਂ ਬਣਾ ਪੀਤਾ ਜਾਊਗਾ ਕੋਈ ਨਾ ਠੀਕ ਰਹਿੰਦੇ ਹੋ ਹਾਂ ਜੀ ਠੀਕ ਠਾਕ ਆਪਦਾ ਦੱਸੋ ਸਿਹਤ ਠੀਕ ਰਹਿੰਦੀ ਤੁਹਾਡੀ ਚਲੋ ਤੁਸੀਂ ਹਾਂ ਜੀ ਵਧੀਆ ਠੀਕ ਠਾਕ ਤੁਸੀਂ ਗੱਲ ਕਰ ਲਓ ਬਹਿ ਜਾਓ ਬਹਿ ਲਓ ਬਾਪੂ ਉਸ ਤੋਂ ਜਿਆਦਾ ਅੱਛਾ ਚੱਲ ਸ਼ੁਕਰ ਆ ਤਾਂ ਤੇਰੀ ਗੱਲ ਸੁਣ ਕੇ ਨਾ ਮੇਰਾ ਮਨ ਜਾ ਠਰ ਗਿਆ ਨਹੀਂ ਤਾਂ ਤੈਨੂੰ ਪਤਾ ਮਾਵਾਂ ਨੂੰ ਆਹੀ ਫਿਕਰ ਲੱਗੇ ਰਹਿੰਦੇ ਆ ਵੀ ਮੇਰੀ ਧੀ ਕਿਵੇਂ ਹੋਊਗੀ ਤੇ ਚੰਨੀ ਠੀਕ ਰਹਿੰਦਾ ਵਧੀਆ ਹਾਂ ਪੁੱਤ ਚੰਨੀ ਬਾਰੇ ਦੱਸ ਕੰਮ ਕਾਰ ਕਰਦਾ ਵਧੀਆ ਰਹਿੰਦਾ ਤੇਰੇ ਨਾਲ ਕੀ ਦੱਸਾਂ ਬੇਬੇ ਬਸ ਪੁੱਛਣਾ ਕੀ ਦੱਸਾਂ ਆ ਬਸ ਤੂੰ ਪਹਿਲਾਂ ਤੂੰ ਚਾਹ ਪਾਣੀ ਪੀ ਲਾ ਫਿਰ ਮੈਂ ਤੈਨੂੰ ਦੱਸੂ ਸਾਰੀ ਗੱਲ ਤੇ ਤੂੰ ਥੱਕ ਕੇ ਵੀ ਆਈ ਹੈਗੀ ਤੂੰ ਇਹ ਗੱਲਾਂ ਕਰ ਰਹੀ ਆ ਚੱਲ ਤੂੰ ਚਾਹ ਪਾਣੀ ਪੀ ਮੈਂ ਲੈ ਕੇ ਆਉਂਦੀ ਠੀਕ ਆ ਪੁੱਤ ਦੱਸ ਵੀ ਦੇ ਐ ਪਖਾਣੇ ਜੇ ਕਿਉਂ ਪਾਈ ਜਾਂਦੀ ਹੈ ਕੀ ਗੱਲ ਹੈ
ਲੈਟ ਵੀ ਆ ਗਈ। ਮੈਂ ਚਾਹ ਲੈ ਕੇ ਆਉਣੀ ਆ। ਉਹ ਚਾਹ ਵੀ ਆ ਜੂ, ਕੋਈ ਗੱਲ ਨਹੀਂ, ਬੈਠ ਤਾਂ ਸਹੀ। ਮੈਂ ਮੋਟਰ ਛੱਡ ਦਵਾਂ। ਚੱਲ ਚੰਗਾ। ਦੱਸ, ਪਤਾ ਨਹੀਂ ਕੀ ਗੱਲ ਹੈ, ਕੋਈ ਜੀਭ ਕੋਈ ਗੱਲ ਜੀ ਛਪਾਉਂਦੀ ਹੁੰਦੀ ਹੈ, ਨਾ ਦੱਸਦੀ ਹੈ, ਜੀਭ 'ਤੇ ਗੱਲ ਆ ਵੀ ਜਾਂਦੀ ਹੈ ਫਿਰ ਚੁੱਪ ਜੇ ਕਰ ਜਾਂਦੀ ਹੈ। ਕੱਲ੍ਹ ਤਾਂ ਕੋਈ ਹੋਣੀ ਆ ਜਿਹੜੀ ਐਂ ਜਿਹੀ ਹੋਈ ਪਈ ਹੈ। ਸੱਸ ਸਹੁਰਾ ਵੀ ਚੰਗੇ ਨੇ ਕਹਿੰਦੀ। ਚੱਲ ਕੋਈ ਨਾ, ਆ ਜਾਣ ਤਾਂ ਫਿਰ ਪੁੱਛਦੀ ਹਾਂ। ਓਹੋ, ਸੱਸ ਮਾਈ ਕਿਆ ਠੀਕ ਆ? ਹਾਂ ਪੁੱਤ, ਤੂੰ ਦੱਸ ਕਿਵੇਂ ਆ? ਮਾਤਾ ਵਧੀਆ, ਤੂੰ ਬਸ ਠੀਕ ਆ? ਠੀਕ ਆ, ਮੈਂ ਤਾਂ ਮੈਨੂੰ ਤੂੰ ਠੀਕ ਜਿਹਾ ਨਹੀਂ ਲੱਗਦਾ ਗਾ। ਉਹ ਮੈਨੂੰ ਬੁਖਾਰ ਜਿਹਾ ਹੋਇਆ ਪਿਆ। ਬੁਖਾਰ ਚ ਐਂ ਹੋ ਜਾਂਦੇ ਹੁੰਦੇ ਪੁੱਤ? ਐਂ ਹੋ ਜਾਂਦਾ। ਉਹ ਦੱਸਾਂ ਮੈਨੂੰ ਨਾਲ ਉਹ ਡਿਸਮਿਸ ਵਾਲੇ ਛਿੱਲ ਘੱਟ ਆ। ਆ ਮੈਂ ਤਾਂ ਤੂੰ ਪਹਿਲੀ ਵਾਰ ਸੁਣਦੀ ਹੈਗੀ ਬੇਬੇ। ਉਹ ਅੰਗਰੇਜ਼ੀ ਦਾ ਨਾਮ ਹੈ ਕੌਣ ਦਾ? ਅੱਛਾ ਠੀਕ ਆ, ਮੈਨੂੰ ਪਤਾ ਨਹੀਂ ਲੱਗਾ। ਚੱਲ ਹੋਰ ਦੱਸ, ਕੀ ਕਰਦਾ ਹੁੰਦਾ? ਮੈਂ ਬਹੁਤ ਵੱਡੇ ਵੱਡੇ ਕੰਮ ਕਰਦਾ। ਕੀ ਕਰਦਾ? ਬੜੇ ਵੱਡੇ ਵੱਡੇ ਕੰਮ ਕਰਦਾ। ਇੰਨੇ ਕੰਮ ਤੇ ਕੀ ਕੰਮ ਕਰਦਾ ਪੁੱਤ ਇਹ? ਮਾਲਕ ਨੀ ਬਣਾਉਣਾ ਵੱਡੇ ਕੁਰਸੀ ਨੀ ਵੱਡੀ ਘੁੱਕਣ ਵਾਲੀ ਚਾਰਾਂ ਵਾਲੇ ਉਹਤੇ ਬਿਠਾਇਆ ਕਰ। ਬਹਿ ਕੇ ਬਸ ਹੁਕਮ ਚਲਾਇਆ ਕਰੂ। ਹਾਂ ਹੁਕਮ ਚਲਾਇਆ ਕਰੂ, ਦੇਖੀ ਜਾਈ। ਹਾਂ ਤੂੰ ਡਰਨਾ ਯਾਰ, ਤੈਨੂੰ ਮੈਂ ਨਾ ਕੁਰਸੀ ਤੇ ਬਿਠਾਉਂਗਾ। ਚੰਗਾ, ਤੂੰ ਤੈਨੂੰ ਮੈਂ ਰਾਮ ਮਹਾਰਾਣੀ ਬਣਾ ਕੇ ਰੱਖੂਗਾ। ਤੂੰ ਡਰੀ ਨਾ, ਤੈਨੂੰ ਕਰੋੜਪਤੀ ਦਾ ਦਿਲ ਆ। ਤੇਰੀ ਮਾਂ ਵੀ ਇੱਥੇ ਆਇਆ ਉਹ ਕਰਿਆ ਕਰੂਗੀ, ਕਹਿ ਦਿੰਦਾ ਵੀ ਹਾਂ ਮੇਰਾ ਜਮਾਈ ਸੀ ਵੀ। ਹਾਂ ਤੂੰ ਨਾ ਟੈਨਸ਼ਨ ਲੈ ਯਾਰ, ਤੂੰ ਟੈਨਸ਼ਨ ਨਾ ਲੈ, ਤੂੰ ਨਾ ਟੈਨਸ਼ਨ ਲੈ। ਦੇਖ ਲਓ ਭਾਈ ਸਾਹਿਬ ਜੀ, ਯਾਰ ਤੂੰ ਮੇਰੇ ਘਰ ਵਾਲੀ ਹੈ ਨਾ, ਤੈਨੂੰ ਮੈਂ ਟੈਨਸ਼ਨ ਲੈ। ਮੈਂ ਇਹਨੂੰ ਘਰ ਵਾਲੀ ਨੂੰ ਮੈਂ ਕੁਰਸੀ ਤੇ ਬਿਠਾ ਕੇ ਕਰਿਆ ਕਰੂੰਗਾ। ਮੈਂ ਕੀ ਕਰੀ ਜਾਂਦਾ ਇਹ? ਨਾ ਹੀ ਸੁਣਦਾ ਗਾ ਇਹ। ਆ ਦੇਖ ਲੋ ਭਾਈ ਸਾਹਿਬ ਹਾਲ ਇਹਦੇ। ਆ ਦੇਖ ਲਾ, ਹਾਏ ਮੈਂ ਮਰ ਜਾ। ਇੱਕ ਦਾ ਬੰਦਾ ਡੁੱਬ ਕੇ ਮਰ ਜੇ, ਇਹਨੂੰ ਇਹ ਨੀ ਪਤਾ ਲੱਗਦਾ ਮੇਰੇ ਘਰ ਵਾਲੇ ਕਿ ਮੇਰੀ ਸੱਸ ਆ ਗਈ। ਉਹ ਬਈ ਬਾਪੂ ਦੱਸਿਆ ਭੁਲੇਖਾ ਆ ਪੈਂਦੇ, ਇੱਕੋ ਜਿਹਾ ਰਹਿ ਗਿਆ ਤੁਹਾਡਾ ਭੁਲੇਖਾ ਪੈਂਦੇ। ਸੁਣ ਜਾ ਜਾ ਤੂੰ ਹੁਣ ਕਈ ਪਿਆ ਜੇ, ਤੁਹਾਨੂੰ ਪਤਾ ਲੱਗਦਾ ਮੇਰੀ ਸੱਸ ਆ ਕਿ ਮੇਰੇ ਘਰ ਵਾਲੀ ਆ, ਭੁਲੇਖਾ ਪੈਂਦਾ ਇਹਨੂੰ। ਆ ਓਏ ਕੋਈ, ਚੱਲ ਮੈਂ ਸੁਣਨਾ ਬਾਪੂ ਯਾਰ। ਕੀ ਸੁਣਨਾ ਗਾ, ਤੇਰੇ ਬਾਪ ਨੂੰ ਹੈ ਨੀ ਤਾਂ ਮੈਨੂੰ ਮਾਰਨਾ ਗਾ, ਗੱਲ ਨਹੀਂ ਮਾਰਨੀ। ਉਸ ਕੋਈ ਦੀਂਦਾ ਇਹਨੂੰ, ਇਹਦਾ ਕੋਈ ਹਾਲ ਹੈ? ਦੇਖ ਲਓ ਦੂਜੇ ਕਮਰੇ ਕਰਤਾ, ਬਸ ਮਾਫ ਕਰਤਾ ਜਾ। ਗਲਤੀ ਹੋਈ, ਮੈਂ ਗਲਤੀ ਹੋ ਗਈ, ਮਾਫ ਕਰਤਾ ਨਾ। ਮਾਫ ਹੈ ਬਸ, ਕੋਈ ਨਾ ਮੈਨੂੰ ਲੱਗਦਾ ਨਾ ਪੁੱਤ ਤੂੰ ਇਸੇ ਗੱਲ ਵਾਸਤੇ ਸੱਦਿਆ ਸੀ ਮੈਨੂੰ, ਹਨਾ?
ਫੋਨ ਤੇ ਤਾਂ ਤੂੰ ਮੈਨੂੰ ਕੋਈ ਗੱਲ ਦੱਸੀ ਨਹੀਂ ਹੈਗੀ। ਇਹਦਾ ਰੋਜ਼ ਦਾ ਹੀ ਹਾਲ ਹੈ। ਹੋਰ ਬੇਬੇ ਮੈਂ ਤੈਨੂੰ ਕੀ ਦੱਸਾਂ, ਰੋਜ਼ ਦਾ ਹੀ ਇਹੀ ਹਾਲ ਆ। ਬੇਬੇ ਨੂੰ ਕਹਿੰਦੀ ਆ ਵੀ ਸਮਝਾ ਦਿਆ ਕਰੋ, ਬੇਬੇ ਉਹ ਮੈਨੂੰ ਝੜਕਣ ਲੱਗ ਜਾਂਦੀ ਆ। ਤੇ ਤੇਰੇ ਡੈਡੀ? ਉਹ ਤਾਂ ਸਾਥ ਦਿੰਦੇ ਆ, ਉਹ ਤਾਂ ਬੋਲਦੇ ਆ। ਆ ਦੇਖ ਲਓ ਜੀ, ਇੱਕ ਦੋ ਵਾਰੀ ਆਇਆ ਏ, ਰੋਜ਼ ਥੋੜੀ ਆਉਂਦਾਗਾ, ਇੱਕ ਦੋ ਵਾਰੀ ਜ਼ਰੂਰ ਆਇਆ। ਜਿਵੇਂ ਇਹ ਦਿਸਦਾ ਜੀ, ਮੈਨੂੰ ਤਾਂ ਨਹੀਂ ਲੱਗਦਾ ਇਹ ਸਿੱਧਾ ਸੋਫੀ ਆਉਂਦਾ ਹੋਣਾਗਾ, ਪੈਰ ਤਾਂ ਇਹਦੇ ਧਰਤੀ ਤੇ ਲੱਗਦੇ ਨਹੀਂ ਹੈਗੇ। ਬੇਬੇ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਪੀ ਕੇ ਨਾ ਆਇਓ, ਫਿਰ ਵੀ ਪੀ ਕੇ ਆਏ ਆ। ਅੱਛਾ, ਦੱਸਿਆ ਸੀ ਪੁੱਤ ਤੈ? ਹਾਂ ਬੇਬੇ, ਮੈਂ ਕਿਹਾ ਸੀਗਾ ਪੀ ਕੇ ਨਾ ਆਇਓ। ਦੇਖ ਲਓ ਭਾਈ ਸਾਹਿਬ ਕੀ ਹਾਲ ਹੈ ਇਹਦਾ, ਧਰਤੀ ਤਾਂ ਇਹਨੇ ਪੈਰ ਲੱਗਦੇ ਨਹੀਂ, ਉੱਤੇ ਉੱਡਿਆ ਫਿਰਦਾ ਹੈਗਾ ਹਵਾ 'ਚ। ਚਲੋ ਜੀ, ਮੈਂ ਤਾਂ ਮੈਂ ਉੱਥੋਂ ਮਾਫ਼ੀ ਮੰਗ ਲੈਂਦਾ, ਕੋਈ ਗੱਲ ਨਹੀਂ, ਉਹ ਤਾਂ ਹੁਣ ਮੈਨੂੰ ਵੀ ਦਿਸੀ ਜਾਂਦਾ। ਮੈਨੂੰ ਕਿਹੜਾ ਕਿਹੜਾ ਬੇਸ਼ਰਮੀ ਨਹੀਂ ਆਉਂਦੀ ਭਾਈ, ਮੈਨੂੰ ਤਾਂ ਸੁੱਥ ਵੀ ਜ਼ਿਆਦਾ ਬੇਸ਼ਰਮੀ ਆਉਂਦੀ ਹੈ। ਕਿਹੜੇ ਬੰਦੇ ਨੂੰ ਆਏ ਨਹੀਂ ਪਤਾ ਲੱਗਦਾ ਵੀ ਮਾਂ ਦੀ ਸੱਸ ਨੂੰ ਕੀ ਕਹੀ ਜਾਂਦਾ। ਤੁਹਾਡਾ ਤਾਂ ਕੋਈ ਕਸੂਰ ਹੀ ਨਹੀਂ ਬਾਈ ਜੀ। ਕਸੂਰ ਨਹੀਂ ਜੀ, ਕਸੂਰ ਤਾਂ ਮੇਰੇ ਹੀ ਹੈ ਸਾਰਾ ਵੱਧ। ਮੈਂ ਤਾਂ ਹੁਣ ਆਪਦੀ ਗਿਣਦਾ, ਜਿਹੜਾ ਬੰਦਾ ਆਪਦੀ ਲਾਦ ਨੂੰ ਸੰਭਾਲ ਨਹੀਂ ਸਕਦਾ ਉਹ ਬੰਦਾ ਕੀ ਕਰ ਸਕਦਾ ਗਾ। ਮੈਨੂੰ ਤਾਂ ਆਪ ਨੂੰ ਬੇਸ਼ਰਮੀ ਆਉਂਦੀ ਹੈ। ਇਹਨੂੰ ਬਥੇਰਾ ਕਹਿੰਦਾ ਰਿਹਾ, ਅੱਜ ਤੱਕ ਪਰਦੇ ਰੱਖਦੀ ਆਈ ਹੈ। ਕਹਿੰਦਾ ਸਮਝਾ ਦੇ ਭਾਈ, ਉਹਨੂੰ ਸਮਝਾ ਦੇ, ਇੱਕ ਦਿਨ ਨਹੀਂ ਕਿਹਾ ਮੈਂ ਸਮਝਾ ਦਿੰਦੀ ਹਾਂ। ਮੈਨੂੰ ਤਾਂ ਐਂ ਸੀਗਾ ਜੀ ਤੁਸੀਂ ਏਡੇ ਵਧੀਆ ਜੌਬ ਤੇ ਲੱਗੇ ਹੋ, ਤੁਸੀਂ ਆਪਦਾ ਬੱਚਾ ਵੀ ਕਹਾ ਕਿਸੇ ਜੌਬ ਤੇ ਲਾਓਗੇ। ਮੈਂ ਤਾਂ ਰਿਸ਼ਤਾ ਤਾਂ ਕਰਿਆ ਸੀ, ਜੇ ਮੈਨੂੰ ਆਹ ਗੱਲ ਦਾ ਪਤਾ ਹੁੰਦਾ ਮੈਂ ਤਾਂ ਜਮਾ ਇੱਧਰ ਝਾਕਣ ਕੀ ਦਿੰਦੀ ਸੀਗੀ। ਦੇਖ ਲਓ, ਕੋਈ ਨਾ ਬੇਬੇ, ਹੁਣ ਤੂੰ ਬਸ, ਤੇਰੀ ਤਾਂ ਪੁੱਤ ਜ਼ਿੰਦਗੀ ਬਰਬਾਦ ਆ ਨਾ। ਕੋਈ ਨੀ ਕੋਈ ਨੀ, ਕਹੀ ਜਾਂਦੀ ਹੁਣ ਤਾਂ ਨਹੀਂ ਜੀਗਾ ਜੀ ਆਏ, ਪਹਿਲਾਂ ਥੋੜੀ ਆਏ ਜਿਹਾ ਮੁੰਡਿਆਂ ਨੇ ਰਲ ਰੁੜ ਕੇ ਵਿਆਹ ਕਰਕੇ ਪਿਆਪੂ ਦਿੱਤੇ। ਤੁਸੀਂ ਗੱਲ ਛਪਾਈ ਹੈ ਜੀ, ਬਿਲਕੁਲ ਗੱਲ ਛਪਾਈ ਹੈਗੀ। ਮੈਂ ਤਾਂ ਐ ਸੀਗਾ ਵੀ ਵਧੀਆ ਨਿੱਕਾ ਜਿਹਾ ਪਰਿਵਾਰ ਆ, ਦੋ ਜੀ ਆ, ਚੱਲ ਬੇਟਾ ਵੀ ਉਹਨਾਂ ਦਾ ਜੌਬ ਤੇ ਲੱਗ ਜੂਗਾ, ਕਹਾਂ ਚੱਲ ਪੜ੍ਹਿਆ ਲਿਖਿਆ ਦੇਖ ਲਿਆ ਮਾੜਾ ਮੋਟਾ ਵੀ, ਚੱਲ ਬਾਰਾ ਪੜ੍ਹਿਆਗਾ। ਜਵਾਕੜੀ ਵੀ ਉਦੋਂ ਤਾਂ ਮੈਨੂੰ ਜ਼ੋਰ ਲਾਈ ਗਈ ਹੈ ਜੀ, ਮੈਂ ਤਾਂ ਇਹਦੇ ਵੀ ਨੀ ਕੋਈ ਗੱਲ ਸੁਣੀ ਹੈਗੀ। ਤੁਹਾਡੇ ਦਾ ਕੋਈ ਕਸੂਰ ਨੀਗਾ, ਮੈਂ ਹੁਣ ਤਾਂ ਆਪਾਂ ਜਦ ਦੇਖਦੇ ਹਾਂ ਰਿਸ਼ਤਾ, ਆਪਾਂ ਤਾਂ ਇਹ ਚੀਜ਼ ਦੇਖਦੇ ਹਾਂ ਨਾ, ਚੱਲ ਭਾਈ ਪਿਆ ਮੁਲਾਜ਼ਮ ਲੱਗਿਆ, ਕੱਲ੍ਹ ਪੁੱਤ ਵੀ ਲੱਗ ਜੂ, ਤੁਹਾਡੇ 'ਚ ਤਾਂ ਕੋਈ ਗਲਤੀ ਨਹੀਂ। ਗਲਤੀ ਤਾਂ ਜਿਹੜੀ ਹੈਗੀ ਹੈ ਮੇਰੇ ਮੁੰਡੇ 'ਚ ਹੀ ਹੈ, ਮੈਂ ਥੋੜ੍ਹੀ ਉਹਦੀ ਸਪੋਰਟ ਲਊਂਗਾ। ਜੇ ਮੈਂ ਕਹਾਂ ਭਾਈ ਮੇਰਾ ਮੁੰਡਾ ਸਹੀ ਹੈ, ਤੁਸੀਂ ਗਲਤ ਆ, ਤੁਸੀਂ ਕਿਵੇਂ ਗਲਤ ਹੋ ਜਾਓਗੇ? ਤੁਸੀਂ ਤਾਂ ਜਗ੍ਹਾ 'ਤੇ ਸਹੀ ਆ, ਗਲਤ ਤਾਂ ਮੈਂ ਹੀ ਹਾਂ। ਚਲੋ ਕੋਈ ਨਾ ਬਾਪੂ, ਐਵੇਂ ਨਾ ਬੋਲੋ, ਬਸ ਕਰੋ ਤੁਸੀਂ, ਤੁਹਾਡਾ ਜਦੋਂ ਕਸੂਰ ਹੀ ਨਹੀਂ, ਤੁਸੀਂ ਤਾਂ ਬੋਲੋ ਹੀ ਨਾ, ਕਸੂਰ ਤਾਂ ਉਸੇ ਦਾ ਹੀ ਹੈਗਾ, ਚੰਦਰੇ ਨੂੰ ਆਪਦਾ ਘਰ ਨਹੀਂ ਦਿੰਦਾ, ਸਿਆਣੇ ਵਰਗੀ ਜਵਾਕੜੀ ਰੋਲਦੀ। ਚਲੋ ਕੋਈ ਗੱਲ ਨਹੀਂ, ਤੁਸੀਂ ਮਨ ਧਿਆਨ ਲਾਓ ਗੱਲ, ਮੈਂ ਸੁਭਾ ਦੇ ਨਾਲ ਕਰਨ ਨੂੰ ਕਰਦਾ ਗੱਲ, ਕੋਈ ਗੱਲ ਨਹੀਂ, ਕਰ ਲਾਂਗੇ ਜੀ। ਚੱਲ ਪੁੱਤ ਬੈਗ 'ਚ ਕੱਪੜੇ ਪਾ, ਚੱਲ ਮੇਰੇ ਨਾਲ ਚੱਲ, ਮੈਂ ਨਹੀਂ ਇੱਥੇ ਛੱਡਦੀ ਤੈਨੂੰ। ਇਹ ਗੱਲ ਨਾ ਕਰੇ ਤੁਸੀਂ, ਕੋਈ ਗੱਲ ਨਹੀਂ, ਮੈਂ ਸੁਭਾ ਸਮਝਾਉਣਾ ਗਾ। ਹੁਣ ਤੱਕ ਤੁਸੀਂ ਸਮਝਾਏ ਨਹੀਂ। ਨਹੀਂ ਪੁੱਤ, ਦੇਖ ਕਿਤੇ ਨਹੀਂ ਜਾਣਾ ਤੂੰ, ਮੈਂ ਤੇਰੇ ਨਾਲ, ਤੈਨੂੰ ਪਤਾ ਨਹੀਂ ਇਸ ਗੱਲ ਦਾ, ਮੈਂ ਕਿਹੜਾ ਇੱਥੋਂ ਕਿਸੇ ਕਿਸੇ ਚੀਜ਼ ਤੋਂ ਪਾਸਾ ਪੜਦਾ। ਕੋਈ ਗੱਲ ਨਹੀਂ, ਮੈਂ ਸੁਭਾ ਦਿਨ ਕਰਦਾ ਗੱਲ, ਕੋਈ ਗੱਲ ਨਹੀਂ। ਨਹੀਂ ਪੁੱਤ, ਕੋਈ ਨਾ ਬੱਬੇ, ਹੁਣ ਮੇਰਾ ਇਹੀ ਘਰ ਆ। ਉਹ ਤਾਂ ਮੈਨੂੰ ਵੀ ਪਤਾ ਪੁੱਤ, ਤੂੰ ਮੈਨੂੰ ਤੋਰਿਆ ਸੀ ਤਾਂ ਉਸ ਤੋਂ ਬਾਅਦ ਤਾਂ ਮੇਰਾ ਇਹੀ ਘਰ ਆ ਨਾ। ਹਾਂ ਪੁੱਤ, ਮੈਂ ਤੇਰਾ ਇੱਕ ਘਰ ਉਜਾੜਨ ਨਹੀਂ ਆਈ, ਉਹਨੂੰ ਸਿੱਖਿਆ ਦੇਣ ਆਈ ਆ ਕੁਛ, ਵੀ ਕੋਈ ਉਹਨੂੰ ਅਕਲ ਆ ਜੇ। ਨਾ ਜੀ, ਤੁਸੀਂ ਲੈ ਕੇ ਨਾ ਜਾ, ਸਭ ਕੁਛ ਇਹਦਾ ਹੀ ਆ। ਉਹਨੂੰ ਅਕਲ ਫੇਰ ਵੀ ਨਹੀਂ ਆਣੀ, ਜੇ ਮੈਂ ਚੱਲ ਵੀ ਗਈ ਨਾ, ਉਹਨੂੰ ਫੇਰ ਵੀ ਨਹੀਂ ਅਕਲ ਆਣੀ। ਸਾਡੇ ਕੋਲ ਦੇਖਣ ਨੂੰ ਹੋਰ ਆਏਗੀ, ਜਾਂ ਇਹ ਜਾਓ ਮੁੰਡਾ। ਚਲ ਕੋਈ ਗੱਲ ਨਹੀਂ ਜੀ, ਮੈਂ ਸਮਝਾਉਣਾ ਸੁਭਾ, ਤੁਸੀਂ ਆ ਗੱਲ ਕਰੋ। ਉੱਥੇ ਚਾਹ ਪਾਣੀ ਪਿਆ? ਬਸ ਪੀ ਲਈ, ਚਾਹ ਤਾਂ ਬਹੁਤ ਪੀ ਲਈ ਮੈਂ। ਨਾ ਭਾਈ, ਕਿਉਂ ਪੀ ਲਈ? ਉੱਥੇ ਚਾਹ ਪਿਆਓ ਤੁਸੀਂ, ਠੀਕ ਹੈ? ਕੋਈ ਗੱਲ ਨਹੀਂ, ਮੈਂ ਸੁਭਾ ਕਰਦਾ ਉਹਦੇ ਨਾਲ ਗੱਲ, ਤੁਸੀਂ ਮਨ ਤੇ ਨਾਲ ਲਾਓਗਾ। ਮੈਂ ਤਾਂ ਕਹਿੰਦੀ ਅੱਜ ਤੂੰ ਮੇਰੇ ਨਾਲ ਹੀ ਚੱਲ ਪੁੱਤ। ਨਾ ਬੇਬੇ, ਕੋਈ ਗੱਲ ਨਾ ਕਹਿ, ਕੋਈ ਇਹੀ ਗੱਲ ਨਹੀਂ ਭਾਈ ਜੀ, ਮੈਨੂੰ ਦਿਸ ਹੀ ਜਾਂਦਾ ਉਹਦਾ, ਖੜੀ ਹੋ ਜਾ ਕੁੜੀ, ਕੱਪੜੇ ਪਾ ਤੇ ਚੱਲ ਮੇਰੇ ਨਾਲ ਬਸ। ਨਹੀਂ ਆਏਗੀ ਮੈਂ, ਮੈਂ ਗੱਲ ਨੂੰ ਥੋੜੀ ਨਾ ਬਣਾਇਆ ਸੀ ਤੈਨੂੰ, ਤੂੰ ਵੀ ਮੈਨੂੰ ਲੈ ਜਾਵੇ। ਜਾਣਾ ਕਿ ਉਹੀ ਕੰਮ ਦੇਖਣਾ, ਮੈਂ ਭੱਜ ਜਾਨੀ ਆ। ਇਹ
ਭਾਈ ਦੱਸਾਂ ਗੱਲ ਪੂਰੀ ਕੀਤੀ ਜਾਂਦੀ ਇੱਥੇ ਰਹੂਗੀ ਜਿਹੜੀ ਗੱਲ ਹੈਗੀ ਮੈਂ ਤੁਹਾਨੂੰ ਕਹਿਣਾ ਵੀ ਮੈਂ ਆਪੇ ਸਮਝਾਉਂਗਾ ਚੱਲ ਠੀਕ ਹੈ ਖੜੀ ਹੋ ਜਾ ਨਹੀਂ ਮੈਂ ਚੱਲੀ ਹੋ ਜਾ ਖੜੀ ਸਮਝਾਉਂਗਾ ਪਰ ਤੁਸੀਂ ਇਹਨੂੰ ਨਾ ਲੈ ਕੇ ਜਾਓ ਇਹ ਮੇਰੀ ਵੀ ਧੀ ਆ ਗਈ ਜਿੰਨਾ ਤੁਹਾਨੂੰ ਫਿਕਰ ਆਇਆ ਉਦੋਂ ਜ਼ਿਆਦਾ ਤਾਂ ਮੈਂ ਗੱਲ ਦੱਸਾਂ ਗੱਲ ਤੁਸੀਂ ਕੋਈ ਗੱਲ ਬੈਠੋ ਚਾਹ ਪਾਣੀ ਪੀ ਕੇ ਫੇਰ ਜਾਇਓ ਬਸ ਚਾਹ ਪਾਣੀ ਤਾਂ ਅਸੀਂ ਪੀ ਲਿਆ ਲਓ ਜੀ ਉਹਦਾ ਕੀ ਜਾਊਗਾ ਮੈਂ ਤੁਹਾਨੂੰ ਮਾਫੀ ਮੰਗਦਾ ਮੈਨੂੰ ਇੱਕ ਮੌਕਾ ਦੇ ਦਿਓ ਜੇ ਕੱਲ ਨੂੰ ਮੁੜ ਕੇ ਇਹੀ ਗੱਲਬਾਤ ਹੋ ਗਈ ਨਾ ਮੈਂ ਤੋਰੂ ਕੁੜੀ ਨੂੰ ਤੁਸੀਂ ਬਹਿ ਜਾਓ ਪਹਿਲਾਂ ਤਾਂ ਚਲੋ ਠੀਕ ਹੈ ਬਾਈ ਜੀ ਜਿਵੇਂ ਤੁਸੀਂ ਕਹਿੰਦੇ ਹੋ ਨਹੀਂ ਤਾਂ ਮੇਰਾ ਤਾਂ ਇੱਕ ਮਨ ਪਲ ਵੀ ਬੈਠਣ ਨੂੰ ਇੱਥੇ ਜੀ ਨਹੀਂ ਕਰਦਾ ਹੈਗਾ ਚਲੋ ਭਾਈ ਦੁੱਖ ਤਾਂ ਸਭ ਨੂੰ ਆਉਂਦਾ ਮੈਨੂੰ ਕਿਹੜਾ ਦੁੱਖ ਨਹੀਂਗਾ ਚੱਲ ਮੈਂ ਇੱਕ ਤਾਂ ਮੌਕਾ ਦੇ ਦੇ ਚਲ ਠੀਕ ਹੈ ਪੁੱਤ ਕੋਈ ਗੱਲ ਨਹੀਂ ਸਾਡੀ ਵੀ ਧੀ ਹੈ ਜੀ ਅਸੀਂ ਨੂੰਹ ਬਣਾ ਕੇ ਤਾਂ ਰੱਖੀ ਨਹੀਂ ਸਾਡੀ ਧੀ ਹੈ ਜੀ ਮੈਂ ਤਾਂ ਤੇਰਾ ਦੁੱਖ ਸਾਂਝਾ ਕਰਨਾ ਸੀ ਤੂੰ ਮੈਨੂੰ ਹੀ ਲੈ ਕੇ ਜਾਣ ਨੂੰ ਕਰ ਰਹੀ ਆ ਚੱਲ ਪੁੱਤ ਠੀਕ ਹੈ ਚਾਹ ਪਾਣੀ ਪੀ ਕੇ ਜਾਈ ਹੁਣ ਹਾਂ ਹਾਂ ਪੁੱਤ ਚਾਹ ਬਣਾ ਯਾਰ ਚਾਹ ਲਿਆ ਦਿੱਤੀ ਏ ਨੰਗਲ ਪੁੱਤ ਕੋਈ ਨਾ ਪੁੱਤ ਦੁੱਖ ਤਾਂ ਕਿਵੇਂ ਹੋਇਆ ਭਾਈ ਦੁੱਖ ਤਾਂ ਹੁੰਦਾ ਹੀ ਆ ਤੇਰੀ ਤੇਰੀ ਧੀ ਆ ਗਈ ਦੁੱਖ ਤਾਂ ਆਪ ਨੂੰ ਮੈਨੂੰ ਆਈ ਜਾਂਦਾ ਕਿ ਉਹਨੇ ਕੀ ਕੀਤਾ ਬਹੁਤ ਵੱਡੀ ਗਲਤੀ ਆ ਉਹਦੀ ਜਿਹੜਾ ਬੰਦਾ ਸਮਝ ਹੀ ਨਹੀਂ ਸਕਦਾ ਹਜੇ ਤੱਕ ਫਿਰ ਉਹਨੂੰ ਕਹਿਣਾਗਾ ਬਸ ਬਾਈ ਜੀ ਹੁਣ ਤੁਸੀਂ ਆਪ ਵੀ ਸਮਝਾ ਕੇ ਰੱਖਿਓ ਇਹਨੂੰ ਕੋਈ ਗੱਲ ਨਹੀਂ ਭਾਈ ਜ਼ਰੂਰ ਸਮਝਾ ਕੇ ਰੱਖੂਗਾ ਬਸ ਇੱਕ ਮੌਕਾ ਦੇ ਦੇ ਜੀ ਕੋਈ ਗੱਲ ਨਹੀਂ ਜੀ ਕੋਈ ਗੱਲ ਬਸ ਠੀਕ ਹੈ ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਠੀਕ ਹੈ ਚਲੋ ਕੋਈ ਗੱਲ ਨਹੀਂ ਭਾਈ ਚਾਹ ਪਾਣੀ ਪੀਓ ਕਿਸੇ ਗਰੀਬ ਤੋਂ ਜਾ ਕੇ ਰੁਪਇਆ ਵੀ ਲੈ ਲਿਆ ਹੋਵੇ ਪਰ ਨਾ ਇਹਨੇ ਕੰਚਨ ਨੇ ਅੱਜ ਏਡੀ ਬੇਸ਼ਰਮੀ ਦਿੱਤੀ ਹੈ ਬਹੁਤ ਤੱਕ ਬੇਸ਼ਰਮੀ ਦਿੱਤੀ ਇੱਕ ਦਾ ਬੰਦਾ ਡੰਕ ਤੋਂ ਹੋ ਕੇ ਮਰਦੇ ਉਹਨੂੰ ਕੋਈ ਨਹੀਂ ਜਿਹੜੇ ਬੰਦੇ ਨੂੰ ਐਂ ਨਹੀਂ ਪਤਾ ਲੱਗਦਾ ਇਹ ਮੇਰੀ ਸੱਸ ਆ ਗਈ ਮੇਰੇ ਘਰ ਆ ਰਹੀ ਹੈ ਕੀ ਕਰੂੰ ਕੱਲ੍ਹ ਨੂੰ ਉੱਥੇ ਜਾ ਕੇ ਕੀ ਕਹੂਗੀ ਉਹ ਇੱਦਾਂ ਬੰਦਾ ਨੱਕ ਦੋ ਕੇ ਮਰਦੇ ਦੱਸ ਉੱਥੇ ਬੈਠਾ ਤਾਂ ਜ਼ਰੂਰ ਰਿਹਾ ਪਰ ਇੱਕ ਬੇਸ਼ਰਮੀ ਦੀ ਤੌਰ 'ਤੇ ਜਿਹੜੀ ਗੱਲ ਦਾ ਡਰ ਸੀ ਨਾ ਉਹੀ ਹੋ ਗਈ ਮੈਨੂੰ ਪਹਿਲਾਂ ਪਤਾ ਸੀਗਾ ਮੈਂ ਆਪਦੇ ਆਪ ਹੀ ਘਰ ਜਾ ਰਿਹਾ ਦੋਸ਼ੀ ਮੈਂ ਨਹੀਂ ਇਹਦਾ ਕੁੜੀ ਦਾ ਅਗਲੇ ਨੇ ਰਿਸ਼ਤਾ ਤਾਂ ਹੀ ਕਰਿਆ ਸੀਗਾ ਕਿ ਪਿਓ ਚੰਗਾ ਗਾ ਮੁਲਾਜ਼ਮ ਲੱਗਿਆ ਗਾ ਅਤੇ ਕੱਲ੍ਹ ਨੂੰ ਮੇਰੀ ਧੀ ਸੌਖੀ ਰਹੂਗੀ ਪਰ ਮੈਨੂੰ ਕਿਹੜਾ ਪਤਾ ਸੀਗਾ ਕਿ ਮੇਰਾ ਸਲਾਗਾ ਇਹੋ ਜਿਹਾ ਨਿਕਲ ਜੂਗਾ ਅਤੇ ਗਲਤੀ ਕਰਦੇ ਉਹਦੀ ਨਹੀਂ ਗਲਤੀ ਮਾਂ ਪਿਓ ਦੀ ਵੀ ਨਾਲ ਹੀ ਹੁੰਦੀ ਹੈ ਮੈਨੂੰ ਇਹ ਰਿਸ਼ਤਾ ਕਰਨਾ ਨਹੀਂ ਦੇਖ ਲਾ ਤੂੰ ਤਾਂ ਆ ਕੇ ਉਰੇ ਪੈ ਗਿਆ ਹੈ ਮਾਂ ਮੂਹਰੇ ਮੇਰਾ ਤਾਂ ਉਹਨੇ ਮੂੰਹ ਨਹੀਂ ਮਕਰਾਤਾ ਕੰਚਰ ਨੇ ਅਸਲ ਗਲਤੀ ਮੇਰੀ ਹੈ ਇਹਨੂੰ ਪੈਸੇ ਚੁੱਪ ਕਰਕੇ ਫੜਾਉਂਦੀ ਸੀ ਉਹ ਮੌਜ ਨਾਲ ਜਿਵੇਂ ਨਸ਼ੇ ਤੇ ਲਾਉਂਦਾ ਪੀਂਦਾ ਖਾਂਦਾ ਮੌਜ ਨਾਲ ਕਦੇ ਪੁੱਛਣ ਜੀ ਕਿੱਥੇ ਲਾਏ ਨੇ ਪੁੱਤ ਹੈਂ ਚਮੜਾ ਤਾਂ ਮੈਂ ਹੀ ਦਿੱਤਾ ਤੇ ਹੁਣ ਅੱਜ ਉਹਦੇ ਉਹਦੀ ਮਾਂ ਮੂਹਰੇ ਮੇਰੇ ਹੀ ਮੂੰਹ ਨਹੀਂ ਮਾਂ ਹੋਇਆ ਇੰਨੀ ਬੇਸ਼ਰਮੀ ਆਈ ਜਾਣੀ ਧਰਤੀ 'ਚ ਗਹਿਣ ਵਾਲੇ ਹੋ ਗਏ ਕੀ ਸੋਚਦੀ ਹੋਊਗੀ ਹੁਣ ਤਾਂ ਪਿਓ ਨੂੰ ਦੇਖ ਕੇ ਰਿਸ਼ਤਾ ਕਰਿਆ ਸੀ ਵੀ ਪਿਓ ਨੌਕਰੀ ਵਾਲਾ ਤੇ ਮੁੰਡਾ ਵੀ ਉਹਦਾ ਸਿਆਣਾ ਹੋਊਗਾ ਸੁਣਦਾ ਤੈਨੂੰ ਮੈਂ ਬੋਲੀ ਜਾਂਦੀ ਹਾਂ ਊਂ ਹੀ ਨਹੀਂ ਕਰਦਾ ਬੋਲਦੇ ਨਹੀਂ ਇਹ ਠੰਡਾ ਪਿੰਡਾ ਹੋਇਆ ਪਿਆ ਨਹੀਂ ਪ੍ਰੀਤ ਨਹੀਂ ਪ੍ਰੀਤ ਭੱਜ ਗਿਆ
ਕਿਹੜਾ ਸੁਣਦੀ ਹੈ, ਗੱਲਾਂ ਚ ਲੱਗੀ ਪਈ ਹੈ। ਪ੍ਰੀਤ ਭੱਜ ਕੇ ਆ ਰੇ, ਆ ਬੋਲਦਾ ਜਮਾ ਤੇਰੇ ਪਾਪਾ, ਕੀ ਹੋ ਗਿਆ ਇਹਨੂੰ? ਬਾਪੂ ਮੈਨੂੰ ਤੇਰਾ ਅਟੈਕ ਹੋ ਗਿਆ। ਮੇਰੀ ਗਲਤੀ, ਉਹਨੇ ਕੰਜਰ ਨੂੰ ਮਾਇਆ ਚ ਬੁਲਾਇਆ, ਉਹਦੀ ਟੈਨਸ਼ਨ ਲੈ ਗਿਆ। ਬੋਲਦਾ ਨੀ, ਬੋਲ ਪਾ, ਬੈਠੇ ਹੋ ਜਾਓ। ਬਾਪੂ ਟਕਾਇਆ, ਬਾਪੂ ਦੇਖੀ ਮੈਂ ਤਾਂ ਬਾਪੂ ਨਾਲ ਹੀ ਹਾਵਤ ਖੰਡ ਲਿਆਉਂਦੀ, ਖੰਡ ਮੁੱਕੀ ਪਈ ਆ, ਹੈ ਨੀ ਜਮੀ ਨੀ ਹੈਗੀ ਨਾ। ਹਾਏ ਦੁੱਧ ਵਾਲਾ ਵੀ ਪੈਸੇ ਮੰਗੀ ਜਾਂਦਾ ਗਾ, ਕੀ ਕਰਾਉਣ? ਮੈਂ ਪੈਸਾ ਵੀ ਨੀ ਕੋਈ ਹੈਗਾ ਘਰੇ। ਆ ਦੇਖ ਲਾ, ਆ ਦੇਖ ਲਾ। ਉਹ ਤੂੰ ਕੀ ਕਰ ਰਹੀ ਖੰਡ? ਖੜੀ ਹੋ, ਚਲ ਚਾਹ ਬਣਾਉਣੀ ਹੈ। ਕੋਈ ਗੱਲ ਨੀ, ਚਾਹ ਪੀ ਕੇ ਜਾ। ਚਾਹ ਵੀ ਨਾ ਕਰਾਇਆ ਕਰਾਂ, ਆਪਣੇ ਪੈਸੇ ਦੇ। ਹੈ ਨੀ ਕਿ ਪੈਸੇ? ਹੈ ਨੀ ਪੈਸੇ? ਪੈਸੇ ਮੰਗ ਮੰਗ ਕੇ ਮੇਰੀ ਗੱਲ ਸੁਣ, ਉਹਨੂੰ ਹੋਰ ਕੁਛ ਨੀ ਹੋਇਆ, ਕੋਈ ਵਜ੍ਹਾ ਨੀ ਸੀ। ਤੇਰੀ ਟੈਨਸ਼ਨ ਨੇ ਮਾਰਤਾ ਕੰਜਰਾ, ਹੁਣ ਤਾਂ ਮੇਰੀ ਟੈਨਸ਼ਨ ਨਾ ਲੈਂਦਾ, ਮੈਂ ਉਹਨੂੰ ਆ ਕੇ ਮੇਰੀ ਟੈਨਸ਼ਨ ਲੈ। ਹਾਂ ਨਾ, ਫਿਰ ਕਿਹਦੀ ਲੈਂਦਾ ਟੈਨਸ਼ਨ? ਉਹ ਪਤਾ ਨਹੀਂ ਕਿਹਦੀ ਟੈਨਸ਼ਨ, ਮਰ ਗਿਆ ਅਟੈਕ ਹੈਗਾ, ਮੇਰੀ ਟੈਨਸ਼ਨ ਨਾਲ ਮਰਨਾ ਜੀ। ਲੈ ਦੇਖ ਲੈ, ਹਜੇ ਵੀ ਐਂ ਬੋਲਦਾ ਨਹੀਂ ਮੈਂ ਮਰ ਜਾ, ਬਿਸ਼ਰਮੀ ਦਾ ਮਰਨਾ ਮਾੜੀ ਮੋਟੀ। ਉਹ ਬਿਸ਼ਰਮੀ ਨੇ ਪੈਸੇ ਦੇ ਯਾਰ, ਅੱਗੇ ਹੈ ਨਹੀਂ ਮੇਰੇ ਕੋਲ, ਤਾਂ ਸਾਨੂੰ ਤਾਂ ਚਾਹ ਪੀਣ ਨੂੰ ਘੁੱਟਾ ਹੋਣੀ, ਦੁੱਧ ਨਹੀਂ ਹੈਗਾ, ਖੰਡ ਨਹੀਂ ਹੈਗੀ, ਪੈਸੇ ਦੇ ਇਹਨੂੰ। ਉਹ ਯਾਰ ਮੇਰਾ ਸਰੀਰ ਟੁੱਟਿਆ, ਮਾਂ ਪੈਸੇ ਦੇ। ਮੈਂ ਦਿੰਦੀ ਪੈਸੇ ਗੁਜ਼ਰ ਜਾ, ਜਿਵੇਂ ਮਰਜ਼ੀ ਕਰ ਲਾ ਤੂੰ, ਹੈ ਹੀ ਨਹੀਂ ਪੈਸੇ। ਮਾੜੀ ਮੋਟੀ ਤਾਂ ਪਿਛਾਰੂ ਮੰਨ ਲਾ ਕੰਜਰਾ। ਉਹ ਕੀ ਘਰ ਖਾ ਗਿਆ ਇੱਥੇ ਪਿਆ ਸਾਰਾ ਘਰ? ਕੋਈ ਚੀਜ਼ ਨਹੀਂ ਛੱਡੀ ਤੁਸੀਂ ਨੇ। ਉਹ ਤੂੰ ਲਪੜੇ ਨਾ ਖਾਣੀ, ਬਿਨਾਂ ਗੱਲ ਤੋਂ ਤੜਕੇ ਤੜਕੇ ਤੂੰ ਮੇਰਾ ਸਰੀਰ ਟੁੱਟੀ ਜਾਂਦਾ। ਲੈ ਕਿਵੇਂ ਮਾਰੇਗਾ ਤੂੰ? ਕਿ ਮਾਰਦਾ ਹੁੰਦਾ? ਹਾਂ ਮਾਰਦਾ ਹੁੰਦਾ ਹੈਗਾ, ਠਿੱਠ ਕਰ ਮਾਰੇ। ਮੈਂ ਸਾਰੀ ਉਮਰ ਦੀ ਚੁੱਪ ਰਹੀ, ਉਹ ਤਾਂ ਵੀ ਛਿੱਤਰ ਖਾਂਦੀ ਰਹੀ ਵੀ ਚੱਲ ਅੱਜ ਵੀ ਸੰਭਲ ਜਾ, ਅੱਜ ਵੀ ਤੂੰ ਤਾਂ ਲੋਹੜੇ ਲਿਆਤੇ ਜਮਾ, ਉਹਦੀ ਜਾਨ ਲੈ ਕੇ ਹਟਿਆ, ਪਰ ਹਟਿਆ ਤਾਂ ਹਾਲੇ ਵੀ ਨਹੀਂ। ਰੋਣਾ ਤਾਂ ਇਹੀ ਹੈ, ਹੁਣ ਤਾਂ ਹਟ ਜਾ ਕੰਜਰਾ। ਹਾਏ ਵੇ ਰੱਬਾ, ਪਿਓ ਨੂੰ ਤਾਂ ਖਾ ਗਏ ਖਾ ਗਏ, ਹੁਣ ਮੈਨੂੰ ਲੱਗਦਾ ਤੁਹਾਨੂੰ ਵੀ ਖਾਊਗਾ ਇਹ। ਮੈਨੂੰ ਤਾਂ ਚੱਕ ਲੈ ਰੱਬ, ਕੀ ਜਿਉਣਾ ਹੈ ਕੋਈ ਸਾਡਾ? ਮੈਨੂੰ ਪੈਸੇ ਦੇ ਜਾਂ ਮਰਜ਼ੀ, ਬਾਅਦ ਚ ਮੈਨੂੰ ਪੈਸੇ ਦੇ। ਹਾਏ ਨਹੀਂ ਕਿ ਮੇਰੇ ਕੋਲ ਪੈਸੇ? ਬੇਬੇ ਕਾ ਤਾਂ ਮੱਥਾ ਮਾਰੀ ਜਾਂਦੀ, ਉਹ ਛੱਡ ਸਿੱਧਾ ਚੱਲ, ਮੈਂ ਖੰਡ ਲਿਆਉਣੀ ਆ, ਕੀ ਧਰ ਲਾ ਤੂੰ? ਉਹ ਕਿੱਥੇ ਜਾਂਦੀ ਆ, ਖੜ ਜਾ ਇੱਕ ਮਿੰਟ, ਪੈਸੇ ਦੇ। ਹਾਏ ਵੇ, ਆਹ ਦੇਖ ਲਾ 50 ਰੁਪਏ ਨਾ ਜਿਹੜੇ ਦੁੱਧ ਨੂੰ ਰੱਖੇ ਸੀ। ਕੰਜਰਾ ਕਿਉਂ ਨੀ ਤੂੰ ਸਮਝਦਾ ਨੀ ਬੇ ਕੰਜਰਾ? 30-35 ਲੱਖ ਮਿਲਿਆ ਸੀ ਜਿਹੜਾ ਤੂੰ ਖਾ ਗਿਆ, ਤੇਰਾ ਇੰਨੀ ਛੱਪਾ ਲੋਟ ਆਇਆ, ਫਿਰ ਮੈਂ ਤਾਂ ਬੋਲਿਆ ਜਾਂਦਾ ਹੈਗਾ। ਉਹ ਦੁੱਧ ਕੀ ਆਊਗਾ ਯਾਰ, ਚੱਲ ਮੈਂ ਪਾਊਗਾ ਜੀ ਮੇਰਾ। ਬੇ ਗੱਲ ਸੁਣ, ਤੜਕੇ ਵੀ ਘੁੱਟ ਚਾਹ ਗੱਲ ਨੀ ਹੁੰਦੀ, ਹੁਣ ਵੀ ਕਰਨੀ ਹੈ? ਉਹ ਤੁਸੀਂ ਕਹਿੰਦਾ ਦਿਹਾੜੀ ਜਾਣੀ ਆ, ਕੋਈ ਗੱਲ ਨਾ ਪੀਓ, ਇੱਕ ਦਿਨ ਮਾਰਨ ਲੱਗੇ ਹਾਂ ਤੇ ਤੂੰ ਜੇ ਤੈਨੂੰ ਕਹਾਂ ਇਹ ਗੱਲ ਫੇਰ ਚੰਗੀ ਲੱਗੂਗੀ? ਉਹ ਮੇਰਾ ਸਰੀਰ ਟੁੱਟਦਾ ਮਾਂ।
ਪਤਾ ਨੀ ਮੈਨੂੰ ਤਾਂ ਹੁਣ ਪੈਨਸ਼ਨ ਤੇ ਅੱਖ ਧਰ ਲਾ ਤੇਰਾ ਭਲਾ ਹੋ ਜੇ ਪੰਜਰਾ ਅਸੀਂ ਕੀ ਖਾਵਾਂਗੇ ਕੀ ਪੀਵਾਂਗੇ ਇੰਨੀ ਬੇਸ਼ਰਮੀ ਦਬਾਤੀ ਤੇਰੇ ਪੇ ਨੌਕਰੀ ਕਰਦੇ ਸੀ ਕਿੰਨਾ ਰਾਜਿਆਂ ਵਰਗਾ ਘਰ ਸੀ ਆਪਣਾ ਤੈਨੂੰ ਜੰਮੀ ਨੀ ਆਉਂਦੀ ਹੈਗੀ ਮੰਗਣ ਲਾਤਾ ਲੋਕਾਂ ਨੇ ਮੈਨੂੰ ਉਦੋਂ ਪੰਜੀ ਇੱਕ ਨੀ ਦਿੱਤੀ ਬੜੇ ਨੇ ਆਪਦੇ ਕੋਲ ਰੱਖੇ ਗਿਆ ਹੁਣ ਕੀ ਨਾਲ ਲੈ ਤੇ ਹੋਰ ਕਿੱਥੋਂ ਖਾਂਦਾ ਪੀਂਦਾ ਸੀਗਾ ਰੋਜ਼ 2000 ਦੇ 2000 ਦੇ ਮੈਂ ਚੁੱਪ ਕਰਕੇ ਦੇ ਦਿੰਦੀ ਸੀ ਨਾਲੇ ਉਹ ਤੋਂ ਛਿੱਤਰ ਖਾ ਲੈਂਦੀ ਮੈਂ ਕਹਿੰਦੀ ਕੋਈ ਨੀ ਇੱਕ ਜਵਾਕ ਮੈਨੂੰ ਪੈਸੇ ਚਾਹੀਦੇ ਆ ਮੈਨੂੰ ਹੋਰ 100 ਰੁਪਏ ਨਾਲ ਕੀ ਸਰਦਾ ਮੈਨੂੰ ਕੋਲ ਲੈ ਮੇਰੇ ਕੋਲ ਤਾਂ ਹੁਣ ਪੰਜੀ ਨੀ ਹੈਗੀ ਚੁੱਪ ਕਰਕੇ ਤੁਰਦਾ ਲੱਗ ਮੈਂ ਤਾਂ ਗੁਆਂਢੀਆਂ ਜਾਂਦੀ ਖੰਡ ਜੇ ਮਿਲੂਗੀ ਚਾਹ ਕਰਨ ਨੂੰ ਝੱਕ ਜਾਣੇ ਸਿਰ ਪੱਟ ਜਾਂਦਾ ਹਜੇ ਹੋਰ ਭਾਲਦਾ ਕੰਜਰ ਤੂੰ ਧਰਦੇ ਕਿਉਂ ਸ਼ਰਮ ਲਾ ਲਈ ਪ੍ਰੀਤ ਭੱਜ ਗਿਆ ਉਹ ਗੁਆਂਢੀਆਂ ਸਿਲੰਡਰ ਲੈ ਕੇ ਚੱਕ ਕੇ ਉਹ ਕਿੱਥੇ ਲਈ ਜਾਂਦੀਆਂ ਕਿੱਥੇ ਲਈ ਜਾਂਦੀਆਂ ਗੁਆਂਢੀਆਂ ਦਾ ਇਹ ਚੁਕਾਉਂਗੀ ਹੁਣ ਮੈਥੋਂ ਤਾਂ ਚੱਕਿਆ ਨੀ ਜਾਂਦਾ ਮੁੰਡੇ ਨੂੰ ਆ ਜਾਣ ਤੇ ਫੇਰ ਚੁਕਾਉਣੇ ਆ ਚੱਲ ਐਂ ਕਰ ਪੁੱਤ ਤੂੰ ਚਾਹ ਧਰ ਮੈਂ ਲਿਆਉਣੀ ਆ ਖੰਡ ਅੱਗੇ ਵੀ ਕਈ ਵਾਰੀ ਲਿਆਈਆਂ ਗੁਆਂਢੀਆਂ ਤੋਂ ਮੰਗ ਕੇ ਕਾਹਤੋਂ ਜਾਂਦੀ ਆ ਬੇਬੇ ਐਵੇਂ ਜਲੂਸ ਕੱਢਦੇ ਆ ਉਹ ਫਿਰ ਹੁਣ ਚਾਹ ਵੀ ਨਾ ਸਿਰ ਦੁਖੀ ਜਾਂਦਾ ਮੇਰਾ ਤਾਂ ਮੈਂ ਕੀ ਕਰਾਂ ਦੇਖ ਇਹਨੂੰ ਜਾ ਕੇ ਜੇ ਦੇ ਦੇਣਗੇ ਕਰ ਲਾਂਗੇ ਆਪਾਂ ਲੈ ਫਿਰ ਪੌਲੀ ਲਾ ਆ ਹਾਂ ਲਿਆ ਫੜਾ ਪੂਜਾ ਹਾਂ ਬੇਬੇ ਪੂਜਾ ਹਾਂ ਰਹੀ ਹੈ ਪੁੱਤ ਨੌਕਰੀ ਕਰਦਾ ਸਾਡਾ ਆਪਦਾ ਘਰ ਦਾ ਲੋਟ ਤੁਹਾਡੇ ਕਿੱਥੇ ਕਰਦੇ ਅਸੀਂ ਪੁੱਤ ਕੀ ਕਰੀਏ ਤੂੰ ਰੋਜ਼ ਮਸ਼ਾ ਲੈ ਕੇ ਆਏ ਨੀ ਇੱਥੇ ਨਸ਼ੇੜੀ ਪੁੱਤ ਨੇ ਨੰਗ ਕਰਤਾ ਅਸੀਂ ਤਾਂ ਪੈਸੇ ਧਰਤਾ ਮੇਰੇ ਕੋਲ ਤਾਂ ਹੈ ਨੀ ਖੰਡ ਦੇ ਬਾਗ ਜੱਗ ਤੁਹਾਡੇ ਘਰ ਤੋਂ ਆਏ ਖੰਡ ਲੈ ਚੱਲ ਇੱਕ ਵਾਰੀ ਤਾਂ ਦੇ ਦੇ ਨਾ ਸਾਡਾ ਆਪਦਾ ਮਸਾ ਗੁਜ਼ਾਰਾ ਹੁੰਦਾ ਪਿੰਡ ਬਜਾਂਦੀ ਰਹਾ ਆਪਦਾ ਉਹ ਤਾਂ ਮੇਰੇ ਸਾਡੀ ਕਿਹੜੀ ਗਲੇ ਪਿੰਡ ਖੰਡ ਚਾ ਮੈਂ ਦੱਸੂਗੀ ਕਿੱਥੇ ਜਾਂਦਾ ਓਹੋ ਕੀ ਕਰਾਂ ਪੁੱਤ ਮੈਂ ਤਾਂ ਸਿਰ ਨੀਵਾ ਕਰਕੇ ਉਹ ਤੁਹਾਡੇ ਇੰਨੇ ਪੈਸੇ ਸਾਂਭ ਕੇ ਰੱਖ ਲੈਂਦੇ ਕੀ ਕਰਾਂ ਇਹ ਜਨ ਛੇੜੀ ਪੁੱਤ ਜੰਮ ਲਿਆ ਜਮਾ ਕੰਗਾਲ ਕਰਤੇ ਤਾਂ ਮੰਗਣ ਖਾਣ ਲਾਤੇ ਪਰ ਅਸੀਂ ਕਿੰਨੀ ਕਰੇ ਛੇੜੀ ਤੇਰੇ ਨੂੰ ਸਾਂਭੋ ਆਪਦਾ ਚਲ ਪੁੱਤ ਇੱਕ ਵਾਰ ਤਾਂ ਦੇ ਦੇ ਫੇਰ ਕੋਈ ਹੁਣ ਲਿਆ ਦੇ ਅੱਗੇ ਸਾਡੇ ਘਰ ਆਈ ਬਸ ਇਹ ਦਿਨ ਵੀ ਲੱਗੇ ਐਤੀ ਲਾ ਜਾ ਅੱਗੇ ਸਾਡੇ ਘਰ ਆਈ ਬਸ ਮੇਰੀ ਬਾਟੀ ਦੇ ਜੀ ਆ ਕੇ ਚਲ ਚੰਗਾ ਬਧੀਏ ਸ਼ਾਬਾਸ਼ ਲੋਕਾਂ ਦੇ ਮੰਗਣ ਲਾਤਾ ਕੰਜਰ ਨੇ ਕੀ ਕਰਾਂ ਰੱਬਾ ਤੂੰ ਹੀ ਉਹਨੂੰ ਸਿੱਧੇ ਰੱਬ ਲੈਤੀ ਲਿਆਈ ਸੌ ਸੁਣਾ ਕੇ ਫੇਰ ਖੰਡ ਪਾਈ ਆ ਉਹਨੇ ਮੈਨੂੰ ਬੇਸ਼ਕੀ ਇੰਨੀ ਕੀਤੀ ਮੈਂ ਤੁਰਿਆ ਨਾ ਜਾਵੇ ਬੇਸ਼ਰਮੀ ਦੇ ਨਾਲ ਮਸਾਂ ਆਈ ਆ ਨਾ ਬਾਬਾ ਫਿਰ ਮੈਂ ਚਾਹ ਬਣਾ ਕੇ ਲਿਆਉਂਦੀ ਹਾਂ ਬਣਾ ਰੱਬ ਤੋਂ ਹੈ ਪ੍ਰੀਤੀ
ਮੇਰੇ ਸਾਹਮਣੇ ਤੇਰੀ ਸੱਸ ਲੈ ਕੇ ਆਈ ਆ ਕਿਸੇ ਦੇ ਲੈਣੀ ਸੀਗੀ ਜੀ ਅਸੀਂ ਬਸ ਬੰਦਾ ਕਾਹ ਝੂਠ ਬੋਲਣਾ ਹਾਂ ਮਾਂ ਮੰਗ ਕੇ ਲੈ ਕੇ ਆਏ ਆ ਘਰ ਦਾ ਸਿਲੰਡਰ ਤੱਕ ਵੀ ਵੇਚਣ ਲੱਗਿਆ ਉਹ ਕਿਸੇ ਦਾ ਗੁਆਂਢੀ ਦਾ ਸਿਲੰਡਰ ਪਿਆ ਸੀਗਾ ਉਹ ਵੀ ਚੱਕ ਕੇ ਵੇਚਣ ਲੱਗਾ ਕੁਦਰਤੀ ਮੈਂ ਬੇਬੇ ਮੈਨੂੰ ਭੱਜ ਕੇ ਬੁਲਾਉਣ ਲੱਗ ਗਈ ਵੀ ਪ੍ਰੀਤੀ ਫਿਰ ਮੈਂ ਭੱਜ ਕੇ ਜਾ ਕੇ ਸਿਲੰਡਰ ਉੱਤੋਂ ਦੀ ਹੋ ਕੇ ਖੋਇਆ ਫੇਰ ਜਾ ਕੇ ਫੜਾਇਆ ਕਹਿੰਦਾ ਕੋਈ ਨਾ ਇਹਨੂੰ ਤਾਂ ਵੇਚੂਗਾ ਕਹਿੰਦਾ ਲੈ ਮੈਂ ਕਿੱਥੇ ਹੈਗਾ ਉਹ ਪਤਾ ਨੀ ਕਿੱਧਰ ਬਾਹਰ ਨੂੰ ਟੱਪਿਆ ਹੋਇਆ ਸਾਰਾ ਘਰ ਨੂੰ ਬਰਬਾਦ ਕਰ ਦਿੱਤਾ ਇਹਨੇ ਤਾਂ ਕੁਛ ਵੀ ਨੀ ਛੱਡਿਆ ਕੁਛ ਵੀ ਨੀ ਘਰ ਚ ਛੱਡਿਆ ਨਾਲੇ ਤਾਂ ਪਾਣੀ ਲੈ ਤੇਰੀ ਮਾਂ ਨੂੰ ਨਾਲੇ ਚਾਹ ਬਣਾ ਲਾ ਘੁੱਟ ਪੀ ਲਾਂਗੇ ਆਪਾਂ ਸਾਰੇ ਨਾ ਮਾਮਾ ਲੈ ਕੇ ਆਉਂਦੇ ਚਲ ਠੀਕ ਹੈ ਚਲੋ ਜੀ ਆ ਜਾਓ ਅੰਦਰ ਬਾਈ ਆ ਜਾਓ ਪ੍ਰੀਤ ਪੁੱਤ ਤੂੰ ਤਿਆਰੀ ਕਰ ਮੇਰੇ ਨਾਲ ਚੱਲ ਬਸ ਹੁਣ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਹੈਗਾ ਨਹੀਂ ਜੀ ਮੇਰੇ ਤਾਂ ਇਹੀ ਸਹਾਰਾ ਹੈ ਮੈਂ ਇਹਨੂੰ ਨੂੰਹ ਤਾਂ ਸਮਝਿਆ ਨਹੀਂ ਮੇਰੇ ਤਾਂ ਧੀ ਹੈ ਇਹ ਮੈਥੋਂ ਇਹ ਤੋਂ ਬਿਨਾਂ ਮੇਰਾ ਬਣੂਗਾ ਕੀ ਮੈਂ ਕਿਵੇਂ ਛੱਡ ਸਕਦੀ ਹਾਂ ਜੀ ਆਪਦੀ ਧੀ ਹਾਲਤ ਦੇਖ ਲਓ ਤੁਸੀਂ ਕੀ ਹੋਈ ਪਈ ਹੈ ਉਹ ਤਾਂ ਪਤਾ ਹੀ ਹੈ ਜੀ ਮੇਰੀਆਂ ਗਲਤੀਆਂ ਸੀ ਸਾਰੀਆਂ ਮੈਂ ਆਪਦੇ ਪੁੱਤ ਨੂੰ ਜਮ੍ਹਾਂ ਨਹੀਂ ਕਿਤੇ ਘੂਰਿਆ ਹੈਗਾ ਜਿਵੇਂ ਉਹ ਕਹਿੰਦਾ ਉਵੇਂ ਪੈਸੇ ਫੜਾਈ ਜਾਂਦੀ ਕੁਛ ਨਹੀਂ ਕਿਹਾ ਉਹਨੂੰ ਜਮ੍ਹਾਂ ਵੀ ਤੇ ਅੱਜ ਆਹ ਦੇਖ ਲਓ ਆਹ ਦਿਨ ਵੀ ਦੇਖਣੇ ਪੈ ਗਏ ਜੀ ਮੇਰੀ ਗਲਤੀ ਹੈ ਸਾਰੀ ਮੈਨੂੰ ਮੇਰੇ ਚਿੱਤਰ ਮਾਰ ਲਓ ਤੇ ਮੈਂ ਹੁਣ ਕੰਜਰ ਲੈ ਕੇ ਜਾ ਕੇ ਕੰਜਰ ਨੇ ਜਮਾ ਸੀ ਉਹ ਕਰਤੇ ਫੇਰ ਕਰਨਾ ਮੈਂ ਨਾ ਸੁਣਿਆ ਕਰੇਂਗੀ ਨਾ ਤੂੰ ਖਾਏਂਗੀ ਕੀ ਇੱਥੇ ਆ ਦੇਖ ਲੈ ਮੈਂ ਤਾਂ ਅਨੁਸਾਰ ਦੇਖ ਲਿਆ ਉਹ ਤਾਂ ਤੂੰ ਦੱਸਦੀ ਨਹੀਂ ਸੀ ਮੈਂ ਇੱਥੇ ਲੁਕੋ ਰੱਖਦੀ ਸੀ ਸਾਰੀ ਗੱਲ ਦਾ ਮੈਂ ਕਹਿੰਦੀ ਸੀ ਕਾਹਦੇ ਤੇਰੇ ਤੇ ਟੈਨਸ਼ਨ ਪਾਉਣੀ ਆ ਮੈਂ ਤੈਨੂੰ ਐ ਪਤਾ ਪਿਓ ਵੀ ਇਹਦੀ ਟੈਨਸ਼ਨ ਚ ਮੁੱਕ ਗਿਆ ਨਾ ਜੀ ਆਏ ਨਾ ਕਰਿਓ ਕੁਛ ਨਹੀਂ ਪੜਨਾ ਮੇਰੇ ਤਾਂ ਇਹਦੋਂ ਬਿਨਾਂ ਕੋਈ ਨਹੀਂ ਮੈਂ ਉਹਨੂੰ ਸਮਝਾਉਂਗਾ ਇਹਦੀ ਜਿੰਦਗੀ ਬਰਬਾਦ ਕਰਕੇ ਰੱਖਤੀ ਤੇਰੀ ਪੀਣ ਖਾਣ ਨੇ ਪ੍ਰੀਤੀ ਗੱਲ ਸੁਣ ਲਾ ਕਰ ਤਿਆਰੀ ਆਪਦੀ ਪਹਿਲਾਂ ਤੇਰੇ ਆਖੇ ਨਾ ਮੈਂ ਬਖਸ਼ਦਾ ਸੀਗਾ ਹੁਣ ਨੀ ਮੈਂ ਸੋਚਦੀ ਤੇਰੇ ਬਾਰੇ ਨਾ ਨਾ ਮਾਂ ਇਹ ਕੰਮ ਨਾ ਕਰੀ ਮੇਰਾ ਘਰ ਉਜੜ ਜੂਗਾ ਕੀ ਉਜਾੜੇਗਾ ਹੋਰ ਉਜਾੜ ਤਾਂ ਦਿੱਤਾ ਮਾੜੀ ਮੋਟੀ ਸੰਗ ਮੰਨ ਲਾ ਮਾਹੀ ਸੀ ਤੈਨੂੰ ਅਸੀਂ ਮੈਂ ਛੱਡ ਦੂੰਗਾ ਨਾ ਚਾ ਕੋਈ ਗੱਲ ਇੱਕ ਦੋ ਦਿਨ ਕਦੋਂ ਛੱਡੇਗਾ ਜਦੋਂ ਇਹ ਦੋਨੇ ਜਾਣੀਆਂ ਹੋ ਗਈਆਂ ਹੁਣ ਹਨਾ ਛੱਡ ਦੂੰਗਾ ਕੱਲ ਨੂੰ ਛੱਡ ਦੂੰਗਾ ਮੈਂ ਕੱਲ ਨੂੰ ਤੇਰੀ ਤਾਂ ਕੱਲ ਆਈ ਨਹੀਂ ਛੱਡ ਦੂੰ ਮਾਂ ਕਹੇ ਤਾਂ ਲੈ ਕੇ ਨਾ ਜਾਈ ਮੇਰਾ ਘਰ ਬਰਬਾਦ ਹੋ ਜਾਊਗਾ ਜੇ ਤੁਸੀਂ ਆਹੀ ਹਾਲਾਤ ਰੱਖੇ ਨਾ ਫਿਰ ਮੈਂ ਤਾਂ ਚੱਲ ਜਾਣਾ ਇੱਥੋਂ ਆ ਸੁਣ ਲਾ ਹੁਣ ਮੈਂ ਸਾਰਾ ਕੁਝ ਤਾਂ ਖਾ ਗਿਆ ਮੁਕਾਤਾ ਮੁੱਕ ਗਿਆ ਜਮਾਂ ਜਮਾਂ ਐਂ ਲਿਆ ਤੇ ਮੰਗਣ ਖਾਣ ਤੇ ਹੁਣ ਤੂੰ ਸੁਧਰੀ ਨਾ ਸੁਧਰੀ ਹੁਣ ਕੋਈ ਫਾਇਦਾ ਨਹੀਂ ਹੈਗਾ ਕੱਖ ਨਹੀਂ ਛੱਡਿਆ ਹੈਗਾ ਪੱਲੇ ਉਹ ਮਾਂ ਉਹ ਮੈਂ ਕੀ ਕਰਾਂ ਬਸ ਸਵਾਸ ਸਵਾਸ ਚ ਹੀ ਲੱਗ ਗਿਆ ਬਸ ਯਾਰ ਦੋਸਤ ਕਹਿੰਦੇ ਆ ਘੁੱਟ ਲਾ ਕੇ ਦੇਖ ਬਸ ਇੱਕ ਘੁੱਟ ਨੇ ਇਹੋ ਜਿਹਾ ਮੇਰੀ ਜ਼ਿੰਦਗੀ ਤਬਾਹ ਕਰਕੇ ਰੱਖ ਤੇ ਨਾ ਮਾਂ ਆਪਦਾ ਪਿਓ ਮਾਰਿਆ ਨਾ ਆਪਦੇ ਪੈਸੇ ਖਰਾਬ ਕਰ ਲਏ ਇੰਨੇ ਰੁਪਏ ਨਾਲ ਤਾਂ ਰਾਜਾ ਬਣ ਜਾਂਦਾ ਮੈਂ
ਕੋਈ ਬਿਜ਼ਨਸ ਕਰ ਲੈਂਦਾ। ਬਸ ਆ ਫੁਕਰਬਾਜ਼ੀਆਂ ਨੇ, ਮੇਰੇ ਯਾਰ ਦੋਸਤ ਮੈਨੂੰ ਪੰਪ ਦੇਈ ਜਾਂਦੇ ਰਹਿੰਦੇ ਜੀ, ਉਹ ਤੇਰਾ ਬਾਪ ਤੇ ਮੁਲਾਜ਼ਮ ਆ, ਵਾਧੂ ਪਿਆ ਤੁਹਾਡੇ ਕੋਲ ਤੇ ਓਏ ਤੂੰ ਬਸ ਆਈ ਬਸ ਪੈਸੇ ਖਾਈ ਗਏ ਯਾਰ ਦੋਸਤ, ਹੁਣ ਭੱਜ ਗਏ ਹੁਣ ਤੱਕ ਅੱਜ ਅੱਜ ਕਿਸੇ ਨੇ ਸਾਲੇ ਨੇ 400 ਰੁਪਇਆ ਵੀ ਨੀ ਦਿੱਤਾ ਧਾਰ ਦੇਣਗੇ ਕਾਹਤੋਂ, ਅੱਜ ਨੂੰ ਤਾਂ ਸਿਉਣੇ ਦੀਆਂ ਕੰਧਾਂ ਬਣਾ ਲੈਂਦਾ ਤੂੰ ਮੈਨੂੰ। ਰਾਜਾ ਵਰਗੀ ਜਿੰਦਗੀ ਸੀ ਤੇਰੇ ਪਿਓ ਦੇ ਹੁੰਦੇ, ਅੱਜ ਹੁਣ ਦੇਖ ਲਾ। ਹੁਣ ਮੈਨੂੰ ਇਹ ਦੱਸ ਦੇ ਤੂੰ ਛੱਡ ਦੇਗਾ ਨਸ਼ਾ ਜਿੰਦਗੀ ਬਰਬਾਦ ਕਰਤੀ, ਪਿਓ ਖਾ ਲਿਆ ਸ਼ਰਮ ਮਨ ਖੁਸਕਾ ਤੂੰ। ਹੁਣ ਰੋਈ ਜਾਂਦਾ ਮੱਥਾ ਫੜ ਕੇ। ਲੈ ਪ੍ਰੀਤ ਪੁੱਤ ਹੁਣ ਮੈਨੂੰ ਜਾਣ ਦੇ, ਚਾਰ ਦਿਨ ਹੋ ਗਏ ਇੱਥੇ ਹੀ ਆ ਤੇਰੇ ਕੋਲੇ, ਨਾਲੇ ਹੁਣ ਚੰਨੀ ਚ ਵੀ ਸੁਧਾਰ ਜਾ ਲੱਗਦਾ ਮੈਨੂੰ। ਹਾਂ ਹੁਣ ਤਾਂ ਸੁਧਰ ਗਿਆ ਬਾਬਾ। ਹਾਂਜੀ ਹੁਣ ਸੁਧਰੂ ਹੋ ਗਿਆ, ਹੁਣ ਸੁਧਰੂ ਹੈ ਸਾਰੀ ਕਬੀਲਦਾਰੀ ਇਹਦੇ ਸਿਰ ਤੇ ਪਈ ਗਈ। ਹਾਂਜੀ ਹਾਂ ਤਾਂ ਸੁਧਰੂ ਗਈ, ਇਹ ਤਾਂ ਹੈ ਜੀ। ਬਾਕੀ ਤੁਸੀਂ ਵੀ ਕਹਿੰਦੇ ਰਿਹਾ ਕਰੋ, ਟੋਕਦੇ ਰਿਹਾ ਕਰੋ ਉਹਨੂੰ। ਹਾਂਜੀ ਹਾਂਜੀ ਕੋਈ ਨੀ, ਤੁਸੀਂ ਵੀ ਟੈਨਸ਼ਨ ਨਾ ਲਓ, ਫਿਕਰ ਨਾ ਕਰੋ ਕੋਈ। ਬਸ ਟੈਨਸ਼ਨ ਤਾਂ ਆਪਾਂ ਨੂੰ ਹੀ ਹੈ ਜੀ, ਹੋਰ ਤਾਂ ਕਿਸੇ ਨੂੰ ਹੋਣੀ ਨੀ ਹੈਗੀ। ਹਾਂਜੀ ਜੇ ਟੈਨਸ਼ਨ ਸੀ ਇਹ ਤਾਂ ਆਪਾਂ ਇੱਥੋਂ ਤੱਕ, ਉਹੀ ਗੱਲ ਚਾਰ ਦਿਨ ਹੋ ਗਏ ਮੈਂ ਤਾਂ ਆਪਦਾ ਘਰ ਛੱਡੀ ਬੈਠੀ ਨੂੰ, ਉਹ ਤਾਂ ਪਤਾ ਹੀ ਹੈ। ਕੋਈ ਹਾਂ ਚੱਲ ਪੁੱਤ ਤੂੰ ਧਿਆਨ ਰੱਖੀ, ਠੀਕ ਹੈ? ਠੀਕ ਹੈ। ਹਾਂ ਉਹਦਾ ਖਾਣ ਪੀਣ ਦਾ ਵੀ ਧਿਆਨ ਤੂੰ ਰੱਖਿਆ ਕਰ, ਠੀਕ ਹੈ? ਕੋਈ ਗੱਲ ਕਹਿਣ ਦਾ ਮੌਕਾ ਨਾ ਮਿਲੇ ਪੁੱਤ ਤੇ ਮੈਨੂੰ ਫੋਨ ਕਰ ਦੀ। ਹਾਂ ਤੁਸੀਂ ਵੀ ਮੈਨੂੰ ਪਹੁੰਚ ਕੇ ਫੋਨ ਕਰ। ਹਾਂ ਪੁੱਤ ਲੈ ਹੁਣ ਮੈਂ ਜਾਂਦੀ ਹਾਂ, ਠੀਕ ਹੈ? ਲੈ ਬੇਬੇ ਮੈਂ ਛੱਡ ਕੇ ਮੈਂ। ਹਾਂ ਚੱਲ ਆ ਜਾ ਬਾਅਦ। ਠੀਕ ਹਾਂ ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਚੱਲ ਮਾਂ ਧਿਆਨ ਨਾਲ ਜਾਈ। ਚੰਗਾ। ਹਾਂ ਪੁੱਤ ਜਾ ਕੇ ਤੈਨੂੰ ਮੈਂ ਫੋਨ ਕਰ ਦੂੰਗੀ। ਠੀਕ ਤੇ ਮਾਂ ਮੈਨੂੰ 500 ਰੁਪਇਆ ਦੇ ਜਾਂਦੀ। ਹਾਂ ਪੁੱਤ ਦੇ ਦਿੰਦੀ ਹਾਂ, ਕੋਈ 500 ਤਾਂ ਨਹੀਂ ਪੁੱਤ, ਆ ਲੈ ਫੜ ਕੋਈ ਸੌਦਾ, ਰਾਸ਼ਨ ਪਾਣੀ ਦੀ ਲੋੜ ਹੋ 2000 ਰੁਪਇਆ। ਲੈ ਪੁੱਤ ਮਾਂ 2000 ਦੀ ਕੀ ਲੋੜ ਸੀ, ਕੋਈ ਨਹੀਂ ਰੱਖ ਲੈ ਫਿਰ ਕੀ ਹੋ ਗਿਆ, ਨਹੀਂ ਦੱਸਿਆ ਸੀ ਆਪਦਾ ਲੈ ਆਈ ਤੇ ਮਾਂ ਤੇਰੇ ਕੋਲ ਤਾਂ ਹੈਗਾ ਨਾ, ਮੇਰੇ ਕੋਲ ਕੋਈ ਗੱਲ ਨਹੀਂ ਪੁੱਤ। ਮੁੰਡਾ ਜਾ ਕੇ ਕਿਵੇਂ ਰੁਕਿਆ ਕੀ ਪਤਾ, ਤੇ ਮਾਂ ਤੂੰ ਧਿਆਨ ਨਾਲ ਜਾਈ। ਚੰਗਾ। ਹਾਂ ਪੁੱਤ ਚੰਗਾ। ਆਂਟੀ ਜੀ ਪ੍ਰੀਤੀ ਕਾਨ ਕਾ ਘਰ ਕਿਹੜਾ ਜੀ? ਆਹੀ ਹੈ ਬੇਟਾ, ਇਹੀ ਹੈ ਤੁਹਾਡਾ ਘਰ? ਹਾਂਜੀ। ਪ੍ਰੀਤੀ ਕਾਨ ਕੌਣ ਹੈ ਜੀ? ਮੈਂ ਹੀ ਆ। ਤੇ ਆ ਤੁਹਾਡੇ ਨਾਂ ਦੀ ਐਫਡੀ ਕਰਾਈ ਹੋਈ ਸੀ, 10 ਸਾਲ ਹੋ ਗਏ ਤੁਸੀਂ ਆਏ ਨਹੀਂ ਹੈਗੇ ਲੈਣ। ਸਾਨੂੰ ਤਾਂ ਪਤਾ ਨਹੀਂ ਸੀਗਾ। ਸਾਨੂੰ ਪਤਾ ਨਹੀਂ ਇਸ ਗੱਲ ਦੀ? ਨਹੀਂ ਜੀ। ਇਹ ਤੁਹਾਡੇ ਬਾਪੂ ਜੀ ਨੇ ਕਰਾਈ ਸੀਗੀ, ਉਹਨਾਂ ਨੇ ਕਿਹਾ ਸੀਗਾ ਵੀ ਜੇ ਮੈਨੂੰ ਕੁਝ ਹੁੰਦਾ ਵੀ ਉਸ ਤੋਂ ਬਾਅਦ ਵੀ ਸਾਰੇ ਪੈਸੇ ਮੇਰੀ ਪ੍ਰੀਤੀ ਕਾਨ ਮੇਰੀ ਨੂੰਹ ਆ ਉਹਨੂੰ ਦਿੱਤੇ ਜਾਣ। ਹੈਲੋ ਨਹੀਂ ਨਹੀਂ ਬਸ ਆਂਟੀ ਮੇਰਾ ਜਿੰਨਾ ਕੰਮ ਸੀ ਮੈਂ ਕਰਤਾ ਜੀ। ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਹੁਣ ਤੁਸੀਂ ਸਾਡੀ ਵੀਡੀਓ ਦੇਖ ਕੇ ਹਟੇ ਹੋ ਤੇ ਵੀਡੀਓ ਅਸੀਂ ਪਰਿਵਾਰਕ ਬਣਾਉਣੇ ਆ ਜੀ, ਸਾਰੇ ਮਨ ਲਾ ਕੇ ਦੇਖਿਆ ਕਰੋ। ਇੱਕ ਆ ਵੀਡੀਓ ਵਿੱਚ ਤੁਹਾਨੂੰ ਦੱਸੀ ਆ, ਮੈਂ ਚਿੱਠੀ ਤੁਸੀਂ ਦੇਖ ਹੀ ਲਿੱਤੀ ਵੀ ਮੇਰੀ ਚਿੱਠੀ ਤੁਹਾਨੂੰ ਕਿਵੇਂ ਲੱਗੀ, ਜਿਹੜਾ ਮੈਂ ਇਹ ਫੈਸਲਾ ਲਿੱਤਾ ਸੀਗਾ ਤੁਹਾਨੂੰ ਸਹੀ ਲੱਗਿਆ ਕਿ ਗਲਤ ਲੱਗਿਆ, ਇਹ ਕਮੈਂਟਾਂ 'ਤੇ ਸਾਨੂੰ ਜ਼ਰੂਰ ਦੱਸਿਓ। ਤੇ ਜੀ ਪ੍ਰੀਤੀ ਤੁਸੀਂ ਬੋਲ ਦਿਓ।
ਹਾਂਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਅਤੇ ਕਮੈਂਟ ਕਰਨਾ ਨਾ ਭੁੱਲਿਓ। ਥੈਂਕ ਯੂ।